ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਮੈਂ ਨਵੀਨ ਸ਼ਰਮਾ ਹਾਜ਼ਰ ਹਾਂ ਜੀ। ਯੂਕੇ ਔਰ ਯੂਰਪ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅਸੀਂ ਉਹਨਾਂ ਮਸਲਿਆਂ ਦੀ, ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ ਜਿਹੜੇ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ, ਪੰਜਾਬੀ ਭਾਈਚਾਰੇ ਨਾਲ ਜੁੜੇ ਨੇ, ਪੰਜਾਬ ਨਾਲ ਜੁੜੇ ਨੇ ਔਰ ਪੰਜਾਬ ਦੀ ਸਿਆਸਤ ਨਾਲ ਜੁੜੇ ਨੇ। ਜਿਹੜਾ ਸਾਡਾ NRI ਭਾਈਚਾਰਾ ਹੈ ਉਹਨਾਂ ਦੇ ਨਾਲ ਜੁੜੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਡੇਲੀ ਕੁਛ ਨਾ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਕਈ ਐਸੇ ਉਤਾਰ ਚੜਾਅ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ, ਉਹਨਾਂ 'ਤੇ ਡਿਟੇਲ ਨਾਲ ਡਿਸਕਸ਼ਨ ਕਰਦੇ ਹਾਂ ਅਤੇ ਜਿਹੜੇ ਸਾਡੇ ਦਰਸ਼ਕ ਨੇ, ਸੂਝਵਾਨ ਦਰਸ਼ਕ ਸਾਨੂੰ ਫੋਨ ਕਰਕੇ ਉਹਦੇ ਦੇ ਉੱਤੇ ਆਪਣੀ ਰਾਏ ਦਿੰਦੇ ਨੇ, ਜੋ ਉਹ ਸੋਚਦੇ ਨੇ, ਉਹ ਕੀ ਸੋਚ ਰੱਖਦੇ ਨੇ ਉਹ ਸਾਡੇ ਨਾਲ ਸਾਂਝਾ ਕਰਦੇ ਨੇ। ਪੰਜਾਬ ਦੀ ਸਿਆਸਤ ਜਿੱਦਾਂ ਤੁਸੀਂ ਦੇਖਦੇ ਹੋ, ਰੋਜ਼ ਕੁਛ ਨਾ ਕੁਛ ਨਵੀਂ ਖਬਰ, ਰੋਜ਼ ਨਵੀਂ ਕੋਈ ਹੈੱਡਲਾਈਨ ਉੱਥੋਂ ਆਉਂਦੀ ਹੈ ਪੰਜਾਬ ਤੋਂ ਔਰ ਅਸੀਂ ਉਸ ਨੂੰ ਡਿਸਕਸ ਕਰਦੇ ਹਾਂ। ਥੋੜ੍ਹੇ ਦਿਨ ਪਹਿਲਾਂ ਅਸੀਂ ਡਿਸਕਸ ਕੀਤਾ ਸੀਗਾ ਤੁਹਾਡੇ ਨਾਲ ਪਹਿਲਾਂ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਨਵੀਆਂ ਨਵੀਆਂ ਸਕੀਮਾਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਪਹਿਲ ਕਰਨੀ ਜਾ ਰਹੀ ਹੈ ਸ਼ੁਰੂ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਕਿ 7 ਅਕਤੂਬਰ ਨੂੰ ਲੰਬੀ ਔਰ ਪਟਿਆਲਾ ਦੇ ਵਿੱਚ ਜਿਹੜੀਆਂ ਰੈਲੀਆਂ ਹੋਣ ਜਾ ਰਹੀਆਂ ਔਰ ਅੱਜ ਇੱਕ ਹੋਰ ਨਵੀਂ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ, ਉਹ ਅਸੀਂ ਤੁਹਾਡੇ ਨਾਲ ਅੱਜ ਜ਼ਿਕਰ ਕਰਨਾ ਚਾਹਾਂਗੇ, ਸ਼ੇਅਰ ਕਰਨਾ ਚਾਹਾਂਗੇ ਔਰ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਸਾਡੇ ਸਾਰੇ ਦਰਸ਼ਕ ਇਸ ਬਾਰੇ ਕੀ ਸੋਚਦੇ ਹੋ ਵਿਊਰ ਸਾਡੇ, ਔਰ ਤੁਸੀਂ ਫੋਨ ਕਰਕੇ ਸਾਡੇ ਨਾਲ ਆਪਣੀ ਰਾਏ ਸਾਂਝਾ ਕਰੋ। ਪੰਜਾਬ ਦੇ ਵਿੱਚ ਜਿੱਦਾਂ ਅਸੀਂ ਜਾਣਦੇ ਹਾਂ ਕਿ ਡਰੱਗਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ, ਹੈੱਡਲਾਈਨਸ ਵੀ ਬਣਦੀਆਂ ਰਹੀਆਂ ਔਰ ਡਰੱਗਸ ਦੇ ਵਿੱਚ ਨੌਜਵਾਨ ਕਿੱਦਾਂ ਸ਼ਿਕਾਰ ਹੋ ਰਹੇ ਨੇ, ਇਸ ਗੱਲ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਵਾਕਫ ਹਾਂ। ਡਰੱਗਸ ਨੂੰ ਲੈ ਕੇ ਸਿਆਸਤ ਵੀ ਬੜੀ ਵਾਰ ਹੋਈ, ਜਿਹੜੀ ਪਹਿਲੀ ਸਰਕਾਰ ਸੀ ਉਹਨਾਂ ਦਾ ਅਲੱਗ ਸੀ ਸਿਆਸਤ ਕਰਨ ਦਾ ਤਰੀਕਾ ਔਰ ਜਿਹੜੀ ਨਵੀਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਉਹਨਾਂ ਨੇ ਜਦੋਂ ਇਲੈਕਸ਼ਨਾਂ ਦੇ ਦੌਰਾਨ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਜਦੋਂ ਸਰਕਾਰ ਬਣ ਜਾਏਗੀ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਧੀ ਸੀ ਕਿ ਜਦੋਂ ਮੈਂ ਸਰਕਾਰ 'ਚ ਆਇਆ ਜਾਂ ਕਾਂਗਰਸ ਦੀ ਸਰਕਾਰ ਸਾਡੀ ਪੰਜਾਬ 'ਚ ਬਣੀ ਤਾਂ ਅਸੀਂ ਡਰੱਗਸ 'ਤੇ ਪੂਰੀ ਤਰ੍ਹਾਂ ਠੱਲ ਲਾ ਦਾਂਗੇ, ਡਰੱਗਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਦਾਂਗੇ। ਇਹ ਵਾਅਦਾ ਕਿੰਨਾ ਕੁ ਪੂਰਾ ਹੋਇਆ ਔਰ ਡਰੱਗਸ 'ਤੇ ਕਿੰਨਾ ਕੁ ਕੰਟਰੋਲ ਹੈ ਇਹ ਵੀ ਅਸੀਂ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹਾਂ। ਲੇਕਿਨ ਸਾਡੀ ਜਿਹੜੀ ਸਿਆਸਤ ਹੈ ਉਹ ਕੁਛ ਵੀ ਕਰਾ ਸਕਦੀ ਹੈ ਔਰ ਸਾਡੇ ਸਿਆਸਤਦਾਨ ਕੁਛ ਵੀ ਨਵੀਂ ਬਿਆਨਬਾਜ਼ੀ ਕਰਕੇ ਪੂਰੇ ਦੇ ਪੂਰਾ ਜਿਹੜਾ ਮੈਟਰ ਹੁੰਦਾ, ਜਿਹੜਾ ਕੋਈ ਸਬਜੈਕਟ ਹੁੰਦਾ, ਜਿਹੜਾ ਵਿਸ਼ਾ ਹੁੰਦਾ, ਉਹਨੂੰ ਮੋੜ ਦਿੰਦੇ ਇੱਥੇ ਤੋਂ ਉੱਥੇ। ਹੁਣ ਅਸੀਂ ਡਰੱਗਸ ਦੀ ਹੀ ਗੱਲ ਕਰਦੇ ਹਾਂ ਤਾਂ ਇੱਕ ਖਬਰ ਆ ਰਹੀ, ਪਟਿਆਲਾ ਦੇ MP ਨੇ ਡਾਕਟਰ ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀਗੇ, ਉਹਨਾਂ ਨੇ ਇੱਕ ਨਵੀਂ ਕਾਰਡ ਕੱਢੀ ਹੈ, ਇੱਕ ਨਵੀਂ ਸਟੇਟਮੈਂਟ ਕੱਢੀ ਹੈ, ਇੱਕ ਨਵੀਂ ਸਟੇਟਮੈਂਟ ਦਿੱਤੀ ਹੈ ਡਰੱਗਸ ਨੂੰ ਲੈ ਕੇ। ਖੁਦ ਡਾਕਟਰ ਨੇ ਪੇਸ਼ੇ ਤੋਂ ਇਸ ਵਾਸਤੇ ਉਹਨਾਂ ਦੀ ਜਿਹੜੀ ਇਹ ਜਿਹੜਾ ਬਿਆਨ ਹੈ ਉਹਨੂੰ ਲੋਕਾਂ ਨੇ ਤਵੱਜੋ ਵੀ ਦਿੱਤੀ। ਉਹਨਾਂ ਦਾ ਇਹ ਕਹਿਣਾ ਸੀ ਕਿ ਜਿੱਦਾਂ ਹੋਰ ਕਈ ਸੂਬਿਆਂ ਦੇ ਵਿੱਚ ਅਫੀਮ ਦੀ ਖੇਤੀ ਅਲਾਊਡ ਹੈ ਸਰਕਾਰ ਵੱਲੋਂ, ਰਾਜਸਥਾਨ 'ਚ ਹੈ, ਮੱਧ ਪ੍ਰਦੇਸ਼ 'ਚ, ਹੋਰ ਵੀ ਕਈ ਸੂਬਿਆਂ ਦੇ ਵਿੱਚ ਹੈ, ਅਤੇ ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਸੂਬੇ ਦੇ ਵਿੱਚ ਵੀ ਅਫੀਮ ਦੀ ਖੇਤੀ ਕਿਉਂ ਨਾ ਅਲਾਊਡ ਕੀਤੀ ਜਾਏ, ਇਹਦੀ ਪਰਮਿਸ਼ਨ, ਇਹਦੀ ਇਜਾਜ਼ਤ ਕਿਉਂ ਨਾ ਦਿੱਤੀ ਜਾਏ, ਕਿਉਂਕਿ ਇਹਦਾ ਜਿਹੜਾ ਇਸਤੇਮਾਲ ਹੈ ਦਵਾਈਆਂ ਦੇ ਵਿੱਚ ਹੁੰਦਾ ਔਰ ਉਹ ਕਹਿੰਦੇ ਨੇ ਕਿ ਜਿਹੜੇ ਸਿੰਥੈਟਿਕ ਡਰੱਗਸ ਨੇ, ਹੀਰੋਇਨ ਹੈ, ਦੂਜੇ ਡਰੱਗਸ ਨੇ, ਉਹਨਾਂ ਨਾਲ ਨੌਜਵਾਨ ਮਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਅਫੀਮ ਦੀ ਖੇਤੀ ਜਿਹੜੀ ਹੈ, ਓਪੀਅਮ ਕਲਟੀਵੇਸ਼ਨ ਜਿਹੜੀ ਹੈ, ਉਹ ਅਫੀਮ ਦੀ ਖੇਤੀ ਨੂੰ ਸਰਕਾਰ ਅਲਾਊਡ ਕਰੇ। ਉਹਨਾਂ ਨੇ ਕਿਹਾ ਕਿ ਮੈਂ ਬੀਇੰਗ ਐਨ MP, ਮੈਂ ਜਿਹੜਾ ਹੋਮ ਮਿਨਿਸਟਰ ਨੇ ਰਾਜਨਾਥ ਸਿੰਘ, ਉਹਨਾਂ ਨੂੰ ਇਸ ਬਾਰੇ ਕਈ ਵਾਰੀ ਮਿਲਿਆ ਵੀ ਹਾਂ, ਲਿਖਿਆ ਵੀ ਹੈ, ਔਰ ਉਹ ਬੜੀ ਸ਼ਿੱਦਤ ਨਾਲ ਇਸ ਲੜਾਈ 'ਚ ਲੱਗੇ ਨੇ ਕਿ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਕਰਾ ਦਿਉ। ਔਰ ਉਹਨਾਂ ਨੂੰ ਸਪੋਰਟ ਕਿਹਨੇ ਕੀਤਾ, ਜਿਹੜੇ ਸਾਡੇ ਇੱਕ ਕੰਟਰੋਵਰਸੀ 'ਚ ਰਹਿਣ ਵਾਲੇ ਨੇ ਨਵਜੋਤ ਸਿੰਘ ਸਿੱਧੂ, ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਨੇ, ਉਹਨਾਂ ਨੇ ਇੱਕ ਬਿਆਨ ਦੇ ਕੇ ਡਾਕਟਰ ਧਰਮਵੀਰ ਗਾਂਧੀ ਨੂੰ ਸਪੋਰਟ ਕਰ ਦਿੱਤਾ ਕਿ ਹਾਂਜੀ ਹਾਂ, ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਤਾਂ ਹੋਣੀ ਚਾਹੀਦੀ ਹੈ, ਅਫੀਮ ਦਵਾਈਆਂ ਵਾਸਤੇ ਵੀ ਚਾਹੀਦੀ ਹੈ। ਮੇਰੇ ਇੱਕ ਅੰਕਲ ਸੀਗੇ, ਉਹ ਦਵਾਈ ਖਾਂਦੇ ਸੀ, ਅਫੀਮ ਖਾਂਦੇ ਸੀਗੇ ਔਰ ਉਹ ਬੜੀ ਲੰਬੀ ਉਮਰ ਜੀ ਹੈ, ਅਤੇ ਕਹਿੰਦੇ ਜੀ ਮੈਂ ਅਤੇ ਆਮ ਆਦਮੀ ਪਾਰਟੀ ਜਾਂ ਜਿਹੜਾ ਡਾਕਟਰ ਧਰਮਵੀਰ ਗਾਂਧੀ ਨੇ, ਉਹਨਾਂ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ। ਤੁਸੀਂ ਦਰਸ਼ਕੋ ਇਹ ਦੇਖੋ ਕਿ ਜਿਹੜੀ ਡਰੱਗਸ ਨੂੰ ਲੈ ਕੇ ਲੜਾਈ ਚੱਲ ਰਹੀ ਸੀ, ਜੋ ਡਰੱਗਸ ਨੂੰ ਲੈ ਕੇ ਇੱਕ ਲੜਾਈ ਕਰਨ ਜਾਣ ਦੀ ਜ਼ਰੂਰਤ ਹੈ, ਜੋ ਸਾਡੇ ਨੌਜਵਾਨ ਉਹਦੇ ਸ਼ਿਕਾਰ ਹੋ ਰਹੇ ਨੇ, ਉਹਦੇ ਉੱਤੇ ਜੋ ਇੱਕ ਲੰਬੇ ਸਮੇਂ ਤੋਂ ਸਿਆਸਤ ਹੋ ਰਹੀ ਹੈ, ਉਹਦੇ ਵਿੱਚ ਇੱਕ ਨਵਾਂ ਚੈਪਟਰ ਅੱਜ ਜੁੜ ਗਿਆ, ਅਫੀਮ ਦੀ ਖੇਤੀ। ਹੁਣ ਜਿਹੜਾ ਪੰਜਾਬ ਸਰਕਾਰ ਦਾ ਹੀ ਇੱਕ ਕੈਬਿਨੇਟ ਮੰਤਰੀ ਕਹਿੰਦਾ ਹੈ ਕਿ ਜੀ ਅਫੀਮ ਦੀ ਖੇਤੀ ਕਰਾਓ, ਔਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਓਪਨਲੀ ਮੀਡੀਆ ਦੇ ਵਿੱਚ ਇਹ ਬਿਆਨ ਵੀ ਦਿੱਤਾ ਔਰ ਐਕਸੈਪਟ ਵੀ ਕਰ ਲਿਆ ਕਿ ਪੰਜਾਬ ਸਰਕਾਰ ਜਿਹੜੀ ਅੱਜ ਦੀ ਡੇਟ 'ਚ ਹੈ ਉਹ ਡਰੱਗਸ ਦੇ ਉੱਤੇ, ਉਹ ਨਸ਼ਿਆਂ ਦੇ ਉੱਤੇ ਪੂਰੀ ਤਰ੍ਹਾਂ ਠੱਲ ਨਹੀਂ ਲਾ ਸਕਦੀ, ਉਹਦਾ ਇੱਕ ਨਵੀਂ ਕਾਰਡ ਕੱਢੀ ਹੈ। ਇਹ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕਲੀ ਐਕਸੈਪਟ ਕਰ ਲਿਆ ਕਿ ਸਰਕਾਰ ਜਿਹੜੀ ਨਾਕਾਮ ਰਹੀ ਹੈ ਔਰ ਪੂਰੀ ਤਰ੍ਹਾਂ ਠੱਲ ਨਹੀਂ ਲਗਾ ਸਕਦੀ। ਔਰ ਇਹਨੂੰ ਮੁੱਦੇ ਨੂੰ ਕਿਹਨੇ ਚੁੱਕਿਆ? ਸ਼੍ਰੋਮਣੀ ਅਕਾਲੀ ਦਲ ਨੇ, ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਦੇਖੋ ਜੀ ਨਵਜੋਤ ਸਿੱਧੂ ਤਾਂ ਕਹਿ ਰਿਹਾ, ਇਹਨਾਂ ਨੇ ਤਾਂ ਵਾਅਦਾ ਕੀਤਾ ਸੀ ਡਰੱਗਸ 'ਤੇ ਠੱਲ ਪਾ ਦਾਂਗੇ, 100 ਦਿਨਾਂ ਦੇ
ਵਿੱਚ ਪਾ ਦਾਂਗੇ, ਇੰਨੀ ਜਲਦੀ ਕਰ ਦਾਂਗੇ, ਔਰ ਇਹਨਾਂ ਦਾ ਮੰਤਰੀ ਕਹਿ ਰਿਹਾ ਕਿ ਅਸੀਂ ਡਰੱਗਸ ਦੇ ਠੱਲ 'ਤੇ ਪਾ ਨਹੀਂ ਸਕਦੇ। ਮੇਰਾ ਦਰਸ਼ਕੋ ਸਵਾਲ ਇਹ ਹੈ ਕਿ ਜਿਹੜੀ ਸਰਕਾਰਾਂ ਆਉਂਦੀਆਂ ਨੇ, ਜਿਹੜੇ ਸਿਆਸਤ ਕਰਦੇ ਨੇ, ਸਾਡੇ ਨੌਜਵਾਨ ਡਰੱਗਸ ਦੇ ਸ਼ਿਕਾਰ ਹੋ ਰਹੇ ਨੇ, ਅਸੀਂ ਇਸ ਤਰ੍ਹਾਂ ਅੱਛੀ ਤਰ੍ਹਾਂ ਜਾਣਦੇ ਹਾਂ, ਔਰ ਸਾਰੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਡਰੱਗਸ ਬਿਲਕੁਲ ਖਤਮ ਹੋ ਜਾਏ, ਸਾਡੇ ਨੌਜਵਾਨ ਇਹਦੀ ਗ੍ਰਿਪ 'ਚੋਂ ਬਾਹਰ ਆ ਜਾਣ। ਲੇਕਿਨ ਸਵਾਲ ਇਹ ਉੱਠਦਾ, ਜਿਹੜੇ ਸਾਡੇ ਸਿਆਸਤਦਾਨ ਨੇ, ਜਿਨ੍ਹਾਂ ਦੇ ਉੱਤੇ ਇਹ ਜ਼ਿੰਮੇਦਾਰੀ ਹੈ, ਜਿਹੜੇ ਹੁਣ ਦੂਜੀਆਂ ਪਾਰਟੀਆਂ ਦੇ MP ਨੇ, ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਜਾ ਕੇ ਇਸ ਮੁੱਦੇ 'ਤੇ ਬੋਲਣਾ ਹੈ, ਉਹ ਹੁਣ ਕਿੱਧਰ ਨੂੰ ਤੁਰ ਪਏ ਨੇ ਸਾਰੇ? ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਕਰਾਈ ਜਾਏਗੀ ਕਿਉਂਕਿ ਇਹ ਦਵਾਈਆਂ ਵਾਸਤੇ ਚਾਹੀਦੀ ਹੈ। ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਅਫੀਮ ਦਾ ਬੇਜਾ ਇਸਤੇਮਾਲ ਨਹੀਂ ਹੋਏਗਾ, ਅਫੀਮ ਦਾ ਵੀ ਗਲਤ ਇਸਤੇਮਾਲ ਨਹੀਂ ਹੋਏਗਾ? ਅਸੀਂ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ, ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਕਿ ਹੁਣ ਅਸੀਂ ਉਹਨਾਂ ਨੂੰ ਸਿੰਥੈਟਿਕ ਡਰੱਗਸ, ਹੀਰੋਇਨ ਵਰਗੇ ਨਸ਼ਿਆਂ ਤੋਂ ਹਟਾਉਣ ਵਾਸਤੇ ਖੇਤਾਂ 'ਚ ਅਫੀਮ ਉਗਾਉਣ ਦੀ ਵਕਾਲਤ ਕਰ ਰਹੇ? ਔਰ ਸਭ ਤੋਂ ਵੱਡੀ ਗੱਲ, ਇਸ ਗੱਲ ਦੀ ਸਪੋਰਟ ਕੌਣ ਕਰ ਰਹੇ ਨੇ ਹੁਣ? ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਹਾਂਜੀ, ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਇੱਕ ਡਰੱਗ ਪਾਲਿਸੀ ਹੋਣੀ ਚਾਹੀਦੀ ਹੈ ਜੇ ਬਾਕੀ ਸੂਬੇ ਉਗਾ ਰਹੇ ਨੇ ਤਾਂ ਪੰਜਾਬ 'ਚ ਕਿਉਂ ਨਾ ਹੋਏ? ਅਗਰ ਰਾਜਸਥਾਨ 'ਚ ਅਫੀਮ ਉਗਦੀ ਹੈ, ਮੱਧ ਪ੍ਰਦੇਸ਼ 'ਚ ਅਫੀਮ ਉਗਦੀ, ਤਾਂ ਉਹਦਾ ਬੜੀ ਵੱਡੀ ਮਾਰਕੀਟ ਹੈ ਪੰਜਾਬ। ਅਤੇ ਇਹ ਚੀਜ਼ਾਂ ਹੁਣ, ਇਹ ਦੇਖੋ ਤੁਸੀਂ ਬਿਆਨਬਾਜ਼ੀ, ਸਿਆਸਤ ਕਿੱਥੇ ਦੀ ਕਿੱਥੇ ਲੈ ਕੇ ਆ ਗਈ ਚੀਜ਼ਾਂ ਨੂੰ। ਔਰ ਉਸ ਤੋਂ ਬਾਅਦ ਅਗਰ ਆਮ ਆਦਮੀ ਪਾਰਟੀ ਜਾਂ ਕੋਈ ਵੀ ਵਿਰੋਧੀ ਧਿਰ ਦਾ ਕੋਈ ਵੀ ਬੰਦਾ ਕੁਝ ਬੋਲਦਾ ਤਾਂ ਲੋਕ ਸਪੋਰਟ ਨਹੀਂ ਕਰਦੇ, ਲੇਕਿਨ ਇਸ ਮੁੱਦੇ 'ਤੇ ਹੁਣ ਸਾਰੇ ਇੱਕੋ ਵੱਖ ਰੱਖ ਰਹੇ ਨੇ। ਦਰਸ਼ਕੋ, ਤੁਸੀਂ ਇਹ ਦੱਸੋ, ਸਾਡੇ ਨੌਜਵਾਨਾਂ ਨੂੰ ਡਰੱਗਸ ਤੋਂ ਹਟਾਏ ਜਾਣ ਦੀ ਜ਼ਰੂਰਤ ਹੈ, ਡਰੱਗਸ ਦੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਕੰਟਰੋਲ ਕਰੇ ਜਾਣ ਦੀ ਜ਼ਰੂਰਤ ਹੈ, ਇਸ ਦੇ ਕਈ ਪੋਲੀਟੀਕਲ ਰੀਜ਼ਨਸ ਨੇ ਕਿ ਅਜੇ ਤੱਕ ਇਹਨਾਂ 'ਤੇ ਪੂਰੀ ਠੱਲ ਨਹੀਂ ਪਈ, ਇਹ ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ। ਲੇਕਿਨ ਕਿਆ ਹੁਣ ਪੰਜਾਬ ਦੇ ਖੇਤਾਂ ਵਿੱਚ ਅਫੀਮ ਉਗਾ ਕੇ ਨੌਜਵਾਨਾਂ ਨੂੰ ਡਰੱਗਸ ਤੋਂ ਛੁਡਾਇਆ ਜਾ ਸਕਦਾ? ਤੁਸੀਂ ਇਹ ਨਹੀਂ ਸਮਝਦੇ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਉਹ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਜੇ ਜਾਣਾ ਰਾਈਟ ਨੂੰ ਹੈ ਸਭ ਨੂੰ ਲੈਫਟ ਵੱਲ ਤੱਕਣ ਦੀ ਕੋਸ਼ਿਸ਼ ਕਰ ਰਹੇ ਹੈ? ਜਿਹੜੀ ਉਹਨਾਂ ਦੀ ਮੈਂ ਬਾਰ ਬਾਰ ਗੱਲ ਕਰਦਾ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਦੀ ਜਿਹੜੀਆਂ ਪ੍ਰਾਇਓਰਟੀਜ਼ ਨੇ ਉਹ ਨਹੀਂ ਦੇਖਣੀਆਂ, ਜੋ ਉਹਨਾਂ ਦਾ ਕੰਮ ਹੈ ਉਸ ਪਾਸੇ ਨਹੀਂ ਚੱਲਣਾ, ਇਹ ਨਵੀਆਂ ਨਵੀਆਂ ਚੀਜ਼ਾਂ ਕਿੱਥੋਂ ਆ ਜਾਂਦੀਆਂ? ਹੁਣ ਅਫੀਮ ਦੀ ਖੇਤੀ ਦਾ ਤਾਂ ਧਰਮਵੀਰ ਗਾਂਧੀ ਨੇ ਕਹਿੰਦੇ ਕਿ ਕਿਤੇ ਜਾ ਕੇ ਮੁਕਤਸਰ ਦੀ ਮੰਡੀ ਦੇ ਵਿੱਚ ਕੁਝ ਓਪਨਲੀ ਜਾ ਕੇ ਐਸਾ ਬੋਲਿਆ ਵੀ ਕਿ ਉਹਨਾਂ ਨੇ ਉਹਨਾਂ ਦੇ ਉੱਤੇ NDPS ਐਕਟ ਦੀ ਧਾਰਾ ਲੱਗਣ ਦੀ ਤਿਆਰੀ ਹੈ। ਹੁਣ ਜੋ ਇਸ ਤਰ੍ਹਾਂ ਹੁਣ ਪੰਜਾਬ ਪੁਲਿਸ ਇਹਦੇ 'ਤੇ ਕੀ ਕਰੇਗੀ, ਉਹਦੇ ਬਾਅਦ ਦੀ ਗੱਲ ਹੈ, ਲੇਕਿਨ ਹਾਲੇ ਫਿਲਹਾਲ ਤਾਂ ਉਹਨਾਂ ਨੂੰ ਸਿਆਸੀ ਸਪੋਰਟ ਮਿਲਿਆ ਹੋਇਆ। ਤੁਸੀਂ ਦਰਸ਼ਕੋ ਇਹ ਦੱਸੋ ਕਿ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੀ ਜ਼ਮੀਨ ਨਾਲ ਜੁੜੇ ਹੋ, ਪੰਜਾਬ ਦੀ ਮਿੱਟੀ ਨਾਲ ਜੁੜੇ ਹੋ, ਤੁਸੀਂ ਪੰਜਾਬ ਦੀ ਸਾਰੀ ਇੱਕ ਚੀਜ਼ ਨੂੰ, ਹਰ ਚੀਜ਼ ਨੂੰ ਅੱਛੀ ਤਰ੍ਹਾਂ ਸੇ ਵਾਕਫ ਹੋ, ਸਮਝਦੇ ਹੋ, ਕਿਆ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਅਫੀਮ ਉਗਾਏ ਜਾਣ ਦੀ ਲੋੜ ਹੈ? ਅਫੀਮ 'ਤੇ ਅਫਗਾਨਿਸਤਾਨ ਵੀ ਉੱਗਦੀ ਹੈ, ਅਫੀਮ 'ਤੇ ਮੱਧ ਪ੍ਰਦੇਸ਼ ਨੀਮਚ ਮੰਦਸੌਰ ਦੇ ਵਿੱਚ ਜਿੱਥੇ ਅਫੀਮ ਦੇ ਕਾਰਖਾਨੇ ਨੇ, ਅਤੇ ਇਹ ਅਫੀਮ ਨਾਲ ਤਾਂ ਡਰੱਗਸ ਦਾ ਕੰਮ ਸ਼ੁਰੂ ਹੁੰਦਾ। ਲੇਕਿਨ ਹੁਣ ਜਿਹੜੇ ਸਿੰਥੈਟਿਕ ਡਰੱਗਸ ਨੇ, ਜਿਹੜੇ ਹੀਰੋਇਨ ਆ, ਉਹਨਾਂ ਤੋਂ ਬਚਾਉਣ ਵਾਸਤੇ ਹੁਣ ਕਿ ਅਫੀਮ ਵੱਲ ਤੋਰਦੀ ਹੈ ਨੌਜਵਾਨਾਂ ਨੂੰ, ਕਹਿੰਦਾ ਜੀ ਤੁਸੀਂ ਹੀਰੋਇਨ ਛੱਡ ਦਿਓ ਔਰ ਤੁਸੀਂ ਇਹ ਅਫੀਮ ਵੱਲ ਚੱਲ ਪਓ? ਇਹ ਸਾਡੀ ਸਰਕਾਰਾਂ ਚੱਲ ਰਹੀਆਂ ਨੇ, ਸਾਡੇ ਜਿਹੜੇ ਦਰਸ਼ਕ ਨੇ ਉਹ ਇਸ 'ਤੇ ਸਾਨੂੰ ਫੋਨ ਕਰਕੇ ਸਾਡੇ ਨਾਲ ਗੱਲ ਕਰਨ, ਆਪਣੇ ਸਾਂਝਾ ਰਾਏ ਸਾਂਝਾ ਕਰਨ, ਔਰ ਸਾਨੂੰ ਇਹ ਦੱਸਣ ਕਿ ਉਹ ਇਸ ਬਾਰੇ ਆਪਣੀ ਕੀ ਰਾਏ ਰੱਖਦੇ ਨੇ। ਪੰਜਾਬ ਦੀ ਸਿਆਸਤ ਜਿਹੜੀ ਇਸ ਤਰਫ ਚੱਲ ਪਈ ਹੈ, ਪੰਜਾਬ ਦੀ ਸਿਆਸਤ ਦੇ ਵਿੱਚੋਂ ਜਿਹੜੀ ਨਵੀਆਂ ਨਵੀਆਂ ਕਾਢ ਕੱਢੀਆਂ ਜਾ ਰਹੀਆਂ ਨੇ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ ਕਹਿ ਲਓ ਜਾਂ ਜਿਹੜੀ ਵੀ ਚੀਜ਼ਾਂ ਨੂੰ ਕਹਿ ਲਓ, ਕਿਆ ਪੰਜਾਬ ਦੀ ਜਿਹੜੀ ਸਰਕਾਰ ਹੈ ਆਪਣੀ ਨਾਕਾਮੀ ਛੁਪਾ ਰਹੀ ਹੈ? ਕਿਆ ਨਵਜੋਤ ਸਿੰਘ ਸਿੱਧੂ ਸਿੱਧੇ ਸਿੱਧੇ ਇਹ ਮੰਨ ਰਹੇ ਨੇ ਕਿ ਪੰਜਾਬ ਦੀ ਸਰਕਾਰ ਡਰੱਗਸ ਦੇ ਉੱਤੇ ਠੱਲ ਨਹੀਂ ਪਾ ਸਕਦੀ, ਜੋ ਕਿ ਦਲਜੀਤ ਚੀਮਾ ਨੇ, ਸ਼੍ਰੋਮਣੀ ਅਕਾਲੀ ਦਲ ਨੇ ਵੀ ਐਕਸੈਪਟ, ਉਹਨਾਂ ਨੇ ਕਿਹਾ ਕਿ ਜੀ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ? ਲੇਕਿਨ ਕਿਆ ਚੀਜ਼ਾਂ ਨੂੰ ਇਸ ਤਰ੍ਹਾਂ ਨੂੰ ਡਾਈਵਰਟ ਕਰ ਸਕੀਨਾ ਕਰਨਾ ਠੀਕ ਹੈ? ਜੋ ਇਹਨਾਂ ਨੇ ਚੁਣਾਵੀ ਵਾਅਦੇ 121 ਸਫਿਆਂ ਦਾ ਚੋਣ ਮਨੋਰਥ ਪੱਤਰ ਸੀ, ਜਿਹੜਾ ਚੋਣ ਮੈਨੀਫੈਸਟੋ ਸੀ ਕਾਂਗਰਸ ਦਾ, ਉਹਨੇ ਇੱਕ ਇੱਕ ਕਰਕੇ ਕਰਨਾ ਹੈ। ਹੁਣ ਡਰੱਗਸ ਦੇ ਉੱਤੇ ਠੱਲ ਪਾਣੀ ਸੀ, ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ, ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸੀ, ਉਹਨਾਂ ਨੂੰ ਹੁਣ ਅਫੀਮ ਵੱਲ ਤੋਰਨ ਦੀ ਤਿਆਰੀ ਹੋ ਰਹੀ ਹੈ। ਲੇਕਿਨ ਇਹ ਚੀਜ਼ਾਂ ਸਾਡੀ ਸਿਆਸਤ ਨੂੰ ਕਿੱਥੇ ਲੈ ਕੇ ਜਾਣਗੀਆਂ? ਸਾਡੇ ਸਿਆਸਤਦਾਨਾਂ ਨੇ ਕਿਆ ਹਰ ਇੱਕ ਚੀਜ਼ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਕਰ ਲਈ? ਅੱਜ ਹਮੇਸ਼ਾ ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੇ ਬਿਆਨਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਉਹਨਾਂ ਦੇ ਬਿਆਨਾਂ ਨੂੰ ਇੰਨੀ ਖੁੱਲ੍ਹ ਕੇ ਸਪੋਰਟ ਨਹੀਂ ਕੀਤੀ ਜਾਂਦੀ। ਲੇਕਿਨ ਹੁਣ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਉਗਾ ਜਾਣ ਦੀ ਕੀ ਲੋੜ ਹੈ? ਦੱਸੋ, ਅਗਰ ਹੈ ਡਰੱਗਸ ਪਾਲਿਸੀ, ਅਗਰ ਹੋਏ ਦਵਾਈਆਂ ਵਾਸਤੇ ਚਾਹੀਦਾ, ਤਾਂ ਉਹਦਾ ਕਿੰਨੇ ਪਰਸੈਂਟੇਜ ਲੋਕ ਨੇ ਜਿਹੜੇ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਡਰੱਗਸ ਜਿਹੜੇ ਅਫੀਮ ਦਾ ਇੱਕ ਦਵਾਈਆਂ ਦੀ ਤਰ੍ਹਾਂ ਇਸਤੇਮਾਲ ਕੀਤੇ ਜਾਣ ਦੀ ਜ਼ਰੂਰਤ ਹੈ? ਲੇਕਿਨ ਸਾਡੇ ਸਰਕਾਰਾਂ ਜਿਹੜੀਆਂ ਨੇ ਉਹ ਪ੍ਰਾਇਓਰਿਟੀਜ਼ ਚੇਂਜ ਕਰ ਦਿੰਦੀਆਂ ਨੇ, ਜਿੱਦਾਂ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ ਜਿੱਦਾਂ ਪਹਿਲਾਂ ਬੇਅਦਬੀ ਵਾਲੇ ਮਾਮਲੇ ਨੂੰ ਲੈ ਕੇ ਚੀਜ਼ਾਂ ਡਾਈਵਰਟ ਕੀਤੀਆਂ ਗਈਆਂ, ਉੱਦਾਂ ਸ਼੍ਰੋਮਣੀ ਅਕਾਲੀ ਦਲ ਔਰ ਉਹਨਾਂ ਦੋਨਾਂ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਚੱਲ ਰਿਹਾ ਉਹ ਅਲੱਗ ਚੀਜ਼ ਹੈ, ਲੇਕਿਨ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਨਹੀਂ ਹੈ ਕਿਆ? ਸਰਕਾਰ ਇਹ ਕਿਉਂ ਨਹੀਂ ਕਰਦੀ ਕਿ ਡਰੱਗਸ ਦੇ ਉੱਤੇ ਠੱਲ ਪਾਈ ਜਾਏ? ਸਰਕਾਰ ਇਹ ਕਿਉਂ ਨਹੀਂ ਕਰਦੀ ਕਿ ਜੋ ਇਹਦੇ ਮੇਨ ਡਰੱਗ ਪੈਡਲਰ ਸੀਗੇ ਜਾਂ ਜੋ ਸੀ, ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ, ਇਸ ਬਾਰੇ ਕੋਈ ਜਵਾਬ ਦੇ? ਲੇਕਿਨ ਹੁਣ ਇਹ
ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੀ ਸਿਆਸਤ ਨੂੰ ਕਿੱਥੇ ਲੈ ਕੇ ਜਾਣਗੀਆਂ, ਪੰਜਾਬ ਦੀ ਸਿਆਸਤ ਅੱਜ ਕਿਹੜੇ ਮੋੜ 'ਤੇ ਖੜੀ ਹੋ ਗਈ, ਔਰ ਤੁਸੀਂ ਕੀ ਸਮਝਦੇ ਹੋ ਜਿਹੜੀਆਂ ਵੱਖ ਵੱਖ ਪੋਲੀਟੀਕਲ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਉਹ ਇਸ ਬਾਰੇ ਕੀ ਸੋਚ ਰੱਖਦੀਆਂ ਨੇ, ਉਹ ਸਾਡੇ ਸਾਹਮਣੇ ਹੁਣ ਹੌਲੀ ਹੌਲੀ ਆ ਰਿਹਾ। ਪੰਜਾਬ ਦੀ ਸਿਆਸਤ ਤੁਸੀਂ ਜਾਣਦੇ ਹੋ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਇਹਨਾਂ ਨੇ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ। ADGP ਸੀਗੇ, ਉਹਨਾਂ ਨੂੰ ਕਿਹਾ ਜੀ, ਬੜੇ ਇਮਾਨਦਾਰ ADGP ਨੇ ਸਿੱਧੂ ਸਾਹਿਬ, ਉਹਨਾਂ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ, ਔਰ ਇਹਨਾਂ ਨੇ ਕਿਹਾ ਜੀ ਅਸੀਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਅਸੀਂ ਇੰਨੇ ਕਿਲੋ ਡਰੱਗਸ ਜਿਹੜੀ ਸੀਗੀ ਹੀਰੋਇਨ ਸੀਜ਼ ਕੀਤੀ, ਇਹਨੇ ਅਸੀਂ ਹਸ਼ੀਸ਼ ਸੀਜ਼ ਕੀਤੀ, ਹੁਣ OPM ਵੱਲ ਤੁਸੀਂ ਤੁਰ ਪਏ ਹੋ। ਇਹ ਸਾਡੇ ਦਰਸ਼ਕ ਫੋਨ ਕਰ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰਪਾਲ ਸਾਹਿਬ ਬੋਲਦਾ ਲੈਸਟਰ ਤੋਂ, UK ਤੋਂ। ਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਜੀ ਸਫੀਮ ਦੀ ਖੇਤੀ ਬਾਰੇ? ਇਹਦੇ ਬਾਰੇ ਜੇ ਇਹਨੂੰ ਲੌਂਗ ਟਰਮ ਨੇ ਦੇਖਦੇ ਹਾਂ ਜੀ, ਇਹਦੇ ਫਾਇਦੇ ਆ। ਅੱਛਾ ਜੀ, ਇੱਕ ਤਾਂ ਤੁਸੀਂ ਦੇਖ ਸਕਦੇ ਆ ਜਿਹੜਾ ਅਫਗਾਨਿਸਤਾਨ ਆ ਉੱਥੇ ਕੁਛ ਨਹੀਂ ਹੁੰਦਾ ਹੋਰ। ਅੱਛਾ ਜੀ, ਛੋਟੇ ਤੋਂ ਉਹਨਾਂ ਦਾ ਜਿਹੜਾ ਨਾ ਰੁਜ਼ਗਾਰ ਦਾ ਸਾਧਨ ਇਹ ਆ ਜੀ। ਉੱਥੋਂ ਜਿੰਨੀਆਂ ਵੀ ਸਰਕਾਰਾਂ ਤੁਸੀਂ ਦੇਖ ਪਿੱਛੇ ਹਿਸਟਰੀ ਪੜ੍ਹ ਕੇ ਦੇਖੋ, ਈਸਟ ਇੰਡੀਆ ਕੰਪਨੀ ਜਿਹੜੀ ਆ ਨਾ ਉਹ ਸਕਸੈਸ ਇਹਦੋਂ ਹੋਈ ਸੀ। ਲੇਕਿਨ ਉਹਨਾਂ ਨੇ ਉਹ ਉਸੇ ਵੇਲੇ ਤੁਸੀਂ ਦੇਖ ਸਕਦੇ ਕਈ ਫਿਲਮਾਂ ਦੇ ਵਿੱਚ ਉਹ ਤੁਸੀਂ ਉਹ ਕੁੱਟਦੇ ਸੀ ਜੇ ਉਹ ਆਪਣੇ ਆਪ ਕੁਛ ਵੇਚਦੇ ਸੀ। ਉਹਨਾਂ ਨੇ ਉਹਨੂੰ ਪੀਣ ਦੇ ਲਈ ਨਹੀਂ ਸੀ ਉਹਨਾਂ ਨੇ ਕੀਤਾ, ਉਹਦਾ ਸਾਧਨ ਉਹਦਾ ਬਣਾਇਆ ਸੀ ਕਿ ਉਹ ਜਿੱਦਾਂ ਉਹਨੂੰ ਇਨਕਮ ਦੇ ਲਈ, ਸੋਰਸ ਆਫ ਇਨਕਮ ਜੀ। ਉਹੀ ਚੀਜ਼ ਜਿਹੜੀ ਆ ਤੁਸੀਂ ਆਪ ਦੇਖ ਲਓ ਰਾਜਸਥਾਨ ਦੇ ਵਿੱਚ ਜਾ ਕੇ ਦੇਖੋ, ਜਿਲ੍ਹੇ ਇੱਥੋਂ ਆਪਾਂ ਕੇਲਿਆਂ ਦੀ ਲੈ ਕੇ ਜਾਂਦੇ ਹਾਂ, ਕੇਲੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ, ਇੱਧਰੋਂ ਜਿਸ ਕਿਤੇ ਵੀ ਜਾਂਦੇ ਆ ਜੀ, ਸਾਰਿਆਂ ਤੋਂ ਪਹਿਲਾਂ ਉਹ ਜਿਹੜੇ ਨਾ ਉਹਨੂੰ ਭੰਗ ਦੇ ਨਾਲ ਕਵਰ ਕੀਤਾ ਜਾਂਦਾ, ਕਿਉਂਕਿ ਭੰਗ ਆਮ ਪੰਜਾਬ 'ਚ ਤੁਰੀ ਫਿਰਦੀ, ਕੋਈ ਉਹਨੂੰ ਪੁੱਛਦਾ ਨੀ ਜੀ, ਕਿੰਨੇ ਕੁ ਜੋੜ ਕਿੰਨੇ ਜਾਣੇ ਪੀਂਦੇ, ਕੋਈ ਨੀ ਪੀਂਦਾ ਜੀ, ਖੁੱਲੀ ਆ ਉੱਥੇ ਨਾ। ਜਦੋਂ ਪਹਿਲਾਂ ਜਾ ਕੇ ਕੇਲਿਆਂ ਨੂੰ ਨੀ ਪੀਂਦੇ, ਉਹ ਪਹਿਲਾਂ ਭੰਗ ਨੂੰ ਪੀਂਦੇ ਆ। ਠੀਕ ਹੈ ਜੀ, ਕਿਉਂਕਿ ਉੱਥੇ ਉਹਦੀ ਪਕੜ ਆ ਹੈਨਾ, ਤੇ ਉਹ ਉਹਨਾਂ ਤੋਂ ਜਿਹੜੀ ਚੀਜ਼ ਤੋਂ ਆਪਾਂ ਸਾਡਾ ਇਹ ਸੁਭਾਅ ਬਣ ਗਿਆ, ਜਿਹੜੀ ਚੀਜ਼ ਤੋਂ ਆਪਾਂ ਦੂਰ ਕਰਦੇ ਹਾਂ ਜਿਹਨੂੰ ਉਹਨੂੰ ਉਹਦੇ ਨੇੜੇ ਉਹਦੇ ਕਲੋਜ਼ ਅਸੀਂ ਯਾਦ ਜਾਂਦੇ ਹਾਂ। ਅੱਛਾ ਜੀ, ਹੁਣ ਰਾਜਸਥਾਨ ਦੇ ਵਿੱਚ ਡੋਡੇ ਖੁੱਲੇ ਆ, ਉੱਥੇ ਕਿੰਨੇ ਕੁ ਲੋਕ ਡੋਡੇ ਪੀਂਦੇ, ਕਿੰਨੇ ਮਰ ਗਏ ਉਹ ਹੈਨਾ, ਉਹਨਾਂ ਦੇ ਉਹਨਾਂ ਨੇ ਇਨਕਮ ਆਫ ਸੋਰਸ ਬਣਾਇਆ ਉਹ। ਇਸੇ ਕਰਕੇ ਜੇ ਪੰਜਾਬ ਦੇ ਵਿੱਚ ਖੁੱਲੀ ਹੋਊਗੀ, ਜਿਹੜਾ ਆਹ ਜਿਹੜਾ ਕਦੇ ਪਾਕਿਸਤਾਨ ਦੇ ਬਾਰਡਰ ਤੇ ਉੱਤੇ BSF ਲਾਈ ਜਾਂਦੇ ਆ, ਅਸੀਂ ਬਾਹਰੋਂ ਡਰੱਗ ਆਈ ਜਾਂਦੇ ਆ, ਇਧਰੋਂ ਆਈ ਜਾਂਦੇ ਆ, ਉਹ ਕਿੰਨੇ ਰੁਕੂਗੇ ਹੈਨਾ, ਜੇ ਉਹ ਕਿੰਨੇ ਕੁ ਲੋਕ ਕਿੰਨੇ ਪੀ ਕੇ ਹੋ ਜਾਊਗੇ ਜਿਲ੍ਹੇ, ਉਹ ਆਪਣੇ ਆਪ ਪਤਾ ਕਿ ਇਹ ਜਿਹੜੀ ਚੀਜ਼ ਸਾਡੇ ਘਰ ਦੀ ਆ, ਅਸੀਂ ਕਿੰਨਾ ਕੁ ਘਰ ਗੁੜ ਹੁੰਦਾ ਸੀ, ਕਿੰਨਾ ਕੁ ਲੋਕ ਖਾਂਦੇ ਹੁੰਦੇ ਸੀ। ਠੀਕ ਹੈ ਜੀ, ਹੈਨਾ, ਜਿਹੜੀਆਂ ਇਹ ਚੀਜ਼ਾਂ ਆ, ਅਸੀਂ ਜਿਹੜੇ ਪੰਜਾਬੀ ਆ ਸਾਡੀ ਸੋਚ ਇੱਥੋਂ ਤੱਕ ਆ, ਜਿਹੜੀ ਚੀਜ਼ ਦੀ ਸਾਨੂੰ ਖੋਲਵਾ ਸੀ ਉਹਦੇ ਵੱਲ ਨੂੰ ਘੱਟ ਜਾਂਦੇ ਆ, ਜਿਹੜੀ ਚੀਜ਼ ਤੇ ਸਾਨੂੰ ਪਾਬੰਦੀ ਲੱਗਦੀ ਆ ਅਸੀਂ ਉਹਦੇ ਵੱਲ ਨੂੰ ਨੱਠ ਕੇ ਜਾਂਦੇ ਆ, ਉਹਦੇ ਵਿੱਚ ਪਤਾ ਨੀ ਮੁੱਠ ਦੇ ਵਿੱਚ ਕੀ ਆ, ਅਸੀਂ ਮੁੱਠ ਖੋਲਣੀ ਆ ਇਹ। ਇਹ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਗਾਂਧੀ ਸਾਹਿਬ ਜਿਹੜੇ ਕਹਿੰਦੇ ਆ, ਉਹ ਪਿੱਛੇ ਆਪਣਾ ਜਿਹੜਾ ਕਲਚਰ ਆ ਉਹਨੂੰ ਪਿੱਛੇ ਨੂੰ ਬੈਕਗ੍ਰਾਉਂਡ ਤੇ ਜਾ ਕੇ ਦੇਖਦੇ, ਨਾ ਕਿ ਹੁਣ ਦੇ ਮੁੱਦੇ ਦੇ ਨਾਲ ਦੇਖਦੇ ਆ। ਕਿਉਂਕਿ ਜੇ ਪੰਜਾਬ ਦੇ ਜਿੰਨੇ ਆ ਤੁਸੀਂ ਦੇਖ ਲਓ, UP ਦੇ ਵਿੱਚ ਕਿੰਨੇ ਕੁ ਲੋਕ ਡੋਡੇ ਪੀਂਦੇ ਆ, ਤੁਸੀਂ ਆਪਾਂ ਜਾਂਦੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਨੰਦੇੜ ਤੋਂ ਜਾਂਦੇ ਆ, ਉੱਥੇ ਕਿੰਨੇ ਕੁ ਲੋਕ ਡੋਡੇ ਪੀਂਦੇ ਆ ਹੈਨਾ, ਉਹ ਖੁੱਲੇ ਆ ਉੱਥੇ ਉਹ ਖੇਤੀ, ਜਿਹੜੇ ਬਾਕੀ ਦੇ ਜਿਹੜੇ ਸੂਬੇ ਆ ਉਹ ਉਨਤੀ ਕਰੀ ਜਾਂਦੇ ਇਸ ਖਾਸ ਕਰ ਦੀ ਖੇਤੀ ਦੇ ਨਾਲ, ਪੰਜਾਬ ਦੇ ਜਿਹੜਾ ਦੁਆ ਆ। ਤੁਸੀਂ ਤੁਸੀਂ ਹਿਮਾਇਤ ਕਰਦੇ ਹੋ, ਤੁਸੀਂ ਤੁਸੀਂ ਇਸ ਫੈਸਲੇ ਦੀ ਹਿਮਾਇਤ ਕਰਦੇ ਹੋ ਮਤਲਬ? ਹਾਂਜੀ ਹਿਮਾਇਤ ਕਰਦੇ ਆ, ਨਾਲੇ ਇਹਦੇ ਨਾਲ ਜਿਹੜਾ ਪੰਜਾਬ ਨੂੰ ਇਹਦਾ ਫਾਇਦਾ ਆ, ਜਿਹੜੇ ਜਿਹੜੇ ਕਿਸਾਨ ਆ ਪੰਜਾਬ ਦੇ ਖੋਜ ਗੁੱਛੀਆਂ ਕਰਦੇ, ਕਿਉਂਕਿ ਇਹ ਮਹਿੰਗੀ ਖੇਤੀ ਆ, ਇਹਦੇ ਨਾਲ ਉਹਨਾਂ ਨੂੰ ਇਨਕਮ ਹੋਣੀ ਆ। ਕਿਉਂਕਿ ਪੰਜਾਬ ਨੂੰ ਮੈਂ ਤੁਹਾਨੂੰ ਇੱਕ ਪਿੱਛੇ ਜਾ ਪਿੱਛੇ ਨੂੰ ਝਾਤ ਮਾਰਦਾ, ਸੁਰਿੰਦਰ ਸਿੰਗਲਾ ਪਿੱਛੇ ਜਾ ਜਿਹੜੇ ਪੂਰੇ ਹੋਏ ਆ ਜੀ, ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਉਹ ਕਹਿੰਦੇ, ਆਪ ਉਹਨਾਂ ਦੀ ਸਟੇਟਮੈਂਟ ਸੀ, ਉਹ ਕਹਿੰਦੇ ਮੈਂ ਜਦੋਂ ਰਾਜੀਵ ਗਾਂਧੀ ਦੀ ਗੱਡੀ ਚਲਾ ਕੇ ਮੈਂ ਲੈ ਕੇ ਗਿਆ ਸ਼ਿਮਲੇ ਨੂੰ, ਤਾਂ ਉਹਨੇ ਪਹਿਲਾਂ ਸਾਰਿਆਂ ਤੋਂ ਪੁੱਛਿਆ ਵੀ ਜਿਹੜੇ ਪੰਜਾਬ ਦੇ ਕਿਸਾਨ ਵਾ ਇਹਨਾਂ ਨੂੰ ਡੋਬਿਆ ਕਿੱਦਾਂ ਜਾ ਸਕਦਾ। ਅੱਛਾ, ਹੈਨਾ, ਕਿੱਦਾਂ ਇਹਨਾਂ ਦੇ ਪੰਜਾਬ ਜਿਹੜਾ ਪਹਿਲੇ ਨੰਬਰ ਤੇ, ਇਹਨੂੰ ਕਿੱਦਾਂ 14ਵੇਂ ਨੰਬਰ ਤੇ ਲਿਆਂਦਾ ਜਾ ਸਕਦਾ। ਇਹ ਜਿਹੜੀਆਂ ਸਰਕਾਰਾਂ ਆ ਉਹ ਸਾਰੇ ਪੰਜਾਬ ਨੂੰ, ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਜਿਹੜੀ ਖੇਤੀ ਨਹੀਂ ਹੋ ਸਕਦੀ, ਪੰਜਾਬ ਦੇ ਵਿੱਚ ਇਹਦੇ ਵਿੱਚ ਕਿਉਂ ਬੈਨ ਕੀਤਾ ਜਾ ਰਿਹਾ ਇਹਨੂੰ? ਠੀਕ ਹੈ ਜੀ, ਹੈਨਾ, ਕਿਉਂਕਿ ਇਹ ਵਾਧੇ ਦਾ ਸੋਰਸ ਆ, ਤਾਂ ਕਿ ਪੰਜਾਬ ਜਿਹੜਾ ਉਹ ਰਿਚ ਨਾ ਹੋ ਸਕੇ। ਪੰਜਾਬ ਵਾਲੇ ਉਹ ਕਣਕ ਬੀਜੀ ਜਾਣ, ਝੋਨਾ ਬੀਜੀ ਜਾਣ, ਜਿਹੜੇ ਮੀਂਹ ਪੈ ਜਾਏ ਉਹ ਵਿਚਾਰਾ ਰੁੜ ਜਾਏ, ਕਣਕ ਨੂੰ ਅੱਗ ਲੱਗ ਜਾਏ, ਕਦੇ ਕੁਛ ਹੋ ਜਾਏ, ਉਹ ਵਿਚਾਰੇ ਰੁੜ ਜਾਣ, ਤੇ ਉਹਨਾਂ ਵੱਲ ਦੁਆਲਾ ਕੀਤਾ ਜਾਣੇ, ਜਿਹੜੇ ਵਾਧੇ ਵਧੀਆ ਜਿਹੜੇ ਪੈਸੇ ਵਾਲੀ ਖੇਤੀ ਆ ਉਹ ਬਾਕੀ ਸੂਬੇ ਕਰੀ ਜਾਣ, ਪੰਜਾਬ ਥੱਲੇ ਰੁੜ ਜਾਏ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣੀ
ਤੁਸੀਂ ਆਪਣੀ ਰਾਏ ਰੱਖੀ ਭਾਈ ਸਾਹਿਬ, ਇਹਨਾਂ ਨੇ ਜਿਹੜੇ ਕਰ ਰਹੇ ਸੀ ਫੋਨ ਲਿਸਟਰ ਤੋਂ, ਉਹ ਕਹਿੰਦੇ ਸੀ ਕਿ ਉਹ ਹਿਮਾਇਤ ਕਰ ਰਹੇ ਸੀਗੇ। ਹੈਲੋ 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 ਹਾਂਜੀ, ਕੀ ਹਾਲ ਮਹਾਰਾਜ? ਠੀਕ ਹੋ? ਠੀਕ ਆ ਜੀ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਮੈਨਚੈਸਟਰ ਤੋਂ ਬੋਲ ਰਿਹਾ ਹਾਂ। ਤੁਸੀਂ ਭਾਈ ਸਾਹਿਬ ਆਪਣਾ ਇੱਕ ਛੋਟਾ ਜਿਹਾ ਰਿਕੁਐਸਟ ਹੈ ਤਾਂ ਆਪਣਾ ਜੀ ਨੇ ਹੁੱਕਾ ਕਿਉਂ ਬੰਦ ਕੀਤਾ ਸੀ ਨਸ਼ਾ, ਕਿ ਸਾਰੇ ਬੰਦੇ ਬਹਿ ਜਾਂਦੇ ਸੀ ਨਾ ਤੇ ਹੁੱਕਾ ਗੁੜ ਗੁੜ ਕਰਦੇ ਰਹਿੰਦੇ ਸੀ ਤੇ ਕੰਮ ਨਹੀਂ ਕੋ ਕਰਦੇ ਸੀ। ਉਹ ਕਹਿਣਗੇ ਗੁਰੂ ਜੀ ਬਈ ਇਹ ਤੇ ਟਾਈਮ ਬੜਾ ਵੇਸਟ ਕਰਦੇ ਹੈਗੇ, ਹਰ ਵਕਤ ਇਹ ਕੋਸ਼ਿਸ਼ ਕਰਕੇ ਅਸੀਂ ਇਹ ਬੰਦ ਕਰਾਈਏ। ਇਹ ਤੰਬਾਕੂ ਤਾਂ ਬੰਦ ਹੋਇਆ ਸੀ ਸਿਰਫ ਇਸ ਕਰਕੇ ਕਿ ਲੋਕੀ ਸਾਰੇ ਅਮਲੀ ਬਹਿ ਜਾਂਦੇ ਸੀ, ਇਹ ਬਸ ਉੱਠਦਾ ਵਾਂ ਮੈਂ ਉੱਠਦਾ ਵਾਂ, ਉਹ ਖੇਤੀ ਸਾਰੇ ਕੰਮ ਰੁਕ ਜਾਂਦੇ ਸਨ, ਮਤਲਬ ਪਾਣੀ ਦੇਣਾ ਖੇਤਾਂ ਨੂੰ ਜਾਂ ਜਾਨਵਰਾਂ ਨੂੰ ਕੋਈ ਖਾਣ, ਪਸ਼ੂਆਂ ਨੂੰ ਕੋਈ ਚੀਜ਼ਾਂ ਖਵਾਉਣੀਆਂ, ਇਹ ਸਾਰੀਆਂ ਜਿਹੜੀਆਂ ਸਨ ਚੀਜ਼ਾਂ ਰੁਕ ਜਾਂਦੀਆਂ ਸਨ। ਦੇਖੋ ਨਸ਼ਾ ਨਸ਼ਾ ਹੀ ਹੈਗਾ, ਚਾਹੇ ਕਿਸੇ ਚੀਜ਼ ਦਾ ਵੀ ਨਸ਼ਾ ਹੋਵੇ ਨਾ, ਈਵਨ ਸਾਡੇ ਮਾਂ ਪਿਓ ਤਾਸ਼ ਖੇਡੋ ਨਾ ਉਹ ਵੀ ਰੋਕਦੇ ਹੁੰਦੇ ਸੀ ਬਈ ਇਹ ਵੀ ਤੁਸੀਂ ਨਸ਼ਾ ਕਰੋਗੇ ਤਾਸ਼ ਖੇਡਦੇ ਰਹੋਗੇ ਟਾਈਮ ਜ਼ਾਇਆ ਕਰੋਗੇ। ਇਹ ਸਾਡੇ ਦਰਸ਼ਕ ਸੀਗੇ, ਇਹ ਵੀ ਕਹਿ ਰਹੇ ਨੇ ਕਿ ਨਸ਼ਾ ਮਾੜਾ ਹੁੰਦਾ ਹੈ, ਲੇਕਿਨ ਸਵਾਲ ਇਹ ਉੱਠਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਹੁਣ ਅਫੀਮ ਵੱਲ ਤੋਰਨ ਦੀ ਲੋੜ ਹੈ ਕਿਆ? ਕਿ ਸਾਡੇ ਕਿਸਾਨ ਹੁਣ ਅਫੀਮ ਉਗਾਉਣਗੇ, ਜਿੱਦਾਂ ਉਹ ਗੱਲ ਕਰ ਰਹੇ ਸੀ ਝੋਨਾ ਔਰ ਕਣਕ ਛੱਡ ਕੇ, ਹੁਣ ਕਿਆ ਪੰਜਾਬ ਦੇ ਖੇਤਾਂ ਵਿੱਚ ਅਫੀਮ ਉਗਾਉਣਾ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਪ੍ਰੋਫਿਟ ਦੇ ਹਿਸਾਬ ਨਾਲ ਕਿਸਾਨਾਂ ਦੇ ਲਈ ਕਿੰਨਾ ਲਾਹੇਵੰਦ ਹੈ? ਔਰ ਇਹ ਫੈਸਲਾ ਸਰਕਾਰ ਦਾ ਸਿਆਸੀ ਹੈ ਜਾਂ ਸਿਰਫ ਆਪਣਾ, ਉਹ ਕਹਿੰਦੇ ਕਿ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ? ਇਸ ਬਾਰੇ ਸਾਡਾ ਵਿਚਾਰ, ਸਾਡੀ ਇਹ ਚਰਚਾ ਜਾਰੀ ਰਹੇਗੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਕਿ ਨਹੀਂ। ਅੱਜ ਜਿਹੜੇ ਸਾਡੇ ਮੁੰਡੇ ਨੇ, ਜਿਹੜੇ ਸਾਡੇ ਨੌਜਵਾਨ ਨੇ, ਜਿਹੜੇ ਡਰੱਗਸ ਦੇ ਸ਼ਿਕਾਰ ਹੋ ਰਹੇ ਨੇ, ਉਹਨਾਂ ਨੂੰ ਸਿੰਥੈਟਿਕ ਡਰੱਗਸ ਦੀ ਜਗ੍ਹਾ ਕਿਆ ਕੋਈ ਨਵਾਂ ਅਲਟਰਨੇਟਿਵ ਨਹੀਂ ਮਿਲ ਜਾਏਗਾ? ਜੇ ਅਫੀਮ ਦੀ ਖੇਤੀ ਵੀ ਕਰਾਂਗੇ ਤਾਂ ਕਿਆ ਇਹਦਾ ਬੇਜਾ ਇਸਤੇਮਾਲ ਨਹੀਂ ਹੋਏਗਾ? ਇਹਦਾ ਗਲਤ ਇਸਤੇਮਾਲ ਲੋਕਾਂ ਦੇ ਗਲਤ ਹੱਥਾਂ 'ਚ ਨਹੀਂ ਜਾ ਸਕਦੀ ਕਿਆ? ਅਸੀਂ ਇਹੀ ਡਿਸਕਸ ਕਰ ਰਹੇ ਹਾਂ, ਸਾਡੇ ਦਰਸ਼ਕ ਸਾਨੂੰ ਫੋਨ 'ਤੇ ਗੱਲ ਕਰ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰਮਾ ਜੀ, ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੋਗਲ ਜੀ, ਕੀ ਹਾਲ ਹੈ ਜੀ? ਸਭ ਠੀਕ ਹੈ? ਬਿਲਕੁਲ ਚੜ੍ਹਦੀ ਕਲਾ, ਬਿਲਕੁਲ ਚੜ੍ਹਦੀ ਕਲਾ, ਜਿੱਥੇ ਉਹ ਰੱਖੇ ਬਿਲਕੁਲ ਠੀਕ ਹੁੰਦਾ। ਚਲੋ ਚੜ੍ਹਦੀ ਕਲਾ ਚਾਹੀਦਾ ਜੀ। ਤੇ ਸ਼ਰਮਾ ਜੀ, ਜਿਹੜਾ ਤੁਸੀਂ ਅੱਜ ਵਿਸ਼ਾ ਲੈ ਕੇ ਆਏ ਹੋ ਨਾ, ਜੀ ਜੀ, ਤੇ ਵਾਕਿਆ ਹੀ ਬੰਦੇ ਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਵੀ ਇੱਕ ਪਾਸੇ ਅਸੀਂ ਰੋਣ ਡਏ ਆ, ਗੋਡਿਆਂ 'ਚ ਸਿਰ ਲੈ ਕੇ ਰੋਣ ਡਏ ਆ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਵੀ ਸਾਡੀ ਜਵਾਨੀ ਖਤਮ ਹੋ ਗਈ, ਸਾਡੀ ਕਿਸਾਨੀ ਖਤਮ ਹੋ ਗਈ, ਤੇ ਜੇ ਹੁਣ ਇਹ ਅਫੀਮ ਦਾ, ਜੇ ਅਫੀਮ ਦੀ ਜਿਹੜੀ ਫਾਰਮਿੰਗ ਆ, ਇਹ ਖੇਤੀਬਾੜੀ ਜੇ ਸ਼ੁਰੂ ਕਰ ਵੀ ਦਿੱਤੀ, ਇਹਦੇ ਨਾਲ ਜੇ ਚਲੋ ਮੰਨ ਵੀ ਲਈਏ ਵੀ ਇਹ ਸਾਡਾ ਸਾਰਾ ਖੇਤਾ ਜਿਹੜਾ ਪੰਜਾਬ ਦਾ ਸਟੇਟ, ਪੰਜਾਬ ਦੀ ਸਟੇਟ ਸੂਬਾ ਆ, ਇਹ ਅਮੀਰ ਹੋ ਵੀ ਜਾਊਗਾ, ਤਾਂ ਮੈਂ ਇਹ ਸੋਚਦਾ ਵੀ ਜਿਹਨਾਂ ਨੇ ਇਹ ਅਫੀਮ ਉਗਾਉਣੀ ਆ, ਇਹ ਆਪ ਨਾ ਖਾਣਗੇ ਅਫੀਮ। ਅਫੀਮ ਉਗਾਉਣਗੇ ਤਾਂ ਉਹ ਅਫੀਮ ਨਾ ਖਾਣਗੇ, ਇਹ ਕੌਣ ਗਰੰਟੀ ਦੇਗਾ ਵੀ ਨਹੀਂ ਖਾਣਗੇ? ਉਹ ਬਾਕੀ ਦੇ ਸੂਬਿਆਂ ਨੂੰ ਭੇਜ, ਬਾਕੀ ਦੇ ਸੂਬਿਆਂ ਕੋਲ ਤਾਂ ਅੱਗੇ ਅਫੀਮ ਹੈਗੀ ਆ, ਤੇ ਫਿਰ ਇਹ ਵੇਚਣਗੇ ਕਿਹਨੂੰ? ਤੇ ਆਪੇ ਖਾਣਗੇ ਨਾ ਫਿਰ। ਨੰਬਰ ਇੱਕ ਵੀ, ਨੰਬਰ ਦੋ, ਜੇਕਰ ਝੋਨੇ ਨੂੰ, ਕਣਕ ਨੂੰ, ਗੰਨੇ ਨੂੰ ਜੇਕਰ ਕੁਦਰਤੀ ਮਾਰ ਪੈਂਦੀ ਆ, ਮੌਸਮ ਦੀ ਮਾਰ ਪੈਂਦੀ ਆ, ਤਾਂ ਇਹ ਕੌਣ ਗਰੰਟੀ ਦੇਗਾ ਕਿ ਜਿਹੜੀ ਅਫੀਮ ਆ ਉਹਦੀ ਖੇਤੀ ਜਦੋਂ ਸ਼ੁਰੂ ਹੋਏਗੀ ਤੇ ਇਹਨੂੰ ਮੌਸਮ ਦੀ ਮਾਰ ਨਾ ਮਾਰੇ? ਜੀ ਜੀ, ਸਹੀ ਹੈ, ਹੈ ਨਾ ਜੀ? ਠੀਕ ਹੈ ਜੀ। ਤੇ ਇਸ ਕਰਕੇ ਇਹ ਤਾਂ ਕੰਟਰਡਿਕਟਰੀ ਸਟੇਟਮੈਂਟ ਲੱਗਦਾ ਵੀ ਇੱਕ ਪਾਸੇ ਤਾਂ ਅਸੀਂ ਕਹਿਣ ਡਏ ਆ ਵੀ ਪੰਜਾਬ ਗਿਆ, ਸਾਡੀ ਜਵਾਨੀ ਗਈ, ਤੇ ਦੂਸਰੇ ਪਾਸੇ ਆਹ ਜਿਹੜਾ ਹੁਣ, ਅੱਛਾ ਚਲੋ ਜੇ ਦਵਾਈਆਂ, ਜਿਵੇਂ ਧਰਮਵੀਰ ਗਾਂਧੀ ਜੀ ਕਹਿੰਦੇ, ਚਲੋ ਆਪਾਂ, ਮੈਂ ਡਾਕਟਰ ਤੇ ਨਹੀਂ, ਉਹ ਡਾਕਟਰ ਨੇ, ਪਰ ਮੈਂ ਸੋਚਦਾ ਤਾਂ ਹੈਗਾ ਨਾ ਵੀ ਜੇ ਦਵਾਈਆਂ ਵਿੱਚ ਪੈਂਦੀ ਹੈ ਵੀ ਸਾਰੀਆਂ ਦਵਾਈਆਂ ਅਫੀਮ ਨਾਲੇ ਬਣਨੀਆਂ। ਹਾਂਜੀ ਠੀਕ ਹੈ, ਉਹਨਾਂ ਲਈ ਕਿੰਨੇ ਪਰਸੈਂਟੇਜ ਲੋਕ ਯੂਜ਼ ਕਰਨਗੇ ਦਵਾਈ, ਕਿੰਨੇ ਜਿਹਨੂੰ ਡਾਕਟਰ ਰਿਕਮੈਂਡ ਕਰੇਗਾ? ਹਾਂਜੀ, ਇਸ ਕਰਕੇ ਮੈਂ ਤਾਂ ਇਹ ਕਹਿੰਦਾ ਵਾ ਸ਼ਰਮਾ ਜੀ, ਮੈਂ ਤਾਂ ਏਦਾਂ ਮਹਿਸੂਸ ਕਰਦਾ ਵੀ ਇਹ ਜਿਹੜੇ ਸਿਆਸੀ ਲੋਕ ਨੇ ਨਾ, ਖਾਸ ਕਰਕੇ ਉਸ ਧਰਤੀ ਦੇ ਰਾਜਨੀਤਿਕ ਲੋਕ ਨੇ, ਕੋਈ ਨਵੇਂ ਤੇ ਨਵਾਂ ਪੰਗਾ ਐਸਾ ਖੜਾ ਕਰਦੇ ਨੇ ਵੀ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ, ਤੇ ਜਿਹੜਾ, ਹਾਂਜੀ ਭਟਕਾ ਦਿੰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ, ਮੈਂ ਸਹਿਮਤ ਹਾਂ, ਤਾਂ ਮੈਂ ਇਹ ਕਹਿੰਦਾ ਮੈਂ ਹੈਰਾਨ ਹੁੰਦਾ ਵੀ ਇੱਕ ਪਾਸੇ ਦੇ
ਵਿਚਾਰ ਕਲਾਈਨਾਂ ਨੇ ਵੀ ਪਤਾ ਨਹੀਂ ਇਹ ਕਹਿੰਦੇ ਕੁਝ ਨੇ ਤੇ ਕਰਨਾ ਇਹਨਾਂ ਨੇ ਜੇ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਕਰਨਾ ਕਦੋਂ ਆ ਹੁਣ ਤੇ ਅਫੀਮ ਹੁਣ ਤੇ ਅਫੀਮ ਦੀ ਫਾਰਮਿੰਗ ਸ਼ੁਰੂ ਹੋਣ ਵਾਲੀ ਆ ਤੇ ਮੈਂ ਇਸ ਤਰ੍ਹਾਂ ਕਹਿੰਦਾ ਹੁਣ ਆਪਣੇ ਸ਼ਰਮਾ ਜੀ ਬਈ ਸਾਧਾ ਸੰਤਾਂ ਵਰਗੇ ਆਗੂ ਬੋਲ ਬੋਲਣ ਸਾਧਾ ਸੰਤਾਂ ਵਰਗੇ ਆਗੂ ਬੋਲ ਬੋਲਣ ਨਸ਼ਾ ਤਸਕਰੀ ਦਾ ਕਹਿੰਦੇ ਹਿਸਾਬ ਕਰਨਾ ਹੈ ਠੱਲ ਪਾਵਾਂਗੇ ਠੱਗਾਂ ਠੇਰਿਆਂ ਨੂੰ ਮਾਹੌਲ ਪੰਜਾਬ ਦਾ ਨਹੀਂ ਖਰਾਬ ਕਰਨਾ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਇਸ ਤਰ੍ਹਾਂ ਬਈ ਜਿਹੜੇ ਤੋਮਤਾ ਭਰੀ ਕਰਨ ਬਿਆਨਬਾਜ਼ੀ ਜਿਹੜੇ ਤੋਮਤਾ ਭਰੀ ਕਰਨ ਬਿਆਨਬਾਜ਼ੀ ਉਹਨਾਂ ਤਾਂ ਹੀ ਹੈ ਲਾਜਵਾਬ ਕਰਨਾ ਹੈ ਬੇਗੁਨਾਹ ਹੋਣ ਦੇ ਸਾਰੇ ਕਰਨ ਦਾਵੇ ਗੁਨਾਹਗਾਰਾਂ ਨੂੰ ਬੇਨਕਾਬ ਕਰਨਾ ਹੈ ਨੰਬਰ ਦੋ ਇਹ ਗੱਲ ਕਰਦੇ ਨੇ ਹੁਣ ਤੀਜੀ ਗੱਲ ਤੇ ਬਾਅਦ ਮੈਂ ਮੁਕਾ ਦੇਣੀ ਗੱਲ ਕਹਿੰਦੇ ਸ਼ੇਰੇ ਪੰਜਾਬ ਵਰਗਾ ਮੁੜ ਰਾਜ ਆਊ ਸ਼ਰਮਾ ਜੀ ਗੌਰ ਫਰਮਾਉਣਾ ਕਹਿੰਦੇ ਸ਼ੇਰੇ ਪੰਜਾਬ ਵਰਗਾ ਮੁੜ ਰਾਜ ਆਊ ਅਸੀਂ ਇਹ ਵੀ ਹੈ ਪੂਰਾ ਖੁਆਬ ਕਰਨਾ ਓਏ ਭਾਸ਼ਣ ਸੁਣ ਸੁਣ ਭੋਗਲ ਕੰਨ ਪੱਕੇ ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ ਓਏ ਭਾਸ਼ਣ ਸੁਣ ਸੁਣ ਭੋਗਲ ਕੰਨ ਪੱਕੇ ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ ਸ਼ਰਮਾ ਜੀ ਪਤਾ ਨੀ ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ ਇਹ ਨੰਬਰ ਤਿੰਨ ਇਹ ਤਿੰਨ ਚੀਜ਼ਾਂ ਮੈਂ ਦੱਸੀਆਂ ਇਹਨਾਂ ਛੇਆਂ ਲਾਈਨਾਂ ਦੇ ਵਿੱਚ ਮੈਂ ਤਾਂ ਹੈਰਾਨ ਹੋ ਜਾਂਦਾ ਠੀਕ ਹੈ ਜੀ ਕੰਟਰਾਡਿਕਸ਼ਨ ਤੇ ਕੰਟਰਾਡਿਕਸ਼ਨ ਕੰਟਰਾਡਿਕਸ਼ਨ ਤੇ ਕੰਟਰਾਡਿਕਸ਼ਨ ਬਹੁਤ ਬਿਹਤਰ ਜੀ ਤੁਸੀਂ ਬਹੁਤ ਬਿਹਤਰੀਨ ਲਿਖਿਆ ਬਹੁਤ ਤੁਸੀਂ ਬਿਹਤਰ ਲਿਖਿਆ ਔਰ ਬਹੁਤ ਤੁਸੀਂ ਆਪਣੇ ਜਿਹੜੇ ਫੀਲਿੰਗਸ ਨੇ ਇਮੋਸ਼ਨਸ ਨੇ ਉਹਨਾਂ ਨੂੰ ਪੋਇਮ ਇੱਥੇ ਲਿਖ ਕੇ ਸਾਨੂੰ ਸੁਣਾਇਆ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਹਾਂਜੀ ਰਿਸ਼ਪਾਲ ਜੀ ਕੀ ਹਾਲ ਜੀ ਠੀਕ ਠਾਕ ਹਾਂਜੀ ਹੁਣ ਤੁਸੀਂ ਦੱਸੋ ਇਹਦੇ 'ਚ ਕੀ ਕਹਿਣਾ ਚਾਹੋਗੇ ਪੰਜਾਬ ਦੇ ਖੇਤਾਂ 'ਚ ਫੀ ਮੰਗਣੀ ਚਾਹੀਦੀ ਕਿ ਨਹੀਂ ਇਹ ਬੜਾ ਐਕਸਪਲਿਸਿਟ ਜਿਹਾ ਮਾਮਲਾ ਹੈਗਾ ਆ ਜੀ ਕਿ ਇਹਦੇ ਵਿੱਚ ਸਟੇਟ ਵੇ ਅਸੀਂ ਯੈਸ ਔਰ ਨੋ ਨਹੀਂ ਕਹਿ ਸਕਦੇ ਓਕੇ ਸਬਜੈਕਟ ਟੂ ਦੀ ਕੰਡੀਸ਼ਨਸ ਹੈ ਕਿ ਅਸੀਂ ਦੇਖਿਆ ਜਾਵੇ ਜਿਹੜੀ ਸਿੰਥੈਟਿਕ ਡਰੱਗਸ ਅੱਜ ਕੱਲ੍ਹ ਦੇ ਨੌਜਵਾਨ ਖਾਂਦੇ ਆ ਜੀ ਦੈਟ ਇਜ਼ ਵੈਰੀ ਫੈਟਲ ਉਹਦਾ ਇਫੈਕਟ ਬਹੁਤ ਜ਼ਿਆਦਾ ਜਿਹੜਾ ਡੂੰਘਾ ਹੈਗਾ ਜਿਹੜੀ ਇਹ ਅਫੀਮ ਦਾ ਹੈਗਾ ਨਾ ਇਹਦਾ ਇਨ ਇਟਸ ਓਨ ਫੋਰਮ ਅੱਗੇ ਨੂੰ ਕੰਪਲੀਕੇਟ ਕਰਕੇ ਹੋਰ ਅੱਗੇ ਸਟਰੋਂਗ ਨਾ ਬਣਾਈ ਜਾਵੇ ਤੇ ਇਹਦਾ ਜਿਹੜਾ ਇਫੈਕਟ ਹੈਗਾ ਉਹ ਘੱਟ ਹੈਗਾ ਡਰੱਗਸ ਦਾ ਇੱਕ ਚੀਜ਼ ਦੱਸਣਾ ਰਸਪਾਲ ਜੀ ਤੁਸੀਂ ਇਹ ਦੱਸੋ ਕਿ ਸਾਡੀ ਜਿਹੜੀ ਸਰਕਾਰਾਂ ਨੇ ਕੀ ਹੁਣ ਬੱਚਿਆਂ ਨੂੰ ਨੌਜਵਾਨਾਂ ਨੂੰ ਅਲਟਰਨੇਟਿਵ ਦੇ ਰਹੀਆਂ ਨੇ ਕਿ ਸਿੰਥੈਟਿਕ ਡਰੱਗਸ ਛੋੜੋ ਅਫੀਮ ਲੈ ਲਓ ਹਮੇਸ਼ਾ ਲੋਕੀ ਕਹਿੰਦੇ ਨੇ ਕਿ ਝੋਨਾ ਛੱਡੋ ਕਣਕ ਛੱਡੋ ਕੁਛ ਹੋਰ ਉਗਾਓ ਮੈਂ ਜਾਣਨਾ ਚਾਹੁੰਦਾ ਜੇ ਕਿਸਾਨਾਂ ਦੀ ਮਾਲੀ ਹਾਲਤ ਸੁਧਾਰਨੀ ਹੈ ਦਰਸ਼ਕੋ ਤੁਹਾਨੂੰ ਵੀ ਇਹ ਸਵਾਲ ਹੈ ਕਿ ਜੇ ਕਿਸਾਨਾਂ ਦੀ ਮਾਲੀ ਹਾਲਤ ਸੁਧਾਰਨੀ ਤੇ ਕਿ ਅਫੀਮ ਉਗਾ ਕੇ ਹੀ ਹੋਏਗੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਜੀ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਉਹਦਾ ਕੰਟਰੋਲ ਕਰਨਾ ਜਿਹੜਾ ਡਿਫਿਕਲਟ ਆ ਮਗਰ ਅਗਰ ਇਹਨਾਂ ਨੇ ਡਿਸੀਜਨ ਲੈਣਾ ਹੀ ਹੈਗਾ ਆ ਤੇ ਮਗਰ ਉਹਦੇ ਵਿੱਚ ਇਹ ਹੈ ਕਿ ਜਿਹੜੀ ਵਾਰ ਹੈਗੀ ਸਾਡੀ ਡਰੱਗ ਦੀ ਉਹ ਖਤਮ ਨਾ ਕੀਤੀ ਜਾਵੇ ਜਿਹੜੇ ਦੂਸਰੇ ਡਰੱਗ ਆਉਂਦੇ ਹੈਗੇ ਆ ਜਿਹੜੇ ਫੈਟਲ ਹੈਗੇ ਆ ਉਹ ਸਟਿਲ ਦੇ ਸ਼ੁਡ ਕੰਟੀਨਿਊ ਟੂ ਉਹਨਾਂ ਨੂੰ ਕੰਟਰੋਲ ਕਰਨ ਲਈ ਠੀਕ ਹੈ ਜੀ ਰਸਪਾਲ ਜੀ ਬਹੁਤ ਬਹੁਤ ਵੈਲਿਊਬਲ ਤੁਹਾਡੀ ਇਨਪੁੱਟ ਰਹਿੰਦੇ ਆ ਤੁਸੀਂ ਸਲਾਹ ਜਿਹੜੀ ਦਿੱਤੀ ਹੈਲੋ 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 ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਭਾਜੀ ਮੈਂ ਸਲੋਹ ਤੋਂ ਬੋਲਦਾ ਜੋਗਾ ਸਿੰਘ ਸੰਧੂ ਹਾਂਜੀ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਜੀ ਤੁਸੀਂ ਭਾਜੀ ਬੜਾ ਦੁੱਖ ਹੁੰਦਾ ਜਦੋਂ ਇਹਦੇ ਨੇ ਗੱਲਾਂ ਸੁਣਦੇ ਆ ਨਸ਼ਿਆਂ ਦੀਆਂ ਇੱਕ ਪਾਸੇ ਤਾਂ ਛਡਾਉਂਦੇ ਆ ਇੱਕ ਪਾਸੇ ਲਵਾਉਂਦੇ ਆ
ਹਾਂ ਜੀ ਇਹੀ ਚੀਜ਼ ਇਹੀ ਡਿਸਕਸ ਕਰ ਰਹੇ ਸੀ ਅੱਜ। ਹਾਂਜੀ ਦੱਸੋ। ਇਹ ਸੁਣ ਕੇ ਆਉਂਦਾ ਵੀ ਗਾਂ ਨੌਜਵਾਨ ਪੀੜ੍ਹੀ ਬਚਾਉਣੀ ਜਾਂ ਹੋਰ ਲਾਉਣੀ ਆ ਅੱਗੇ ਵੀ, ਕਿਸੇ ਦਾ ਕੋਈ ਮਾਂ ਪੁੱਤਰ ਜਿੰਨਾ ਮਾਂ ਪਿਓ ਨੂੰ ਦੁੱਖ ਹੁੰਦਾ ਵੀ ਸਾਡਾ ਧੀ ਪੁੱਤ ਜਿਹਨਾਂ ਨੇ ਜਾਂਦਾ ਜਾਂ ਨਸ਼ਿਆਂ ਤੇ ਲੱਗੇ, ਜਦੋਂ ਖੇਤੀ ਲਾ ਦਿੱਤੀ ਇਹ ਤੇ ਉਹ ਜਦੋਂ ਨੌਜਵਾਨ ਜਾਊਗਾ ਖੇਤਾਂ ਨੂੰ ਤੇ ਉਹ ਲਾਊ ਨਾ ਉੱਥੇ ਜਾ ਕੇ ਫੀਮ ਦਾ, ਮੈਂ ਦੇਖਣਾ ਉਹਨੂੰ ਕਹਿੰਦਾ ਸਵਾਦ ਦੇਖਾਂ ਮੈਂ। ਠੀਕ ਹੈ ਜੀ। ਉਹਨੇ ਡੋਡੇ ਵੀ ਖਾਣੇ, ਉਹਨੇ ਫੀਮ ਵੀ ਖਾਣੀ। ਇੱਕ ਕਿਸਮ ਦਾ ਨਾ ਇਹ ਹੁਣ ਅੰਗੋ ਕਾਂਗਰਸ ਪਹਿਲੋਂ ਦੁਸ਼ਮਣ ਆ ਪੰਜਾਬ ਦੀ, ਇੱਕ ਹੁਣ ਅੰਗੋ ਲੱਗੀ ਆ ਦੁਬਾਰਾ ਇਹ ਫਿਰ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਤੇ ਤੁਲ ਗਿਆ ਇਹ। ਠੀਕ ਹੈ ਜੀ। ਸਾਡੇ ਹੋਰ ਦਰਸ਼ਕ ਨੇ। ਹੈਲੋ 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 ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲੋ ਜੀ, ਕੀ ਸ਼ੁਭ ਨਾਮ ਆਪਣਾ? ਮੈਨੂੰ ਰਵੀ ਸਿੰਘ ਹੈ ਜੀ, ਸਾਊਥ ਹਾਲ ਬੋਲਦਾ ਜੀ। ਸਾਊਥ ਹਾਲ ਤੋਂ? ਹਾਂਜੀ ਸਤਿ ਸ੍ਰੀ ਅਕਾਲ, ਦੱਸੋ ਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜੀ ਇਹ ਬਿਲਕੁਲ ਸਹੀ ਆ, ਪਰ ਅਸੀਂ ਨਸ਼ਾ ਤਾਂ ਕੋਈ ਕਰਦੇ ਨਹੀਂ ਉੱਦਾਂ। ਨਹੀਂ ਸਰਕਾਰ ਦਾ ਫੈਸਲਾ ਠੀਕ ਹੈ। ਫੋਨ ਕੱਟ ਗਿਆ ਲੱਗਦਾ ਉਹਨਾਂ ਦਾ। ਹੈਲੋ 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 ਛੋਟੇ ਭਾਈ ਸ਼ਰਮਾ ਸਾਹਿਬ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਮੱਖਣ ਸਿੰਘ ਜੀ। ਹਾਂਜੀ ਹਾਂਜੀ, ਕੀ ਹਾਲ ਹੈ ਜੀ ਮੱਖਣ ਸਿੰਘ ਜੀ, ਠੀਕ ਹੋ? ਬਾਜੀ ਚੜ੍ਹਦੀ ਕਲਾ ਬਹੁਤ ਹਾਂ ਠੀਕ ਹੈ ਜੀ। ਜਦੋਂ ਇਹੋ ਜਿਹੇ ਮੁੱਦੇ ਹੁੰਦੇ ਤੇ ਹਾਲ ਤੁਹਾਨੂੰ ਪਤਾ ਹੀ ਆ ਵੀ ਸਾਰਿਆਂ ਦੇ ਪੰਜਾਬ ਦੇ ਹਾਲ ਕਿੱਦਾਂ ਦੇ ਆ। ਠੀਕ ਹੈ ਜੀ, ਸਹੀ ਕਹਿ ਰਹੇ ਹੋ। ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਆਪਾਂ, ਹਾਂਜੀ ਮੈਂ ਇਹ ਕਹਿਣਾ ਚਾਹੁੰਦਾ, ਆਪਾਂ ਕਹਿੰਦੇ ਕਿ ਇੱਕ ਛੇਵਾਂ ਦਰਿਆ ਵਗ ਰਿਹਾ ਸਾਡੇ ਪੰਜਾਬ 'ਚ। ਠੀਕ ਗੱਲ। ਤੇ ਜੇ ਇਹ ਚੀਜ਼ ਸਾਡੇ ਪੰਜਾਬ 'ਚ ਗਰੋ ਹੋਣ ਲੱਗ ਪਵੇ ਤੇ ਮੈਂ ਤਾਂ ਕਹਿੰਦਾ ਦਰਿਆ ਤੋਂ ਛੱਪੜ ਬਣ ਜੂਗਾ ਇਹ। ਠੀਕ ਹੈ, ਬਿਲਕੁਲ ਘਟ ਜੂਗਾ ਇਹ ਕੰਮ। ਦੇਖੋ ਮੈਂ ਇੱਥੋਂ ਤਾਂ ਇਹ 30-35 ਸਾਲ ਦੀ ਪਹਿਲੋਂ ਗੱਲ, ਜਦੋਂ ਮੈਂ ਇੰਡੀਆ ਤੋਂ ਆਇਆ ਸੀ ਉਦੋਂ ਮੇਰਾ ਫਰੈਂਡ ਉੱਧਰ ਲਈ ਸੀ ਅਫਗਾਨਿਸਤਾਨ ਵਾਲ ਦਾ, ਉਹ ਕਹਿੰਦਾ ਸੀ ਮੈਂ ਕਿਹਾ ਯਾਰ ਤੁਹਾਡੇ ਵੱਲੋਂ ਡਰੱਗ ਬੜੀ ਉੱਧਰ ਬਣਦੀ ਆ, ਕਹਿੰਦਾ ਮੱਖਣਾ ਸਾਡੇ ਵੱਲ ਕੋਈ ਪੀਂਦਾ ਹੀ ਨਹੀਂ ਗਾ, ਭੇਜਦੇ ਹੀ ਆ ਸਾਰੇ। ਅੱਛਾ, ਸਿਰਫ ਵੇਚਣ ਵਾਸਤੇ ਉਗਾਉਂਦੇ ਆ? ਕੋਈ ਪੀਂਦਾ ਸਰ? ਹਾਂਜੀ, ਤੇ ਅਫਗਾਨਿਸਤਾਨ ਚ ਉਗਾਓ ਤੇ ਇੰਡੀਆ ਦੇ ਨੌਜਵਾਨਾਂ ਨੂੰ ਸ਼ਿਕਾਰ ਬਣਾਓ ਇਹਦਾ, ਹੈ ਬਸ ਸ਼ਿਕਾਰ ਬਣਾਓ। ਤੇ ਏਦਾਂ ਹੀ ਆ, ਜੇ ਸਾਡੇ ਹੀ ਏਦਾਂ ਹੀ ਹੋਣ ਲੱਗ ਪਵੇ ਤੇ ਹੋ ਸਕਦਾ ਦੇਖ ਕੇ ਪਤਾ ਲੱਗ ਜਾ ਕਿ ਚੀਜ਼ ਬਿਲਕੁਲ ਗਲਤ ਆ। ਦੇਖੋ ਸਾਡੇ ਆਪਣੇ ਹਰੇਕ ਫੈਮਿਲੀ ਆ ਸ਼ਰਾਬ ਦੀ ਕੋਈ ਮਾੜੀ, ਹੁਣ ਸ਼ਰਾਬ ਦੇ ਕਿੰਨੇ ਹਜ਼ਾਰਾਂ ਲੱਖਾਂ ਠੇਕੇ ਆ, ਉਹ ਵੀ ਤੇ ਉਹ ਕਿਉਂ ਨੀ ਗੌਰਮੈਂਟ ਬੰਦ ਕਰਦੀ? ਉੱਥੇ ਟੈਕਸ ਕਿੰਨੇ ਜਾਂਦੇ? ਉਹ ਕਹਿੰਦੇ ਪੰਜਾਬ ਵੀ ਸਾਡਾ ਸ਼ਰਾਬ ਸਿਰ ਤੇ ਚੱਲਦਾ ਆ, ਉੱਥੋਂ ਤੋਂ ਸਭ ਤੋਂ ਜ਼ਿਆਦਾ ਰੈਵਨਿਊ ਆਉਂਦਾ ਜੀ ਸ਼ਰਾਬ ਤੋਂ, ਤਾਂ ਨੀ ਕਰਦੀਆਂ ਸਰਕਾਰਾਂ ਬੰਦ? ਹਾਂਜੀ ਦੇਖੋ ਹੁਣ ਆਪਾਂ ਘਰ ਵਿੱਚ ਲਾ ਲਓ, ਜੇ ਆਪਾਂ ਆਪਦੇ ਪੁੱਤ ਨੂੰ ਕਹੀਏ ਦੇਖ ਲਈ ਜੇ ਤੈਨੂੰ ਮੈਂ ਪੀਂਦੇ ਨੂੰ ਦੇਖਿਆ ਤਾਂ, ਉਹ ਹਮੇਸ਼ਾ ਹੀ ਸ਼ਰਾਬ ਚੋਰੀ ਜਾ ਕੇ ਪੀਊਗਾ, ਉਹੀ ਉਹਨੂੰ ਮਾਰ ਦੂਗੀ ਸ਼ਰਾਬ ਜੀ। ਤੇ ਜੇ ਘਰ 'ਚ ਤੇ ਪੁੱਤ ਦੀ ਜਾਂ ਕੋਈ ਦੋਸਤੀ ਸੋਹਣੇ ਵਿਚਾਰ ਹੋਣ ਆਪਸ ਵਿੱਚ, ਕਿੰਨਾ ਅਸੀਂ ਬਚ ਸਕਦੇ ਇਹਨਾਂ ਨਸ਼ਿਆਂ ਤੋਂ। ਕਹਿੰਦੇ ਕਿ ਇਹ ਰਾਜਸਥਾਨ ਵਿੱਚ ਹੁੰਦੀ ਹੈ, ਇਹ ਰਾਜਸਥਾਨ 'ਚ ਇੱਥੋਂ ਤਾਈਂ ਮੈਂ ਸੁਣਿਆ ਕਿ ਯੰਗ ਉਮਰ 'ਚ ਚੜ੍ਹਦੀ ਉਮਰ 'ਚ ਕੋਈ ਫੀਮ ਨਹੀਂ ਖਾਂਦਾ। ਅੱਛਾ ਜੀ। ਤੇ ਉੱਥੇ 70 ਸਾਲ ਤੋਂ ਬਾਅਦ ਉਹ ਆਪਣੇ ਜਿੱਦਾਂ ਕਹਿੰਦੇ ਹੁੰਦੇ ਬਜ਼ੁਰਗਾਂ ਨੂੰ ਆਪ ਦਿੰਦੇ ਆ, ਲੈ ਵੀ ਫੀਮ 100-100 ਸਾਲ ਤੱਕ ਉਹਨਾਂ ਦੀ ਉਮਰ ਹੁੰਦੀ ਆ, ਦਵਾਈ ਦੇ ਤੌਰ ਤੇ ਦਿੰਦੇ ਆ ਥੋੜੀ, ਲੈ ਵੀ ਤੂੰ ਫੀਮ ਖਾ ਲਓ। ਹਾਂਜੀ ਖਾ ਲਓ। ਪਰ ਸਾਡੇ ਤਾਂ ਹੁਣ ਸਿਆਸਤਦਾਨ ਕਹਿੰਦੇ ਨੇ ਕਿ ਇੱਥੇ ਉਗਾਓ ਔਰ ਆਪਣੇ ਇਹਦੇ ਨਾਲ ਕਿਸਾਨ ਕਮਾਈ ਕਰਨਗੇ ਤੇ ਇਹਦੇ ਨੌਜਵਾਨਾਂ ਦੇ ਹੱਥ 'ਚ ਪੈ ਜਾਏਗੀ। ਨਹੀਂ ਦੇਖੋ ਇਹ ਸਮਝ ਹੁੰਦੀ ਆ, ਜੇ ਵਿਚਾਰ ਚੰਗੇ ਹੋਣ ਆਪਦੇ ਫੈਮਲੀਆਂ 'ਚ ਤਾਂ ਇਹਦੇ ਹੱਥ 'ਚ ਨਹੀਂ ਪੈਂਦੀ। ਉਹ ਇਹ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਉੱਥੇ ਉੱਥੇ ਉਗਾਈ ਜਾਂਦੀ ਆ, ਪਰ ਉੱਥੇ ਯੰਗ ਉਮਰ 'ਚ ਕੋਈ ਨਹੀਂ ਖਾਂਦਾ। 70 ਸਾਲ ਤੋਂ ਬਾਅਦ ਉਹ ਆਹ ਬਜ਼ੁਰਗਾਂ ਨੂੰ ਦਿੰਦੇ, ਤੁਸੀਂ ਲੈ ਥੋੜ੍ਹੀ ਜਿਹੀ ਲੈ ਲਓ, ਉਹ ਉਮਰ 100-100 ਸਾਲ ਤੱਕ ਕਹਿੰਦੇ ਜਾਂਦੇ ਆ। ਤੇ ਪਰ ਯੰਗ ਉਮਰ 'ਚੋਂ ਟੱਚ ਵੀ ਨਹੀਂ ਕਰਦੇ, ਕਹਿੰਦੇ ਉੱਥੇ ਦੇ ਇੱਦਾਂ ਦੇ ਕਈ ਪੈਂਦੇ ਆ। ਹਾਂਜੀ ਠੀਕ ਹੈ ਜੀ। ਬਾਕੀ ਦੇਖੋ ਆ ਸ਼ਰਾਬ ਬਾਰੇ ਮੈਂ ਥੋੜੀ ਜਿਹੀ ਲੀਨਾ ਤੁਹਾਨੂੰ ਕਹਿ ਸਕਦਾ ਜੇ ਟਾਈਮ ਹੈਗਾ। ਜਲਦੀ ਚਲੋ, ਬਰੀਫ ਜੀ, ਬੜੇ ਸਾਰੇ ਦਰਸ਼ਕ ਕਰ ਰਹੇ ਫੋਨ ਸਾਨੂੰ, ਬੜੇ ਵਿਊਅਰਸ ਦੇ ਫੋਨ ਆ। ਹਾਂਜੀ ਹਾਂਜੀ ਜਲਦੀ। ਦੇਖੋ ਬਹੁਤ ਹੀ ਪੀਣੀ, ਜਿੱਦਾਂ ਕਹਿੰਦੇ ਨੇ ਹਰੇਕ ਚੀਜ਼ ਦੀ ਕੋਈ ਹੱਦ ਹੁੰਦੀ ਆ, ਕਹਿੰਦੇ ਰੱਖ ਲੈ ਗਲਾਸੀ ਟੇਬਲ ਤੇ, ਆ ਪੜ੍ਹ ਲਿਖਿਆ ਕੀ ਲੇਵਲ ਤੇ, ਇੱਕ ਲਾਈਨ ਸਪੈਸ਼ਲ ਪੜ੍ਹ ਲੈ ਵੇ ਜੋ ਡਾਰਕ ਡਾਰਕ ਆ, ਬਹੁਤ ਹੀ ਪੀਣੀ ਸੱਜਣਾ ਸਿਹਤ ਲਈ ਹਾਨੀਕਾਰਕ ਆ। ਠੀਕ ਹੈ ਜੀ।
ਮੈਂ ਐਂਡ ਚ ਦੋ ਲਾਈਨਾਂ ਹੋਰ ਪੜ੍ਹ ਦਿੰਦਾ ਕਿਉਂਕਿ ਟਾਈਮ ਹੈ ਨੀਗਾ। ਇਹਨੇ ਕਈਆਂ ਦੇ ਘਰ ਗਾਲੇ ਨੇ, ਕਈਆਂ ਦੇ ਹੈ ਗਾਲ ਰਹੀ, ਇਹ ਲਾਲ ਰੰਗ ਦੀ ਸੌਂਕਣ ਜੋ ਮਰਦਾਂ ਨੂੰ ਪਾ ਵਿੱਚ ਜਲ ਰਹੀ। ਠੀਕ ਹੈ ਜੀ, ਜੇ ਜੇ ਮੰਨ ਲੈ ਮੇਰੀ ਮਹਿੰਦਪੁਰੀ, ਤੈਨੂੰ ਮੀਤ ਮੁਬਾਰਕ ਹੈ, ਬਹੁਤ ਹੀ ਪੀਣੀ ਸੱਜਣਾ, ਸਿਹਤ ਲਈ ਹਾਨੀਕਾਰਕ ਹੈ। ਮੈਂ ਗੱਲ ਤਾਂ ਉੱਥੇ ਹੀ ਕਹਿਤੀ, ਹਰੇਕ ਚੀਜ਼ ਹੱਦ ਚੋਂ ਜਦੋਂ ਬੰਦਾ ਟੱਪਦਾ ਉਦੋਂ ਹੀ ਬਸ ਮਾਰੇ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਬਹੁਤ ਅੱਛਾ ਲਿਖਿਆ ਜੀ ਤੁਸੀਂ। ਔਰ ਇਹ ਸੀਗੇ ਸਾਡੇ ਦਰਸ਼ਕ ਜਿਹੜੇ ਆਪਣੇ ਆਪਣੀ ਰਾਏ ਦੇ ਰਹੇ ਨੇ, ਆਪਣੇ ਆਪਣੀ ਸੋਚ ਸਾਡੇ ਨਾਲ ਸਾਂਝਾ ਕਰ ਰਹੇ ਨੇ ਇਸ ਮਸਲੇ 'ਤੇ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਹੁਣ ਕਿਆ ਅਫੀਮ ਉਗਾਈ ਜਾਣੀ ਚਾਹੀਦੀ ਹੈ ਜਾਂ ਨਹੀਂ। ਸਾਡੇ ਸਿਆਸਤਦਾਨ ਜਿਹੜੇ ਨੇ ਇਸ ਵੱਲ ਕਿਉਂ ਤੁਰ ਪਏ ਨੇ, ਇਸ ਦਾ ਕਿਸਾਨਾਂ ਨੂੰ ਕੀ ਫਾਇਦਾ ਹੋਏਗਾ, ਉਹ ਤਾਂ ਹੋਏਗਾ ਜਾਂ ਨਹੀਂ ਹੋਏਗਾ ਉਹਦੇ ਬਾਅਦ ਦੀ ਗੱਲ ਹੈ, ਪਰ ਨੌਜਵਾਨਾਂ ਨੂੰ ਇਹਦੀ ਗ੍ਰਿਪ 'ਚ ਕਿੱਦਾਂ ਆਉਣਾ ਆ ਸਕਦੇ ਨੇ ਔਰ ਉਹਨਾਂ ਨੂੰ ਕੀ ਘਾਟਾ ਹੋ ਸਕਦਾ, ਉਹਨਾਂ ਨੂੰ ਕੀ ਨੁਕਸਾਨ ਨੌਜਵਾਨਾਂ ਨੂੰ ਹੋ ਸਕਦਾ। ਅਸੀਂ ਇੱਕ ਪਾਸੇ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਦੇ ਹਾਂ ਔਰ ਦੂਜੇ ਪਾਸੇ ਸਾਡੇ ਸਿਆਸਤਦਾਨ ਅਫੀਮ ਉਗਾਉਣ ਦੀ ਤਿਆਰੀਆਂ ਕਰ ਰਹੇ ਨੇ। ਇਸੇ ਮੁੱਦੇ 'ਤੇ ਇਸੇ 'ਤੇ ਚਰਚਾ ਜਾਰੀ ਰਹੇਗੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ, ਜੋ ਪੰਜਾਬ ਦੀ ਜੋ ਨਸ਼ਾ ਮੁਕਤ ਪੰਜਾਬ ਕਰਨ ਦੀ ਸਰਕਾਰਾਂ ਦਾਅਵਾ ਹੀ ਕਰਦੀਆਂ, ਸਰਕਾਰਾਂ ਜੋ ਵਾਅਦੇ ਕਰਦੀਆਂ ਉਹਨਾਂ ਦਾ ਕੀ ਹਾਲ ਹੈ, ਉਸ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ। ਔਰ ਅਸੀਂ ਇਹ ਗੱਲ ਕੀਤੀ ਔਰ ਲੋਕਾਂ ਨੇ ਸਾਨੂੰ ਕਾਫੀ ਫੋਨ ਲਗਾਤਾਰ ਸਾਨੂੰ ਆ ਰਹੇ ਨੇ, ਅਸੀਂ ਲੋਕਾਂ ਤੋਂ ਇਹੀ ਜਾਣਨਾ ਚਾਹ ਰਹੇ ਹਾਂ ਆਪਣੇ ਵਿਊਅਰਸ ਤੋਂ, ਆਪਣੇ ਦਰਸ਼ਕਾਂ ਤੋਂ ਜੋ ਪੰਜਾਬ ਦੀ ਮਿੱਟੀ ਨਾਲ ਜੁੜੇ ਨੇ, ਪੰਜਾਬ ਨਾਲ ਜੁੜੇ ਨੇ, ਕਿਆ ਉਹ ਇਹ ਰਿਕਮੈਂਡ ਕਰਦੇ ਨੇ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਹੋਏ, ਪੰਜਾਬ ਦੇ ਵਿੱਚ ਅਫੀਮ ਉਗਾਈ ਜਾਏ ਕਿਆ। ਔਰ ਤੁਹਾਨੂੰ ਇਹ ਦੱਸਿਆ ਸੀ ਕਿ ਸਿਆਸਤਦਾਨ ਜਿਹੜੇ ਕਿਸ ਤਰ੍ਹਾਂ ਦੇ ਵੱਖ ਵੱਖ ਬਿਆਨ ਦੇ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਬੋਲਿਆ, ਨਵਜੋਤ ਸਿੰਘ ਸਿੱਧੂ ਨੇ ਵੀ ਬੋਲਿਆ, ਜਿਹੜੇ ਹੋਰ ਵਿਰੋਧੀ ਧਿਰ ਨੇ ਉਹਨਾਂ ਨੇ ਵੀ ਇਹਦੇ ਬਾਰੇ ਕਿਆ ਕਿਆ ਬਿਆਨ ਦਿੱਤੇ ਨੇ, ਤੁਸੀਂ ਇੱਕ ਵਾਰੀ ਜਿਹੜਾ ਬਿਆਨ ਤਾਂ ਸੁਣੋ ਇਹਨਾਂ ਦੇ ਔਰ ਤੁਹਾਨੂੰ ਪਤਾ ਲੱਗੇ ਕਿ ਸਾਡੀ ਜਿਹੜੇ ਸਿਆਸਤਦਾਨ ਨੇ ਉਹ ਇਸ ਮੈਟਰ 'ਤੇ, ਇਸ ਮੁੱਦੇ 'ਤੇ ਕੀ ਸੋਚ ਰੱਖਦੇ ਆ। ਦੇਖੋ, ਬੀਨ ਕਲੈਮਰਿੰਗ ਫੋਰ ਦਿਸ ਫੋਰ ਦ ਲਾਸਟ ਐਵਰ ਸਿੰਸ ਮਾਈ ਲਾਸਟ ਗਵਰਨਮੈਂਟ ਫਰੋਮ 2002 to 2007. ਆਈ ਟੁੱਕ ਦਿਸ ਮੈਟਰ ਅਪ ਵਿਦ ਦ ਪ੍ਰਾਈਮ ਮਿਨਿਸਟਰ, ਆਈ ਰੇਜ਼ਡ ਇਟ ਇਨ ਦ ਚੀਫ ਮਿਨਿਸਟਰਸ ਕਾਨਫਰੰਸ, ਸੇਇੰਗ ਦੈਟ ਇੰਡੀਆ ਹੈਜ਼ ਟੂ ਹੈਵ ਅ ਡਰੱਗ ਪਾਲਿਸੀ. You cannot have drugs being produced in Madhya Pradesh and grown and then sold there, then it's sold to Rajasthan and Rajasthan also grows it, adds to it, and Punjab becomes the market. So unless you have a strict drug policy to ban all these drugs in this country and let whatever is required for the pharmaceutical industry, government can have a policy on that, but letting it being grown by the states, we know how it leaks out of states. ਬਹੁਤ ਸਿਆਣੀ ਗੱਲ ਕਰ ਰਹੇ ਆ ਧਨਵੀਰ ਗਾਂਧੀ ਜੀ, ਬਹੁਤ ਸਿਆਣੀ ਗੱਲ ਕਰ ਰਹੇ। ਮੈਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਗਵਾਹ ਵੀ ਮੇਰਾ ਤਾਇਆ ਜਾ ਕੇ ਹਸਪਤਾਲ ਤੋਂ ਪਰਚੀ ਲੈ ਕੇ ਫੀਮ ਦੀ ਉਹ ਲੈ ਕੇ ਆਉਂਦਾ ਹੁੰਦਾ ਸੀਗਾ, ਔਰ ਲੰਮੀ ਉਮਰ ਜੀਏ ਇੱਕ ਤਰ੍ਹਾਂ ਦੀ ਦਵਾਈ ਦੇ ਰੂਪ ਦੇ ਵਿੱਚ ਉਹਨੂੰ ਯੂਜ਼ ਕਰਦੇ ਸੀਗੇ। ਲੇਕਿਨ ਜਿਹੜਾ ਇਹ ਮਜੀਠੀਏ ਨੇ ਚਿੱਟਾ ਲਿਆਂਦਾ, ਇਹ ਮਤਲਬ ਸਾਲ ਸਾਲ ਦੇ ਵਿੱਚ ਇਹ ਮਾਵਾਂ ਅੱਜ ਆਪਣੇ ਕਨੇੜਿਆਂ ਦੇ ਉੱਤੇ ਪੁੱਤਾਂ ਦੇ ਵਿਛੋੜਿਆਂ ਦਾ ਬੋਝ ਚੱਕ ਰਹੀਆਂ ਨੇ। ਗਾਂਧੀ ਸਾਹਿਬ ਦੇ ਉੱਤੇ ਡੀ ਡੀ ਆਰ, ਮੈਂ ਸੁਣਿਆ ਕਿ ਇੱਕ ਇਹਨਾਂ ਸਰਕਾਰਾਂ ਦੇ ਕੋਲ ਹੈ ਕੀ ਹੈ, 10 ਸਾਲ ਉਹੀ ਅਕਾਲੀਆਂ ਦੀ ਗੁੰਡਾਗਰਦੀ ਅਤੇ ਹੁਣ ਕਾਂਗਰਸ ਦੀ, ਇੱਕ ਪਾਸੇ ਉਹਨਾਂ 'ਤੇ ਡੀ ਡੀ ਆਰ ਹੋ ਰਹੀ ਹੈ, ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਵਜ਼ੀਰ ਨਵਜੋਤ ਸਿੱਧੂ ਕਹਿ ਰਹੇ ਵੀ ਬਹੁਤ ਚੰਗਾ ਕੰਮ ਹੈਗਾ, ਮੇਰੇ ਦਾਦਾ ਜੀ ਵੀ ਇਹ ਖਾਂਦੇ ਸੀ। ਆਮ ਕਰਕੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਮਜ਼ਦੂਰ ਕਿਸਾਨ, ਉਹ ਸਾਰੇ ਜਿਹੜੇ ਆ ਡੋਡੇ ਭੁੱਖੀ ਦਾ ਸੇਵਨ ਕਰਕੇ ਆਪਣਾ ਮਿਹਨਤ ਮਜ਼ਦੂਰੀ ਕਰਦੇ ਸੀ, ਹੁਣ ਕਾਂਗਰਸ ਦੋਨਾਂ ਹੱਥਾਂ ਦੇ ਵਿੱਚ ਲੱਡੂ। ਅਤੇ ਤੁਸੀਂ ਦੇਖਿਆ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਕਿਸ ਤਰ੍ਹਾਂ ਦੇ ਬਿਆਨ ਦਿੱਤੇ ਨੇ, ਤੁਸੀਂ ਦੇਖਿਆ ਹੋਣਾ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਰਹੇ ਨੇ ਕਿ ਇੱਕ ਡਰੱਗ ਪਾਲਿਸੀ ਹੋਣੀ ਚਾਹੀਦੀ ਹੈ, ਉਹ ਖੁਦ ਕਹਿੰਦੇ ਨੇ ਮੈਂ ਸੈਂਟਰ ਨੂੰ ਜਾ ਕੇ ਲਿਖਾਂਗਾ, ਔਰ ਦੇਖਿਆ ਜਾਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਇਸ ਚੀਜ਼ ਦੀ ਹਿਮਾਇਤ ਕਰ ਰਹੇ ਨੇ ਕਿ ਅਫੀਮ ਦੀ ਖੇਤੀ ਹੋਏ। ਮੈਂ ਇਹ ਜਾਣਨਾ ਚਾਹੁੰਦਾ, ਅਸੀਂ ਇਹ ਕਹਿੰਦੇ ਹਾਂ ਕਿ ਰਾਜਸਥਾਨ ਦੇ ਵਿੱਚ ਅਫੀਮ ਉੱਗਦੀ ਹੈ, ਅਸੀਂ ਇਹ ਕਹਿੰਦੇ ਹਾਂ ਕਿ ਮੱਧ ਪ੍ਰਦੇਸ਼ ਚੁੱਕਦੀ, ਹੋਰ ਵੀ ਕਈ ਸੂਬਿਆਂ ਵਿੱਚ ਅਲਾਊਡ ਹੈ, ਪੰਜਾਬ ਵਿੱਚ ਅਲਾਊਡ ਨਹੀਂ ਹੈ। ਲੇਕਿਨ ਇਹ ਸਵਾਲ ਪੁੱਛਿਆ ਜਾਏ ਕਿ ਅਗਰ ਪੰਜਾਬ ਦੇ ਵਿੱਚ ਅਫੀਮ ਉਗਾਈ ਜਾਏਗੀ ਤਾਂ ਪੰਜਾਬ ਦੀ ਅਫੀਮ ਦਾ ਬਾਜ਼ਾਰ ਕਿੱਥੇ ਹੋਏਗਾ? ਕਿਆ ਪੰਜਾਬ ਵਾਲੇ ਰਾਜਸਥਾਨ ਨੂੰ ਵੇਚਣਗੇ? ਉਹਨਾਂ ਕੋਲ ਤਾਂ ਆਲਰੇਡੀ ਹੈ। ਕਿਆ ਪੰਜਾਬ ਵਾਲੇ ਮੱਧ ਪ੍ਰਦੇਸ਼ 'ਚ ਵੇਚਣਗੇ? ਉਹਨਾਂ ਕੋਲ ਵੀ ਆਲਰੇਡੀ ਹੈਗੀ ਉਹਨਾਂ ਦੇ ਕੋਲ। ਵੇਅਰ ਇਜ਼ ਦੀ ਮਾਰਕੀਟ? ਅਗਰ ਅਸੀਂ ਅੱਜ ਕਹੀਏ ਵੀ ਕਿਸਾਨਾਂ ਨੂੰ ਕਿ ਓਪੀਐਮ ਉਗਾਓ, ਤਾਂ ਮਾਰਕੀਟ ਕਿੱਥੇ ਹੈ? ਉਹ ਫਿਰ ਕੰਟਰੋਲਡ ਮਾਰਕੀਟ ਚਾਹੀਦੀ ਹੈ, ਉਹਦੇ ਵਾਸਤੇ ਪੂਰਾ ਇੱਕ ਡਿਸਿਪਲਿਨ ਚਾਹੀਦਾ ਹੈ, ਉਹ ਇੱਕ ਬੜਾ ਲੰਬਾ ਪ੍ਰੋਸੈਸ ਹੈ। ਸਾਡੇ ਦਰਸ਼ਕ ਸਾਡੇ ਨਾਲ ਗੱਲ ਕਰਨਾ ਚਾਹ ਰਹੇ ਨੇ। ਹੈਲੋ,
ਹੈਲੋ ਹੈਲੋ ਅਤੇ ਦਰਸ਼ਕਾਂ ਦੇ ਫੋਨ ਆ ਰਹੇ ਨੇ ਲਗਾਤਾਰ, ਮੈਂ ਤੁਹਾਡੇ ਨਾਲ ਉਹਨਾਂ ਦੀ ਗੱਲ ਕਰਾਉਣਾ ਜਿਸ ਤਰ੍ਹਾਂ। ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਜੇ ਤੁਹਾਡਾ ਹੈਗਾ ਮੁੱਦਾ ਚੱਲਿਆ ਡਰੱਗਸ ਦਾ ਪੰਜਾਬ ਦੇ ਵਿੱਚ, ਦੱਸੋ ਜੀ। ਨਹੀਂ ਹੋਣਾ ਚਾਹੀਦਾ ਜੀ, ਪੰਜਾਬ ਦੇ ਵਿੱਚ ਡਰੱਗਸ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਕ ਪਾਸੇ ਤਾਂ ਸਾਰੇ ਕਹਿੰਦੇ ਆ ਬਈ ਜਿਹੜਾ ਪੰਜਾਬ ਆ ਗੁਰਾਂ ਦੇ ਨਾਂ ਤੇ ਵੱਸਦਾ ਹੈਗਾ ਜੀ, ਇਹਨਾਂ ਨੂੰ ਇਹ ਪੁੱਛੋ ਵੀ ਗੁਰੂਆਂ ਨੇ ਤੁਹਾਨੂੰ ਇਹ ਖਾਣਾ ਦੱਸਿਆ ਜਾਂ ਗੁਰੂਆਂ ਨੇ ਸਾਨੂੰ ਰੋਕਤਾ ਵੀ ਅਸੀਂ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਹੈਗਾ ਜੀ, ਤੇ ਫਿਰ ਅਸੀਂ ਕਰਦੇ ਵੀ ਹੈਗੇ ਆ। ਇੱਕ ਪਾਸੇ ਇਹ ਇੱਕ ਲਈ ਨਹੀਂ, ਇਕੱਲੇ ਪੰਜਾਬੀ ਜਾਂ ਸਿੱਖਾਂ ਲਈ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਸਾਰਿਆਂ ਵਾਸਤੇ ਹੈਗਾ। ਠੀਕ ਹੈ ਜੀ। ਜਦ ਸਾਡੇ ਗੁਰੂਆਂ ਨੇ ਕਹਿਤਾ ਵੀ ਚੀਜ਼ਾਂ ਤੋਂ ਬਚਣਾ ਹੈਗਾ, ਕਿਸੇ ਹੋਰ ਚੀਜ਼ ਦੀ ਖੇਤੀ ਨਹੀਂ ਹੋ ਸਕਦੀ, ਇੱਕ ਜ਼ਰੂਰ ਵੀ ਇਹ ਕਰਨੀ ਹੈਗੀ ਆ। ਠੀਕ ਹੈ ਜੀ। ਇਹ ਸਾਡੇ ਦਰਸ਼ਕ ਸੀਗੇ। ਹੈਲੋ ਹੈਲੋ ਸ਼ਰਮਾ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ? ਸਤਿ ਸ਼੍ਰੀ ਅਕਾਲ, ਮਰਪਿੰਦ ਸਿੰਘ ਬੋਲਦਾ। ਹਾਂਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ, ਥੈਂਕ ਯੂ। ਹਾਂਜੀ ਸ਼ਰਮਾ ਜੀ, ਇਸ ਵੇਲੇ ਮੈਂ ਅੱਜ ਨਿਊਜ਼ ਦੇ ਸੁਣ ਰਿਹਾ ਸੀ ਤੇ ਮਿਸਟਰ ਗਾਂਧੀ ਜੀ ਤੇ ਮਿਸਟਰ ਨਵਤੋਜ ਜਿਹੜੇ ਵੀਡੀਓ ਚਲਾਏ ਸੀ ਹੁਣੇ। ਹਾਂਜੀ ਹਾਂਜੀ ਹਾਂਜੀ, ਉਹ ਕਹਿ ਰਹੇ ਸਕਣ ਕਿ ਵੀ ਸਾਨੂੰ ਸੀਮ ਵਗੈਰਾ ਉਗਾਉਣੀ ਚਾਹੀਦੀ ਆ, ਖੇਤੀ ਕਰਨੀ ਚਾਹੀਦੀ ਆ ਜੀ। ਯਾਨੀ ਮੈਂ ਇੱਕ ਨਿਊਜ਼ ਸੁਣ ਕੇ ਮੇਰੇ ਦਿਮਾਗ 'ਚ ਨਹੀਂ ਪੈ ਰਹੀ ਸੀ ਵੀ ਆਇਆ ਸੱਚ ਬੋਲ ਰਿਹਾ ਕਿ ਇਹ ਕੀ ਕਹਿ ਰਿਹਾ। ਯੂ ਨੋ ਆਈ ਕੁਡਨਟ ਬਲੀਵ ਇਟ ਵਾਟ ਹੀ ਵਾਸ ਸੇਇੰਗ ਯੂ ਨੋ ਜੀ। ਇਹਨਾਂ ਇਹਨਾਂ ਦੇ ਦਿਮਾਗ ਨੂੰ ਕੀ ਹੋ ਚੁੱਕਾ ਹੈਗਾ? ਮੈਨੂੰ ਤਾਂ ਇਹੀ ਸਮਝ ਨਹੀਂ ਲੱਗਦੀ ਕਿ ਤੁਸੀਂ ਕਿਹੋ ਜਿਹਾ ਮਤਲਬ ਯੂ ਨੋ ਪਹਿਲਾਂ ਡਰੱਗ ਤੁਹਾਤੇ ਇਲਾਜ ਨਹੀਂ ਹੋ ਰਿਹਾ ਔਰ ਦੂਸਰਾ ਕਹਿੰਦੇ ਹੋਰ ਖਰਚੇ ਸ਼ੁਰੂ ਕਰ ਦਿਓ। ਅਸੀਂ ਉਹੀ ਡਿਸਕਸ ਕਰ ਰਹੇ ਕਿ ਸਾਡੇ ਸਿਆਸਤਦਾਨ ਨੇ ਜਿਹੜੇ ਹੁਣ ਓਪੋਜੀਸ਼ਨ ਪਾਰਟੀ ਦੇ ਬੰਦੇ ਨੇ ਕਿਹਾ ਕਿ ਅਫੀਮ ਉਗਾਓ, ਔਰ ਜਿਹੜੇ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕਹਿ ਰਹੇ, ਬਹੁਤ ਸਿਆਣੀ ਗੱਲ ਕਹੀ ਉਹਨਾਂ ਨੇ। ਉਹ ਕਹਿੰਦਾ ਬਹੁਤ ਸਿਆਣੀ ਗੱਲ ਹੈ, ਮੇਰਾ ਕਹਿੰਦਾ ਬਾਬਾ ਪੀਂਦਾ ਸੀਗਾ। ਹਾਂਜੀ, ਤੇਰਾ ਬਾਬਾ ਪੀਂਦਾ ਸੀ, 70 ਸਾਲ ਤੋਂ ਬਾਅਦ ਹੀ ਉਮਰ ਨਹੀਂ ਹੁੰਦੀ, ਤੇਰਾ ਬਾਬਾ ਪੀਂਦਾ ਸੀਗਾ, ਇਹਦਾ ਮਤਲਬ ਜਦ ਉਹ ਪੀਂਦਾ ਸੀਗਾ ਕਿੰਨਾ। ਸ਼ਰਮਾ ਜੀ ਤੁਸੀਂ ਵੀ ਦੇਖਿਆ ਹੋਣਾ, ਅਸੀਂ ਪਿੰਡਾਂ 'ਚ ਦੇਖਿਆ ਆਪਣੀ ਉਮਰ ਦੇ ਵਿੱਚ ਜੀ ਜੀ, ਇਹ ਜਿਹੜਾ ਨਸ਼ਾ ਨਾ ਫੀਮ ਦਾ ਡੋਡਿਆਂ ਦਾ ਰਾਈਟ ਜੀ, ਇਹ ਕੋਈ ਵੀ ਨਸ਼ੇ ਆ ਤੁਹਾਡੇ ਬਲੱਡ ਸਟ੍ਰੀਮ ਚੱਲ ਜਾਂਦੇ ਆ ਕਹਿੰਦੇ ਜੀ, ਔਰ ਜਦ ਤੁਸੀਂ ਮਤਲਬ ਹੌਲੀ ਹੌਲੀ ਉਹ ਤੁਹਾਡੇ ਬਲੱਡ ਚੱਲ ਗਿਆ ਤੇ ਤੁਸੀਂ ਉਹਨੂੰ ਅਡਿਕਟਡ ਹੋ ਜਾਂਦੇ ਆ ਤੇ ਤੁਸੀਂ ਉਹ ਤੋਂ ਬਗੈਰ ਕੁਛ ਕਰ ਨਹੀਂ ਸਕਦੇ ਹਾਂਜੀ ਜੀ। ਉਹ ਜਿੰਨਾ ਚੁੱਕ ਉਹ ਆਦਮੀ ਉਹ ਸ਼ਰਾਬ ਕਿੰਨਾ ਆਪਣੇ ਉਸ ਉਹਦੇ ਅਸਰ ਦੇ ਥੱਲੇ ਰਹਿੰਦਾ ਤੇ ਉਹ ਘੋੜੇ ਵਾਂਗੂ ਦੌੜਾ ਫਿਰਦਾ ਹਾਂਜੀ, ਓਕੇ। ਜਿਸ ਵੇਲੇ ਉਹਦੇ ਬੋਡੀ 'ਚ ਨਹੀਂ ਹੁੰਦਾ ਤਾਂ ਉਹ ਇੱਦਾਂ ਪਿਆ ਹੁੰਦਾ ਜਿੱਦਾਂ ਮੁਰਦਾ ਪਿਆ ਹੁੰਦਾ ਹੈ। ਠੀਕ ਹੈ। ਔਰ ਦੂਸਰੀ ਗੱਲ ਇਹ ਆ ਕਿ ਅਗਰ ਤੁਸੀਂ ਆਪਣੀ ਬੋਡੀ 'ਤੇ ਨਸ਼ੇ ਦੇ ਨਾਲ ਆਪਣੀ ਬੋਡੀ 'ਤੇ ਜ਼ਿਆਦਾ ਐਗਜ਼ਰਟ ਕੀਤਾ, ਉਹ ਨੱਠਾ ਭੱਜਾ ਫਿਰਦਾ, ਤੁਸੀਂ ਉਨਾ ਹੀ ਫਿਰ ਨੈਕਸਟ ਟਾਈਮ ਜਿਸ ਵੇਲੇ ਡਰੱਗ ਤੁਹਾਡੀ ਬੋਡੀ 'ਚ ਨਹੀਂ ਹੈਗਾ ਤੇ ਉਨਾ ਹੀ ਤੁਸੀਂ ਲੋ ਮਹਿਸੂਸ, ਉਨਾ ਤੁਸੀਂ ਲੋ ਡਾਊਨ ਮਹਿਸੂਸ ਕਰਨਾ ਹਾਂਜੀ ਜੀ। ਕਹਿੰਦੇ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਕਿ ਤੁਸੀਂ ਮਤਲਬ ਇੱਕ ਪਾਸੇ ਤਾਂ ਸਾਰਾ ਪੰਜਾਬ ਅਸੀਂ ਕਹਿੰਦੇ ਸੀ ਨਸ਼ਿਆਂ ਨਾਲ ਗ੍ਰਸਤ ਹੋ ਗਿਆ, ਦੂਸਰੇ ਪਾਸੇ ਕਹਿੰਦੇ ਸੀ ਖੇਤੀ ਕਰਨੀ ਸ਼ੁਰੂ ਕਰ ਜਾਓ। ਮੈਨੂੰ ਤਾਂ ਇਹਦਾ ਮੈਂਟਲ ਸਟੈਬਿਲਿਟੀ ਨਹੀਂ ਮੈਨੂੰ ਸਮਝ ਲੱਗਦੀ ਕਿ ਇਹਦਾ ਦਿਮਾਗ ਨੂੰ ਹੋ ਕੀ ਗਿਆ ਹੈਗਾ ਹੈ। ਤੁਸੀਂ ਅਫਗਾਨਿਸਤਾਨ ਦੇ ਕਿੰਨਾ ਮੱਖਣ ਸਾਹਿਬ ਨੇ ਗੱਲ ਕੀਤੀ ਅਫਗਾਨਿਸਤਾਨ ਦੀ, ਯੂ ਨੋ ਹੀ ਇਜ਼ ਵੈਰੀ ਸੈਂਸੀਬਲ ਮੈਨ। ਦੇਖੋ ਅਫਗਾਨਿਸਤਾਨ ਦੇ ਵਿੱਚ ਤੁਸੀਂ ਸ਼ਾਇਦ ਮੈਂ ਡਾਕੂਮੈਂਟਰੀ ਦੇਖੀ ਹੈਗੀ ਆ, ਜਿਹੜੇ ਪਾਕਿਸਤਾਨ ਦੇ ਇਲਾਕੇ ਲੱਗਦੇ ਔਰ ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਲੱਗਦਾ, ਤੁਸੀਂ ਜਾ ਕੇ ਦੇਖੋ ਕਿ ਲੋਕੀ ਜੌਂਬੀਜ਼ ਦੀ ਤਰ੍ਹਾਂ ਤੁਰੇ ਫਿਰਦੇ ਆ। ਯੂ ਨੋ ਜੌਂਬੀਜ਼ ਉਹ ਲੋਕ ਹੁੰਦੇ ਆ ਅੱਧਾ ਸੁੱਤਾ ਅੱਧਾ ਜਾਗਦਾ, ਯੂ ਨੋ ਡਰੱਗ ਦੇ ਨਾਲ। ਜੀ ਜੀ, ਇਸ ਤਰੀਕੇ ਨਾਲ ਉੱਥੇ ਬੱਚੇ ਔਰ ਮਤਲਬ ਜਿਹੜਾ ਲੋਕੀ ਤੁਰੇ ਫਿਰਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਤੇ ਨੂੰ ਜਾਣਾ ਤੇ ਕੀ ਕਰਨਾ ਹੈਗਾ। ਔਰ ਪਾਕਿਸਤਾਨ ਦੇ ਵਿੱਚ ਡਰੱਗ ਅਡਿਕਸ਼ਨ ਸਾਡੇ ਪੰਜਾਬ ਨਾਲੋਂ ਵੀ ਇੰਨੀ ਡੀਪ ਆ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਯੂ ਨੋ ਹਾਲੇ ਪੰਜਾਬ 'ਚ ਇੰਨੀ ਨਹੀਂ ਹੈਗੀ ਜਿੰਨੀ ਪਾਕਿਸਤਾਨ ਦੇ ਵਿੱਚ ਹੈ। ਤੁਸੀਂ ਜਾ ਕੇ ਸੁਣ ਲਿਓ, ਤੁਸੀਂ ਉਹਦੀਆਂ ਡਾਕੂਮੈਂਟਰੀ ਸੁਣ ਕੇ ਦੇਖੋ, ਉੱਥੇ ਦੀ ਨਿਊਜ਼ ਪੜ੍ਹ ਕੇ ਦੇਖੋ, ਉਹਨਾਂ ਦਾ ਕੋਈ ਵੀ ਉਹਨਾਂ ਦਾ ਕੋਈ ਇਲਾਜ ਨਹੀਂ ਕਰ ਰਿਹਾ। ਇੱਕ ਦਿਨ ਸਾਰੇ ਪਾਕਿਸਤਾਨ ਦੇ ਵਿੱਚ ਸਿਰਫ ਇੱਕ ਰਿਹੈਬਿਲੀਟੇਸ਼ਨ ਸੈਂਟਰ ਆ ਜਿੱਥੇ ਲੋਕੀ ਉਹ ਵੀ ਵਾਰੰਟਰੀ ਤਰੀਕੇ ਨਾਲ ਨੂੰ ਟ੍ਰੀਟ ਕੀਤਾ ਜਾਂਦਾ, ਕਿਉਂਕਿ ਉਹਨਾਂ ਦੀ ਆਪਣੀ ਪ੍ਰੋਬਲਮ ਆ। ਤੁਸੀਂ ਇਹ ਸੋਚ ਕੇ ਦੇਖੋ ਕਿ ਤੁਸੀਂ ਅੱਜ ਕਹਿੰਦੇ ਅਸੀਂ ਮਤਲਬ ਜਿਹੜਾ ਆਫੀਮ ਸ਼ੁਰੂ ਕਰ ਦਿਓ, ਡੋਡੇ ਸ਼ੁਰੂ ਕਰ ਦਿਓ, ਤੇ ਇਹਦਾ ਮਤਲਬ ਤੁਸੀਂ ਪੰਜਾਬ ਨੂੰ ਇੱਕ ਐਸੇ ਡਰੱਗੀ ਬਣਾ ਦਿਓਗੇ ਜਿਹਨੂੰ ਜਦ ਉਹ ਡਰੱਗ ਖਾਧਾ ਹੋਊਗਾ ਤਾਂ ਦੌੜੇ ਪੈਣਗੇ, ਜਦ ਮਤਲਬ ਜਦੋਂ ਉਤਰ ਗਿਆ ਤਾਂ ਉਹ ਕਮਲਿਆਂ ਨੂੰ ਤੁਰੇ ਪੈਣਗੇ, ਜੌਂਬੀ ਦੀ ਤਰ੍ਹਾਂ ਤੁਰੇ ਪੈਣਗੇ। ਕਈ ਲੋਕੀ ਵੀ ਓਨੈਸਟਲੀ ਸ਼ਰਮਾ ਜੀ, ਓਨੈਸਟਲੀ ਯੂ ਕਾਂਟ ਬਲੀਵ ਕਿ ਇਹਨਾਂ ਲੋਕਾਂ ਦਾ ਇਹਨਾਂ ਲੋਕਾਂ ਦਾ ਦਿਮਾਗ ਕਿੱਥੇ ਚਲਾ ਗਿਆ। ਇਹ ਲੋਕ ਆ ਤੁਹਾਨੂੰ ਗਾਈਡ ਕਰਨ ਵਾਲੇ, ਇਹ ਲੋਕ ਆ ਤੁਹਾਨੂੰ ਜ਼ਿੰਦਗੀ ਨੂੰ
ਤੁਹਾਡੀ ਲਾਈਫ ਨੂੰ ਮਤਲਬ ਅੱਗੇ ਲਿਜਾਉਣ ਵਾਲੇ ਜਿਹਨਾਂ ਦਾ ਜਿਹੜੀਆਂ ਪ੍ਰੋਬਲਮਾਂ ਪੰਜਾਬ ਦੀਆਂ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਦੇਖੋ ਅਫਗਾਨਿਸਤਾਨ 'ਚ ਜਿਹੜੀ ਓਪੀਅਮ ਉੱਗਦੀ, ਭਾਈ ਸਾਹਿਬ ਸੁਣਿਓ, ਅਫਗਾਨਿਸਤਾਨ 'ਚ ਜਿਹੜੀ ਓਪੀਅਮ ਉੱਗਦੀ ਹੈ ਨਾ, ਉਹ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਉਹੀ ਹੈ, ਉੱਥੋਂ ਇਟਸ ਅ ਟੇਕ ਆਫ ਪੁਆਇੰਟ ਹੈ ਡਰੱਗਸ ਦਾ, ਔਰ ਇੰਡੀਆ ਇਜ਼ ਅ ਟ੍ਰਾਂਜ਼ਿਟ ਮਾਰਕੀਟ ਹੈ, ਉੱਥੋਂ ਸਾਰਾ ਡਰੱਗਸ ਪਾਕਿਸਤਾਨ ਦੇ ਰੂਟ ਨਾਲ ਇੱਥੇ ਪਹੁੰਚ ਰਿਹਾ ਜੀ, ਉਹੀ ਚੀਜ਼ ਹੈ। ਹਾਂ, ਠੀਕ ਹੈ ਜੀ, ਤੁਸੀਂ ਥੈਂਕ ਯੂ ਜੀ, ਬਹੁਤ ਤੁਸੀਂ ਆਪਣੇ ਉਮਦਾ ਬੋਲੇ ਔਰ ਬਹੁਤ ਬਿਹਤਰੀਨ ਤੁਸੀਂ ਆਪਣੀ ਸੋਚ ਰੱਖੀ, ਔਰ ਤੁਸੀਂ ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ, ਕਿੱਥੋਂ ਬੋਲ ਰਹੇ ਜੀ? ਆਪਾਂ ਨਰਿੰਦਰ ਸਿੰਘ ਹੈ। ਹਾਂਜੀ, ਕਿੱਥੋਂ ਬੋਲ ਰਹੇ ਜੀ? ਬਰਮਿੰਘਮ ਤੋਂ। ਬਰਮਿੰਘਮ ਤੋਂ, ਹਾਂਜੀ, ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਮੁੱਦੇ ਤੇ? ਇਹਨਾਂ ਨੂੰ ਮੈਂ ਕਹਿਣਾ ਕਿ ਇਹ ਜਿੰਨੇ ਵੀ ਨਾ ਇੱਥੇ ਸਿੱਖ ਰਹਿੰਦੇ ਹੈਗੇ ਆ ਅਤੇ ਪੰਜਾਬੀ ਵੀ ਜੀ, ਇਹ ਸਾਰੇ ਨਾ ਪੰਜਾਬ ਨੂੰ ਪੈਸਾ ਭੇਜਣਾ ਬੰਦ ਕਰ ਦੇਣ। ਅੱਛਾ। ਹਾਂਜੀ, ਕਿਉਂਕਿ ਉੱਥੇ ਜਿਹੜੇ ਚੀਫ ਮਿਨਿਸਟਰ ਆ ਅਤੇ ਗੁੰਡਾਗਰਦੀ ਹੈ ਜਿਹੜੇ ਪੈਸੇ ਖਾਂਦੇ ਆ ਨਾ, ਲੋਕਾਂ ਨੂੰ ਲੁੱਟਦੇ ਹੀ ਆ, ਇਹਨਾਂ ਨੇ ਪੁੱਠੇ ਪੈਰ ਚੱਕੇ ਹੋਏ ਆ ਇਸ ਕਰਕੇ। ਠੀਕ ਹੈ ਜੀ, ਇਹ ਸਾਡੇ ਦਰਸ਼ਕ ਸੀਗੇ ਬਰਮਿੰਘਮ ਤੋਂ। ਹੈਲੋ ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੁੱਦਾ ਤੁਸੀਂ ਬਹੁਤ ਸੋਹਣਾ ਲੈਂਦਾ ਸ਼ਰਮਾ ਸਰ। ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਜੀ? ਪਹਿਲੇ ਕਾਲਰ ਹੀ ਹੈ। ਹਾਂਜੀ, ਕੌਣ ਸਾਹਿਬ? ਬਹੁਤ ਬਹੁਤ ਵਧੀਆ ਕਹਿ ਗਏ ਆ। ਅੱਛਾ ਜੀ, ਆਪਣਾ ਨਾਮ ਦਰਸ਼ਕਾਂ ਨੂੰ ਦੱਸ ਦਿਓ ਜੀ, ਕਿੱਥੋਂ ਬੋਲ ਰਹੇ ਆਪਾਂ? ਪੁਰਾਣੀ ਆਪਣੀ ਕਹਾਵਤ ਹੈ ਕਿ ਨਹੀਂ ਭਾਈ ਸਾਹਿਬ, ਆਪਣਾ ਨਾਮ ਮਹਾਰਾਜ, ਆਪਣਾ ਨਾਮ ਦੱਸ ਦਿਓ ਔਰ ਆਪਣਾ ਕਿੱਥੋਂ ਬੋਲ ਰਹੇ? ਹਾਂਜੀ, ਸ਼ਤਰ ਸਿੰਘ ਹੈ ਜੀ। ਹਾਂਜੀ, ਕਿੱਥੋਂ ਬੋਲ ਰਹੇ? ਇੰਗਲੈਂਡ ਤੋਂ ਬੋਲ ਰਹੇ। ਇੰਗਲੈਂਡ ਤੋਂ? ਇੰਗਲੈਂਡ ਤੋਂ। ਹਾਂਜੀ ਹਾਂਜੀ ਹਾਂਜੀ, ਪੁਰਾਣੀ ਕਹਾਵਤ ਵੀ ਆਪਣੇ ਕਹਿੰਦੇ ਨੇ, ਸਮਾਨ ਤੋਂ ਡਿੱਗਾ ਤੇ ਖਜੂਰ ਤੇ ਲਟਕਾ। ਹਾਂਜੀ, ਉਹ ਮਤਲਬ ਉੱਥੋਂ ਹਟਾ ਕੇ ਦੂਜੇ ਪਾਸੇ ਲਾ ਦਿਓ। ਇਹ ਜਿਹੜੇ ਕਹਿੰਦੇ ਨੇ ਸਾਡੇ ਬਜ਼ੁਰਗ ਇੰਨੇ 100 ਸਾਲ ਜੀਏ ਜਾਂ 70 ਸਾਲ 90 ਸਾਲ ਵਟਐਵਰ, ਇਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਉਹਨਾਂ ਨੇ ਜ਼ਮੀਨਾਂ ਕਿੰਨੀਆਂ ਵੇਚੀਆਂ ਤੇ ਉਹਨਾਂ ਨੇ ਮਿੱਟੀ ਦੇ ਤਵੇ ਚੜ੍ਹਾ ਤੇ ਉਹਦਾ ਜਿਹੜੇ ਘਰਾਂ ਦੇ ਵਿੱਚ ਫਰੀਮ ਡੋਲੇ ਵੀ ਖਾਂਦੇ ਸੀ ਨਾ, ਹੱਲੇ ਤੱਕ ਉਹਨਾਂ ਦੇ ਖਾਨਦਾਨ ਦੇ ਫਿਊਚਰ ਜਿਹੜੇ ਨਾ, ਉਹਨਾਂ ਦੇ ਲੱਕ ਟੁੱਟੇ ਉੱਠ ਨਹੀਂ ਸਕੇ। ਉਹ ਇਹ ਕਿਹੜੀਆਂ ਗੱਲਾਂ ਕਰਦੇ? ਉਹ ਕੰਮ ਜ਼ਿਆਦਾ ਕਰਦੇ ਸੀ, ਕੰਮ ਤਾਂ ਮਸ਼ੀਨਾਂ ਵੀ ਬਹੁਤ ਜ਼ਿਆਦਾ ਕਰਦੀਆਂ ਉਹਨਾਂ ਦੇ ਘਰ, ਅੱਜ ਕੱਲ੍ਹ ਮਸ਼ੀਨੀ ਕੰਮ ਹੈ, ਅੱਜ ਕੱਲ੍ਹ ਤਾਂ ਹੈ ਹੀ ਨਹੀਂ ਜਿਹੜਾ ਮੈਨੂਅਲੀ ਕੰਮ ਤਾਂ ਹੈ ਹੀ ਨਹੀਂ ਗੇ। ਨਸ਼ਾ ਸਭ ਤੋਂ ਭੈੜੀ ਚੀਜ਼ ਹੈ, ਕੋਈ ਵੀ ਨਸ਼ੇ ਕਿਸੇ ਕਿਸਮ ਦਾ ਵੀ ਨਸ਼ਾ ਨਹੀਂ ਹੋਣਾ ਚਾਹੀਦਾ। ਜਿਹੜੇ ਬੋਲਦੇ ਨਾ ਇਕਨੋਮਿਕਲ ਜੀ, ਸਾਨੂੰ ਬੜਾ ਫਾਇਦਾ ਹੋਊਗਾ, ਇਹਨਾਂ ਨੂੰ ਪੁੱਛੇ ਵੀ ਆਟਾ ਤਾਂ ਉੱਥੇ ਖਾਣ ਨੂੰ ਨਹੀਂ ਮਿਲਦਾ ਲੋਕਾਂ ਨੂੰ, ਤੇ ਤੁਸੀਂ ਨਸ਼ੇ ਉੱਤੇ ਹੋਰ ਕਈ ਜਾਂਦੇ ਆ, ਉਹ ਪੈਸਾ ਪੈਸੇ ਨਾਲ ਕੀ ਕਰਨਗੇ ਉੱਥੇ ਜਦੋਂ ਫਸਲ ਹੀ ਨਹੀਂ ਉੱਗਣੀ ਕੋਈ, ਜਿਹੜੀ ਆਪਾਂ ਆਟਾ ਖਾਂਦੇ ਹਾਂ ਉਹ ਭਾਵੇਂ ਕੋਠੀਆਂ ਬਣਾ ਲਓ, ਭਾਵੇਂ ਤੁਸੀਂ ਜੋ ਮਰਜ਼ੀ ਬਣਾ ਲਓ, ਕੋਠੀਆਂ ਦੇ ਵਿੱਚ ਪੈਸਿਆਂ ਦੇ ਨਾਲ ਕਾਰਾਂ ਦੇ ਨਾਲ ਉੱਤੇ ਅਨਾਜ ਨਹੀਂ ਉੱਗਣਾ। ਠੀਕ ਹੈ ਜੀ, ਤੁਸੀਂ ਤੁਸੀਂ ਇਸ ਫੈਸਲੇ ਦੀ ਹਿਮਾਇਤ ਨਹੀਂ ਕਰਦੇ? ਆਟੇ ਦੀ ਬਣਨੀ ਨਾ, ਤੁਸੀਂ ਇਸ ਫੈਸਲੇ ਦੀ ਹਿਮਾਇਤ ਨਹੀਂ ਕਰਦੇ ਬਿਲਕੁਲ ਵੀ? ਹਾਂ, ਮੈਂ ਬਿਲਕੁਲ ਨਹੀਂ ਕਹਿੰਦਾ, ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ, ਗਲਤ ਹੋ ਰਿਹਾ, ਨਸ਼ੇ ਬਿਲਕੁਲ ਬੰਦ ਹੋਣੇ ਚਾਹੀਦੇ, ਗਾਂ ਫੀਮ ਡੋਡੇ ਬਿਲਕੁਲ ਨਹੀਂ ਬੀਜਣੇ ਚਾਹੀਦੇ, ਇਹ ਸਾਰੇ ਫਿਰ ਘਰਾਂ 'ਚ ਖਾਣਗੇ, ਜਿੰਨੇ ਵੀ ਬੱਚੇ ਬੁੱਢੇ ਬਜ਼ੁਰਗ ਸਾਰੇ ਵੀ ਅਲਾਊਡ ਹੈਗਾ, ਜੋ ਮਰਜ਼ੀ ਕਰੀ ਚਲੋ। ਠੀਕ ਹੈ, ਹੁਣ ਇਹ ਜਿਹੜੇ ਨਸ਼ੇ ਆ ਇਹਨਾਂ ਨਾਲ ਸਵਾਏ ਸੱਤਿਆਨਾਸ਼ ਹੋਣ ਤੋਂ, ਤਬਾਹੀ ਤੋਂ ਹੋਰ ਕੁਛ ਨਹੀਂ ਇਹਦੇ ਵਿੱਚ। ਅਤੇ ਸਾਡੇ ਦਰਸ਼ਕ ਸੀ ਜੀ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਰਿਕਮੈਂਡ ਨਹੀਂ ਕਰਦੇ, ਉਹਦੀ ਹਿਮਾਇਤ ਨਹੀਂ ਕਰਦੇ, ਔਰ ਉਹਨਾਂ ਨੇ ਨਸ਼ੇ ਦੀ ਕੀ ਹਾਲਤ ਖਰਾਬ ਨੇ, ਇਫੈਕਟ ਉਹਦੇ ਬਾਰੇ ਜ਼ਿਕਰ ਕਰ ਰਹੇ ਨੇ। ਸਾਨੂੰ ਹੋਰ ਵੀ ਕਈ ਸਾਰੇ ਦਰਸ਼ਕ ਸਾਨੂੰ ਯੂਕੇ ਔਰ ਪੂਰੇ ਯੂਰਪ ਤੋਂ ਫੋਨ ਕਰ ਰਹੇ ਨੇ, ਇਹਨਾਂ ਦੇ ਜਿਹੜੇ ਕਾਲਸ ਨੇ ਅਸੀਂ ਬ੍ਰੇਕ ਤੋਂ ਬਾਅਦ ਲਵਾਂਗੇ। ਹੁਣ ਵਕਤ ਹੋ ਗਿਆ ਨਿੱਕੇ ਜਿਹੇ ਬ੍ਰੇਕ ਦਾ, ਬ੍ਰੇਕ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਉਗਾਉਣ ਦੀ ਵਕਾਲਤ ਕਰ ਰਹੇ ਨੇ ਸਾਡੇ ਸਿਆਸਤਦਾਨ। ਤੁਸੀਂ ਹੁਣ ਥੋੜ੍ਹੀ ਦੇਰ ਪਹਿਲਾਂ ਵੀਡੀਓ ਦੇਖੇ, ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ, ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ ਔਰ ਜਿਹੜੇ ਹੋਰ ਆਪੋਜੀਸ਼ਨ ਦੇ ਲੀਡਰਸ ਨੇ ਉਹਨਾਂ ਦਾ ਕੀ ਕਹਿਣਾ ਹੈ। ਇਹ ਸਾਰੀ ਛੇੜ ਜਿਹੜੀ ਛੇੜੀ ਗਈ ਹੈ ਉਹ ਡਾਕਟਰ ਧਰਮਵੀਰ ਗਾਂਧੀ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ, ਪਟਿਆਲਾ ਤੋਂ ਲੋਕ ਸਭਾ ਦੇ MP ਨੇ, ਉਹਨਾਂ ਨੇ ਇਹ ਛੇੜ ਛੇੜੀ ਹੈ। ਉਹਨਾਂ ਨੇ ਇਹ ਰਾਗ ਛੇੜਿਆ ਕਿ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਅਫੀਮ ਉਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕਿਉਂਕਿ ਕਈ ਸਾਰੇ ਸੂਬੇ ਨੇ ਮੱਧ ਪ੍ਰਦੇਸ਼ ਰਾਜਸਥਾਨ ਜਿੱਥੇ ਇਹ ਇਜਾਜ਼ਤ ਹੈਗੀ ਹੈ, ਪੰਜਾਬ ਦੇ ਵਿੱਚ ਨਹੀਂ ਹੈ। ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਜਿਹੜੀ ਪੂਰੇ ਕੰਟਰੀ ਦੀ ਡਰੱਗ ਪਾਲਿਸੀ ਆ ਉਹਦੇ ਵਿੱਚ ਫਿਰ ਬਦਲ ਕੀਤਾ ਜਾਏ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਉਗਾਈ ਨਹੀਂ ਜਾਣੀ ਚਾਹੀਦੀ ਹੈ, ਔਰ ਜਿਹੜੇ ਉਹਨਾਂ ਦੇ ਮੰਤਰੀ ਨੇ ਬਿਆਨ ਦਿੱਤਾ ਨਵਜੋਤ ਸਿੰਘ ਸਿੱਧੂ ਨੇ, ਉਹਦੀ ਵੀ ਉਹ ਹਿਮਾਇਤ ਕਰ ਰਹੇ ਨੇ। ਮੇਰੇ ਕੋਲ ਗੂਗਲ ਤੋਂ ਮੈਂ ਦੇਖਿਆ ਕੱਢ ਕੇ ਜੁਲਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਹੈਗਾ ਜਿੱਥੇ ਉਹ ਕਹਿੰਦੇ ਨੇ ਕਿ ਜਿਹੜੀ ਅਫੀਮ ਹੈ ਇਹਦੇ 'ਤੇ ਕੰਟਰੋਲ ਹੋਣਾ ਚਾਹੀਦਾ, ਔਰ ਹੋਰ ਸੂਬਿਆਂ ਤੋਂ ਪੰਜਾਬ 'ਚ ਨਾ ਆਏ ਇਹਦੇ ਉੱਤੇ ਵੀ ਰਿਸਟ੍ਰਿਕਸ਼ਨ ਹੋਣੀ ਚਾਹੀਦੀ ਹੈ। ਹੁਣ 2-3 ਮਹੀਨਿਆਂ ਦੇ ਵਿੱਚ ਉਹਨਾਂ ਦੀ ਸੋਚ ਵਿੱਚ ਕੀ ਫੇਰਬਦਲ ਆਇਆ ਇਹ ਤਾਂ ਰੱਬ ਜਾਣੇ, ਲੇਕਿਨ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦੇ ਕੇ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਕਰ ਦਿੱਤੀ ਹੈ। ਇੱਕ ਤਾਂ ਉਹਨਾਂ ਨੇ ਖੁੱਲ੍ਹੇਆਮ ਧਰਮਵੀਰ ਗਾਂਧੀ ਦੀ ਹਿਮਾਇਤ ਕੀਤੀ ਹੈ, ਔਰ ਦੂਸਰਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਹਲੇ ਜਿਹੜੀ ਹੈ ਡਰੱਗਸ ਦੇ ਉੱਤੇ ਪੂਰੀ ਤਰ੍ਹਾਂ ਠੱਲ ਨਹੀਂ ਲਗਾ ਸਕਦੀ। ਇਹ ਉਹਨਾਂ ਨੇ ਐਕਸੈਪਟ ਕੀਤਾ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਇਸ ਬਿਆਨ ਨੂੰ ਚੱਕਿਆ, ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਦਲਜੀਤ ਚੀਮਾ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਕਨਫੈਸ ਕਰ ਲਿਆ, ਪੰਜਾਬ ਸਰਕਾਰ ਨੇ ਐਕਸੈਪਟ ਕਰ ਲਿਆ ਕਿ ਅਸੀਂ ਡਰੱਗਸ ਦੇ ਉੱਤੇ ਪੂਰੀ ਤਰ੍ਹਾਂ ਠੱਲ ਨਹੀਂ ਲਾ ਸਕਦੇ। ਨਸ਼ਾ ਮੁਕਤ ਪੰਜਾਬ ਕਰਨਾ ਸੀ, ਗੁਟਕਾ ਸਾਹਿਬ ਲੈ ਕੇ ਹੱਥ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਸਮ ਖਾਧੀ ਸੀ, ਹੁਣ ਅੱਜ ਉਹੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਉਗਾਈ ਜਾਏ। ਅਸੀਂ ਸਵਾਲ ਹੈ ਸਾਰੇ ਦਰਸ਼ਕਾਂ ਦੇ ਨਾਲ ਡਿਸਕਸ ਕਰ ਰਹੇ ਹਾਂ, ਇਹ ਕਰ ਰਹੇ ਹਾਂ ਕਿ ਅਫੀਮ ਉਗਾਉਣ ਦੇ ਨਾਲ ਕਿਆ ਸਾਡੇ ਨੌਜਵਾਨਾਂ ਦਾ ਜਿਹੜੇ ਡਰੱਗਸ ਦੇ ਵਿੱਚ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਦੀ ਨੌਜਵਾਨਾਂ ਦੀ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ, ਉਹਨਾਂ ਦੇ ਇਸ ਪੂਰੇ ਪ੍ਰੋਸੈਸ 'ਤੇ ਨਸ਼ੇ ਦੀ ਖਰਾਬੀ ਦੀ ਪ੍ਰੋਸੈਸ 'ਤੇ ਕੋਈ ਠੱਲ ਲੱਗੇਗੀ? ਕਿਆ ਇਹ ਸਰਕਾਰ ਦਾ ਜਿਹੜਾ ਫੈਸਲਾ ਹੈ ਜਾਂ ਜੋ ਵੀ ਉਹ ਮੰਗ ਕਰ ਰਹੇ ਨੇ ਕਿਆ ਉਹ ਜਾਇਜ਼ ਹੈ, ਔਰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਖੇਤਾਂ ਵਿੱਚ ਅਫੀਮ ਉਗਾਈ ਜਾਣੀ ਚਾਹੀਦੀ ਹੈ? ਹੈਲੋ ਹੈਲੋ ਹਾਂਜੀ ਨਵੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਹਾਂਜੀ ਪਰਮਿੰਦਰ ਸਿੰਘ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ, ਤੇ ਆਪਾਂ ਇੰਗਲੈਂਡ ਤੋਂ ਬੋਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਅੱਛਾ ਜੀ, ਜਿਹੜਾ ਨਾ ਆਪਣੇ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ, ਬੜਾ ਬੇ ਟਾਈਮ ਆ ਜੀ, ਕਿਉਂਕਿ ਆਪਾਂ ਪੰਜਾਬ 'ਚ ਤਾਂ ਪਹਿਲਾਂ ਲੜਾਈ ਲੜ ਰਹੇ ਹਾਂ ਕਿ ਜੀ ਡਰੱਗ ਹੈ ਇਹਨੂੰ ਖਤਮ ਕੀਤਾ ਜਾਵੇ ਜੀ, ਤੇ ਇਹਦੇ ਪਿੱਛੇ ਚਲੋ ਗਵਰਨਮੈਂਟ ਵੀ ਹੈਲਪ ਕਰ ਰਹੀ, ਕੰਮ ਕਰ ਰਹੀ ਆ, ਸੰਸਥਾਵਾਂ ਕਰ ਰਹੀਆਂ, ਤੇ ਸਭ ਤੋਂ ਜ਼ਿਆਦਾ ਕੰਮ ਕਰ ਰਹੇ ਆ ਬੱਚਿਆਂ ਦੇ ਮਾਪੇ ਜੀ, ਕਿ ਸਾਡੇ ਬੱਚੇ ਬਚ ਜਾਣ। ਹਾਂਜੀ, ਤੇ ਇਹਨਾਂ ਨੇ ਇਹ ਗੱਲ ਕਹਿ ਕੇ ਕਿ ਮੇਰਾ ਤਾਇਆ ਖਾਂਦਾ ਹੁੰਦਾ ਸੀ ਤੇ ਉਹ ਤੋਂ ਲੰਮੀ ਉਹਦੀ ਉਮਰ ਹੋਈ। ਹਾਂਜੀ, ਇਹਨਾਂ ਨੇ ਉਹ ਸਾਰੇ ਲੋਕਾਂ ਦਾ ਜਿਹੜਾ ਇਹਨਾਂ ਕੋਸ਼ਿਸ਼ ਸੀ ਉਹਨੂੰ ਸਲਾਬਾ ਚਾੜ ਦਿੱਤਾ। ਜਿਹੜੇ ਖਾਣ ਵਾਲੇ ਹੋਣਗੇ ਜਾਂ ਸੋਚਦੇ ਹੋਣਗੇ ਜਾਂ ਕੋਸ਼ਿਸ਼ ਕਰਦੇ, ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੀ ਤਾਂ ਉਮਰ ਬਹੁਤ ਹੋ ਜਾਣੀ, ਇਹ ਖਾਈ ਜਾਓ, ਚੰਗੀ ਚੀਜ਼ ਆ। ਅੱਛਾ, ਹਾਂਜੀ, ਤੇ ਦੂਸਰੀ ਜਿਹੜੀ ਡਿਵੋਸ਼ਨ ਦੀ ਗੱਲ, ਇਹ ਪੱਕੀ ਗੱਲ ਆ, ਕਿਉਂਕਿ ਇਹਨਾਂ ਨੇ ਨਾ ਆਪਣੇ ਕੁਝ ਇਹਨਾਂ ਦੀਆਂ ਪੋਲਿਸੀਆਂ ਫੇਲ ਤਾਂ ਹੋਣੀਆਂ ਹੀ, ਇੰਨੀਆਂ ਚੀਜ਼ਾਂ ਹੋ ਤਾਂ ਸਕਦੀਆਂ ਸੀ, ਆਪਾਂ ਨੂੰ ਪਤਾ ਹੀ ਸੀ, ਉਹ ਕੋਈ ਨਾ ਕੋਈ ਏਦਾਂ ਦੀ ਚੀਜ਼ ਛੱਡ ਦਿੰਦੇ ਕਿ ਆਪਾਂ ਇਹਨਾਂ ਚੀਜ਼ਾਂ 'ਚ ਡਿਸਕਸ ਕਰੀਏ, ਤੇ ਇਹਨਾਂ ਨੂੰ ਕੋਈ ਪੁੱਛੇ ਹੀ ਨਾ ਕਿ ਜਿਹੜੇ ਤੁਸੀਂ ਗੁਟਕਾ ਸਾਹਿਬ ਦੀ ਫੜ ਕੇ ਕਸਮ ਖਾਧੀ ਸੀ ਜਾਂ ਜਿਹੜੀ ਜੋਬਾਂ ਦੇਣੀਆਂ ਸੀ ਉਹਨਾਂ ਦਾ ਕੀ ਬਣਿਆ ਜੀ? ਠੀਕ ਹੈ ਨਾ, ਇਹ ਸਾਰਾ ਇਹਨਾਂ ਦਾ ਇਹ ਸੈਟਅਪ ਕੀਤਾ ਹੈ ਕਿ ਕਦੋਂ ਕਿੰਨੇ ਟਾਈਮ ਬਾਅਦ ਕਿੱਦਾਂ ਦੀ ਚੀਜ਼ ਆਉਣੀ ਆ, ਤਾਂ ਕਿ ਜਿਹੜਾ ਮੀਡੀਆ ਆ ਲੋਕੀ ਆ ਉਹ ਇਹਦੇ ਉੱਤੇ ਗੱਲਾਂ ਇਹਨਾਂ ਦਾ ਧਿਆਨ ਲੱਗਾ ਰਵੇ, ਤਾਂ ਇਹਨਾਂ ਦੇ 5 ਸਾਲ ਇੱਦਾਂ ਹੀ ਹੌਲੀ ਹੌਲੀ ਲੰਘ ਜਾਣ। ਠੀਕ ਹੈ ਜੀ, ਠੀਕ ਹੈ ਭਾਈ ਸਾਹਿਬ, ਥੈਂਕ ਯੂ ਭਾਈ। ਇਹ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਜਨਤਾ ਦਾ ਧਿਆਨ, ਲੋਕਾਂ ਦਾ ਧਿਆਨ ਡਾਇਵਰਟ ਕਰਨ ਦੀ ਤਾਂ ਉਹ ਨਹੀਂ ਹੈ ਇੱਕ ਤਰ੍ਹਾਂ ਦਾ ਜਿਹੜੀ ਪਲੈਨਿੰਗ ਕੀਤੀ ਹੋਈ ਪੋਲੀਟੀਕਲ ਪਾਰਟੀਆਂ ਨੇ, ਲੇਕਿਨ ਸਵਾਲ ਇਹ ਉੱਠਦਾ ਹੈ ਕਿ ਜੋ ਅਸਲੀ ਮੁੱਦੇ ਨੇ, ਜੋ ਡਰੱਗਸ ਦੀ ਵਾਰ ਕਰਨੀ ਸੀ, ਨਸ਼ਾ ਮੁਕਤ ਪੰਜਾਬ ਕਰਨਾ ਸੀ, ਉਹਦਾ ਕੀ ਬਣਿਆ? ਹੈਲੋ 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 ਨਮਸਕਾਰ ਸ਼ਰਮਾ ਜੀ, ਮੈਂ ਸਿੰਧੂ ਬੋਲਿਆ ਗਈ। ਜਦੋਂ ਹਿੰਦੂਆਂ ਨੇ ਬੁਰੇ ਸ਼ੰਕਰ ਨੂੰ ਕਹਿਤਾ ਪੀਂਦਾ ਸੀ ਗਾਂਜਾ, ਤੇ ਗਾਂਧੀ ਭਾਈ ਸਾਹਿਬ, ਇਹ ਸਾਡੇ ਦਰਸ਼ਕ ਕੁਛ ਹੋਰ ਗੱਲ ਕਰਨ ਲੱਗ ਗਿਆ, ਅਤੇ ਸਵਾਲ ਇਹ ਉੱਠਦਾ ਜੀ, ਜੋ ਅਸੀਂ ਡਿਸਕਸ ਕਰ ਰਹੇ ਹਾਂ ਤੁਹਾਡੇ ਨਾਲ ਅੱਜ, ਇਹ ਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਤੁਸੀਂ ਜਿਸ ਤਰ੍ਹਾਂ ਲੋਕਾਂ ਨੇ ਸਾਰੇ ਜਿਹੜੇ ਸਾਡੇ ਦਰਸ਼ਕ ਫੋਨ ਕਰਕੇ ਕਹਿ ਰਹੇ ਨੇ, ਔਰ ਜ਼ਿਆਦਾਤਰ ਮੈਂ ਦੇਖ ਰਿਹਾ ਰਿਕਮੈਂਡ ਨਹੀਂ ਕਰ ਰਹੇ ਇਸ ਚੀਜ਼ ਨੂੰ। ਹੈਲੋ 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਜੀ? ਸਾਡੇ ਪੰਜਾਬ ਦੇ ਵਿੱਚ ਅੱਛੇ ਕੰਮ ਕਿਹੜੇ ਕਰਨੇ, ਸਾਡੇ ਜਵਾਨ
ਜਿਹੜੀ ਪੀੜ੍ਹੀ ਹੈ ਉਹਨੂੰ ਕਿਹੜੀ ਲੈ ਕੇ ਦਿਸ਼ਾ ਚ ਜਾਣਾ ਤੇ ਕਿਹੜੇ ਕੁਝ, ਲੇਕਿਨ ਮੈਂ ਇਸ ਹੱਕ ਚ ਨੀ ਜਿਹੜਾ ਗਾਂਧੀ ਵੀ ਕਹਿੰਦਾ, ਲੇਕਿਨ ਆਪਣੀ ਸਿਆਸਤ ਪਾਲਦੇ ਨੇ ਸਾਰੇ ਹੀ। ਤੇ ਪਹਿਲਾਂ ਇਹ ਕਹਿੰਦਾ ਯਾਰ ਸਿੱਧੂ ਸਿੱਧੂ ਸਾਹਿਬ ਨੇ ਕਹਿੰਦਾ ਯਾਰ ਤੂੰ ਕੀ ਖਾ ਆ, ਪਹਿਲਾਂ ਇਹਦੇ ਨਿਆਣੀ ਖਾਂਦੀ, ਇਹਦੀ ਜਨਾਨੀ ਖਾਂਦੀ ਹੈ, ਆਪਣੀ ਜਨਾਨੀ ਨੂੰ ਸਟਾਰਟ ਕਰਾ, ਇਹ ਜਨਾਨੀ ਫੀਮ ਖਾਂਦੀ ਹੈ ਤੇ ਲੋਕਾਂ ਦੇ ਬੱਚੇ ਵੀ ਖਾਣਗੇ ਤੇ ਉਹ ਬੱਚੇ ਵੀ ਵੇਚਣਗੇ। ਤੇ ਮੇਰਾ ਦਿਲ ਤਦ ਦੁਖਿਆ ਕਿ ਮੇਰਾ ਭਰਾ ਦੀ ਡੈਥ ਸਿੱਧਾ ਹੀ ਹੋਈ। ਇਹ ਕਹਿੰਦੇ ਫੀਮ ਅੱਛੀ ਚੀਜ਼ ਹੈ, ਫੀਮ ਸਭ ਤੋਂ ਗੰਦੀ ਚੀਜ਼ ਹੈ। ਇਹ ਕਹੋ ਜਿਹੜਾ ਆਪਣੀ ਜਨਾਨੀ ਨੂੰ ਸਟਾਰਟ ਕਰਾਓ, ਸਿੱਧੂ ਸਾਹਿਬ ਨੂੰ ਕਹੋ ਤੇ ਜਨਾਨੀ ਖਾਂਦੀ ਤੂੰ ਵੀ ਖਾਓ ਤੇ ਫਿਰ ਤੁਸੀਂ ਕਹੋ ਲੋਕਾਂ ਨੂੰ ਬੀਜੋ। ਜੇ ਧਰਮਗੜ ਗਾਂਧੀ ਹੈ ਨਾ, ਉਹਦੀ ਕੋਈ ਵੈਲਜੂ ਨੀ ਹੁਣ ਆਮ ਪਾਰਟੀ ਦੇ ਵਿੱਚ, ਇਸ ਕਰਕੇ ਉਹ ਸਾਰਿਆਂ ਨੂੰ ਇੱਕ ਗੁੰਮਰਾਹ ਕਰਦਾ ਪਿਆ ਵਾ ਆਪਣੀ ਸਿਆਸਤ ਵਾਸਤੇ। ਠੀਕ ਹੈ ਜੀ, ਇਹ ਤੇ ਸਲਾਹ ਦੇ ਰਹੇ ਨੇ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਹੀ ਅਫੀਮ ਖਾਣ ਸ਼ੁਰੂ ਕਰ ਦੇਣ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ ਥੋੜੀ ਗੱਲ ਪਹਿਲਾਂ ਰਹਿ ਗਈ ਸੀ ਵਿੱਚ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਬ੍ਰੇਕ ਤੋਂ ਪਹਿਲਾਂ ਨਛੱਤਰ ਸਿੰਘ ਬੋਲ ਰਿਹਾ ਜੀ। ਹਾਂਜੀ, ਕਹਿਣਾ ਕਿ ਪੰਜਾਬ ਦੇ ਮੁੰਡਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਉੱਥੇ ਐਜੂਕੇਸ਼ਨ ਹੋਣੀ ਚਾਹੀਦੀ, ਕੋਈ ਸਕਿੱਲ ਹੋਵੇ, ਚੰਗੀਆਂ ਹੈਲਥੀ ਫਸਲਾਂ ਉਗਾਉਣੀਆਂ ਚਾਹੀਦੀਆਂ, ਉੱਥੇ ਕੋਈ ਸਪੋਰਟਸ ਗਰਾਊਂਡਾਂ ਬਣਨੀਆਂ ਚਾਹੀਦੀਆਂ ਜਿਹਦੇ ਨਾਲ ਕਿ ਹੈਲਥੀ ਉਹਨਾਂ ਹੈਲਥ ਰੱਖੇ, ਉਹਨਾਂ ਦੀ ਸਿਹਤ ਅੱਛੀ ਹੋਵੇ, ਜਿਹਨਾਂ ਨੂੰ ਦੇਖ ਕੇ ਨਸ਼ੇ ਛੱਡਣ, ਉਹਨਾਂ ਨੂੰ ਆਪਣੀ ਬੋਡੀ ਵੱਲ ਦੇਖ ਕੇ ਨਸ਼ਾ ਚੜ੍ਹੇ ਵੀ ਹਾਂ ਮੈਂ ਬੜਾ ਸਟਰੋਂਗ ਹਾਂ, ਮੈਂ ਹੈਲਥੀ ਮੇਰੀ ਬੋਡੀ ਹੈ, ਨਾ ਕਿ ਇੱਦਾਂ ਇੱਥੇ ਫੀਮਾਂ ਡੋਡੇ ਵੇਚ ਕੇ ਜਾਂ ਬੀਜ ਕੇ। ਇਹਦੇ ਨਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਊਗਾ, ਮੈਂ ਇਹਦੇ ਬਿਲਕੁਲ ਹੱਕ 'ਚ ਨਹੀਂ, ਨਹੀਂ ਹੋਣੇ ਚਾਹੀਦੇ ਨਸ਼ੇ, ਬਿਲਕੁਲ ਨਹੀਂ ਹੋਣੇ ਚਾਹੀਦੇ। ਠੀਕ ਹੈ ਭਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਇਹ ਹੁਣ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਕਿਹੜੇ ਕੰਮ ਲਾਇਆ ਜਾਏ, ਉਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਏ, ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਏ, ਔਰ ਅਗਰ ਨਸ਼ਾ ਮੁਕਤ ਪੰਜਾਬ ਕਰਨਾ ਹੈ ਤਾਂ ਪਹਿਲਾਂ ਕੰਮ ਪੰਜਾਬ ਦੀ ਜੋ ਸਰਕਾਰ ਹੈ ਉਹ ਇਸ ਗੱਲ ਦਾ ਜਵਾਬ ਦੇ, ਇਸ ਗੱਲ ਦਾ ਹਿਸਾਬ ਦੇ ਕਿ ਜਦੋਂ ਦੇ ਇਹ ਲੋਕ ਸੱਤਾ 'ਚ ਆਏ ਆਪਣੀ ਕੁਰਸੀ 'ਤੇ ਬੈਠੇ ਤਾਂ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਕਿੰਨੇ ਖੋਲ੍ਹੇ ਗਏ। ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੀ ਘਾਟ ਹੈ, ਉੱਥੇ ਡਾਕਟਰਾਂ ਦੀ ਘਾਟ ਹੈ, ਨਸ਼ਾ ਮੁਕਤ ਜਿਹੜੇ ਕਰਨ ਦੀ ਮੁਹਿੰਮ ਚਲਾ ਰਹੀ ਹੈ ਸਰਕਾਰ, ਉਹਦੇ ਵਿੱਚ ਸਭ ਤੋਂ ਵੱਡਾ ਡਰੋਬੈਕ ਇਹ ਹੈ ਕਿ ਜਿਹੜੇ ਬੱਚਿਆਂ ਤੋਂ ਨਸ਼ਾ ਛੁਡਾਉਣਾ ਹੈ ਉਹਨਾਂ ਨੂੰ ਅੱਗੇ ਉਹਨਾਂ ਦਾ ਰੀਹੈਬਿਲੀਟੇਸ਼ਨ ਕਿਸ ਤਰ੍ਹਾਂ ਹੋਏਗਾ, ਉਹਨਾਂ ਨੂੰ ਡਰੱਗਸ ਤੋਂ ਦੂਰ ਕੀਤਾ ਜਾਏਗਾ ਕਿਸ ਤਰ੍ਹਾਂ ਕੀਤਾ ਜਾਏਗਾ, ਉਸ ਪ੍ਰੋਗਰਾਮ ਨੂੰ ਲੈ ਕੇ ਵੀ ਬੜੇ ਸਾਰੇ ਡਰੋਬੈਕਸ ਨੇ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੀ ਬੜੀ ਕਮੀ ਹੈ ਪੰਜਾਬ ਦੇ ਵਿੱਚ, ਡਾਕਟਰਾਂ ਦੀ ਬਹੁਤ ਕਮੀ ਹੈ, ਔਰ ਸਰਕਾਰ ਜਿਹੜੀ ਨਸ਼ਾ ਮੁਕਤ ਪੰਜਾਬ ਕਰਨਾ ਚਾਹ ਰਹੀ ਸੀ ਉਹ ਨਫੀਮ ਦੀ ਖੇਤੀ ਕਰਾਉਣ ਵੱਲ ਗੱਲ ਕਰ ਰਹੀ ਹੈ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਜੀ? ਹਾਂਜੀ, ਕੀ ਸ਼ੁਭ ਨਾਮ ਆਪਣਾ, ਕਿੱਥੋਂ ਬੋਲ ਰਹੇ ਜੀ? ਹਾਂਜੀ, ਮੇਰਾ ਨਾਮ ਬਲਵਿੰਦਰ ਸਿੰਘ ਜੀ, ਮੈਂ ਇੰਗਲੈਂਡ ਤੋਂ ਗੱਲ ਕਰਦਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹ ਗੱਲ ਕਰਦਾ ਜੀ, ਦੇਖੋ ਜਿਹੜਾ ਇਹਨਾਂ ਨੇ ਡਰੈਕਸ ਦੀ ਗੱਲ ਆਪਾਂ ਕਰਦੇ ਹਾਂ ਜੀ, ਇਹ ਡਰੈਕਸ ਤੁਹਾਨੂੰ ਵੀ ਲੱਗਦਾ ਜਾਂ ਸਾਰੀ ਇਹਨਾਂ ਗਵਰਨਮੈਂਟ ਨੂੰ ਵੀ ਲੱਗਦਾ ਕਿ ਅਸੀਂ ਇਹ ਬੰਦ ਨਹੀਂ ਕਰ ਸਕਦੇ, ਇਹ ਮੇਨ ਜਿਹਨੂੰ ਆਪਾਂ ਇੰਡੀਆ ਜਾਂ ਪੰਜਾਬ ਦੇ ਵਿੱਚ ਆਪਾਂ ਚਿੱਟਾ ਕਹਿੰਦੇ ਹਾਂ ਨਾ ਜੀ, ਚਿੱਟਾ ਬੰਦ ਹੋ ਸਕਦਾ, ਇਹਨੂੰ ਇਹਨਾਂ ਕੋਲ ਕਿਹੜੀ ਹਰ ਤਰ੍ਹਾਂ ਦੀ ਸਹੂਲਤ ਹੈਗੀ, ਜੇ ਚਾਹੁਣ ਤੇ ਬੰਦ ਕਰਨ, ਮੇਨ ਉੱਥੇ ਫੋਕਸ ਕਰਨਗੇ ਤਾਂ ਹੀ ਇਹ ਅਫੀਮ ਨਾਲ ਤੁਹਾਨੂੰ ਕੀ ਲੱਗਦਾ ਹੈਗਾ, ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਸਾਡਾ ਤਾਇਆ ਖਾਂਦਾ ਸੀਗਾ ਉਹਨਾਂ ਨੂੰ ਲੰਬੀ ਉਮਰ ਦੀਏ, ਤੁਹਾਨੂੰ ਲੱਗਦਾ ਕਿ ਉਹ ਸਹੀ ਕਹਿ ਰਹੇ ਨੇ? ਕੋਈ ਏਦਾਂ ਹੋ ਸਕਦਾ? ਅਸੀਂ ਮੈਂ ਇੱਥੇ ਬੈਠਾ, ਮੈਂ ਨੀ ਮੰਨਦਾ ਜੀ ਉਹ ਇੰਨੀ ਗੱਲ ਕਹਿੰਦੇ ਨਾਲ। ਦੇਖੋ ਕੁਛ ਬਜ਼ੁਰਗਾਂ ਨੂੰ ਤੇ ਦਵਾਈ ਦੇ ਤੌਰ ਤੇ ਦਿੱਤਾ ਜਾਂਦਾ ਹੈ। ਨਹੀਂ ਜੀ ਨਹੀਂ, ਦਵਾਈ ਦੇਖੋ ਜਦੋਂ ਤੁਸੀਂ ਇਹਨੂੰ ਇਹਦਾ ਸੇਵਨ ਕਰਦੇ ਹੋ ਤੁਹਾਡੇ ਬਲੱਡ ਦੇ ਵਿੱਚ ਇੱਕ ਜਦੋਂ ਘੁਲ ਜਾਂਦੇ ਹੋ ਆਪਾਂ ਕਹਿ ਸਕਦੇ ਹਾਂ ਨਾ, ਜੜਾਂ ਦੇ ਵਿੱਚ ਹੀ ਆਪਣੇ ਚਲੇ ਜਾਂਦੇ ਆ। ਡਰੱਗਸ ਤਾਂ ਹਰ ਕੋਈ ਵੀ ਡਰੱਗ ਹੈ, ਕੋਈ ਵੀ ਹੈ, ਹਰ ਨਸ਼ਾ ਤਾਂ ਨਸ਼ੇ ਨੂੰ ਤੁਸੀਂ ਕਹਿ ਸਕਦੇ ਵੀ ਇਹ ਨਸ਼ਾ ਨਹੀਂ ਹੈ। ਖੇਤੀ ਕਿਹਾ, ਚਲੋ ਮੰਨ ਵੀ ਲੈਂਦੇ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਇਹਦੀ ਮਾਰਕੀਟ ਕਿੱਥੇ ਹੈ, ਕਿਹਨੂੰ ਵੇਚੋਗੇ, ਕਿੱਥੋਂ ਵੇਚੋਗੇ, ਹੈ ਕੋਈ ਹੈ? ਜਿਹੜੀ ਚੀਜ਼ ਤੇ ਧਿਆਨ ਦੇਣ ਦੀ ਲੋੜ ਆ, ਮੈਂ ਇਹ ਗੱਲ ਕਹਾਂਗਾ ਪੰਜਾਬ ਦੀ ਖੇਤੀ ਨੂੰ ਜਿੰਨਾ ਸੁਧਾਰ ਸਕਦੇ ਸੁਧਾਰ ਲਓ। ਇਹਨਾਂ ਦੀ ਕੀ ਸੋਚ ਆ ਕਿ ਇਹਨਾਂ ਲੋਕਾਂ ਵੀ ਜਿਹੜੇ ਲੋਕ ਹੈ ਇਹਨਾਂ ਦਾ ਜਿਹੜਾ ਧਿਆਨ ਆ ਡਿਵਰਟ ਕਰ ਦਿਓ, ਇਹ ਸਾਡੇ ਜਿਹੜੇ ਅਸੀਂ ਇਹਨਾਂ ਨਾਲ ਵਾਅਦੇ ਕੀਤੇ ਆ ਉਹਦੇ ਪਿੱਛੇ ਸਾਨੂੰ ਕੋਈ ਪੁੱਛੇ ਨਾ, ਜਸਟ ਇਹਨਾਂ ਦਾ ਇਹੀ ਸਿਸਟਮ ਆ। ਮੈਂ ਇਹਨਾਂ ਨੂੰ ਇੱਕ ਬੇਨਤੀ ਕਰਦਾ, ਨਵਜੋਤ ਸਿੰਘ ਸਿੱਧੂ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਕਿ ਤੁਸੀਂ ਲੋਕਾਂ ਦਾ ਧਿਆਨ ਦਿਓ ਥੋੜਾ ਜਿਹਾ ਆਪਣੇ ਆਪ ਚ, ਇਹ ਦੇਖੋ ਕਿ ਅਸੀਂ ਲੋਕਾਂ ਦਾ ਕੀ ਵਾਅਦੇ ਕਰਕੇ ਆਪਾਂ ਅੱਗੇ ਆਏ ਸੀਗੇ। ਤੇ ਮੈਂ ਇਹ ਗੱਲ ਕਹਾਂਗਾ ਕਿ ਥੋੜਾ ਜਿਹਾ ਆਪਣਾ ਧਿਆਨ ਨੂੰ ਲੋਕਾਂ ਨੂੰ ਇੰਨਾ ਬੇਵਕੂਫ ਨਾ ਬਣਾਓ, ਤੇ ਆਪਣਾ ਹਰ ਚੀਜ਼ ਤੇ ਧਿਆਨ ਦੇ ਕੇ ਲੋਕਾਂ ਨੂੰ, ਕਿਸਾਨੀ ਨੂੰ ਬਚਾਓ, ਮੈਂ ਤੇ ਇਹ ਕਹਾਂਗਾ। ਇਹ ਕਿਸਾਨੀ ਹੈ, ਤੁਹਾਨੂੰ ਲੱਗਦਾ ਕਿਸਾਨੀ ਬਚਦੀ ਹੈ, ਇਹ ਨਸ਼ਾ ਕੀਤਾ।
ਕਿਸਾਨੀ ਬਚਾਉਣ ਦੀ ਹਿਮਾਇਤ ਕਰ ਰਹੇ ਨੇ ਲੋਕ, ਇਹ ਕਹਿ ਰਹੇ ਨੇ ਕਿ ਜਿਹੜਾ ਕਿਸਾਨੀ ਹੈ ਉਹਦੀ ਆਲਰੇਡੀ ਇੰਨਾ ਸਫ਼ਰ ਕਰ ਚੁੱਕੇ ਕਿਸਾਨ ਪੰਜਾਬ ਦੇ, ਅਤੇ ਉਹਨਾਂ ਵਾਸਤੇ ਕੋਈ ਹੋਰ ਉਪਾਅ, ਕੋਈ ਹੋਰ ਸਕੀਮ ਲੱਭਣੀ ਚਾਹੀਦੀ ਪੰਜਾਬ ਨੂੰ, ਸਰਕਾਰ ਨੂੰ, ਜਦਕਿ ਇਹ ਵਾਲੀ ਸਕੀਮ ਨਾਲ ਕੋਈ ਇਸ ਨਾਲ ਕੋਈ ਫਾਇਦਾ ਨਹੀਂ ਹੋਣਾ ਅਫੀਮ ਦੀ ਖੇਤੀ ਕਰਾ ਕੇ। ਇਸ ਬਾਰੇ ਅਸੀਂ ਇਹ ਗੱਲ ਆਪਣਾ ਵਿਚਾਰ ਜਾਰੀ ਰੱਖਾਂਗੇ ਔਰ ਤੁਹਾਡੇ ਫੋਨ ਕਾਲਸ ਲਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਇਸ ਵਿਸ਼ੇ 'ਤੇ ਜਿਸ 'ਤੇ ਸਾਡੇ ਕਈ ਦਰਸ਼ਕਾਂ ਦੇ ਸਾਨੂੰ ਫੋਨ ਆ ਰਹੇ ਨੇ, ਰਿਐਕਸ਼ਨ ਆ ਰਹੇ ਨੇ, ਕਿਉਂਕਿ ਇਹ ਜਿਹੜਾ ਮਸਲਾ ਹੈ ਪੰਜਾਬ ਦੀ ਸਿਆਸਤ ਨਾਲ ਜੁੜਿਆ ਹੈ, ਪੰਜਾਬ ਦੀ ਮਿੱਟੀ ਨਾਲ ਜੁੜਿਆ ਹੈ, ਪੰਜਾਬ ਦੇ ਕਿਸਾਨਾਂ ਨਾਲ ਜੁੜਿਆ ਹੈ। ਪੰਜਾਬ ਦੀ ਸਰਕਾਰ ਹੁਣ ਹਿਮਾਇਤ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਵਿੱਚ ਅਫੀਮ ਉਗਾਉਣ। ਔਰ ਤੁਹਾਨੂੰ ਅਸੀਂ ਵੀਡੀਓ ਦਿਖਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ 'ਚ, ਉਹਨਾਂ ਨੇ ਪਟਿਆਲਾ ਦੇ MP ਧਰਮਵੀਰ ਗਾਂਧੀ ਦੀ ਹਿਮਾਇਤ ਕੀਤੀ। ਉਹਨਾਂ ਨੇ ਕਿਹਾ ਬੜਾ ਸਹੀ ਬੋਲ ਰਹੇ ਨੇ, ਅਤੇ ਦਰਸ਼ਕ ਜਿਹੜੇ ਨੇ ਸਾਡੇ ਕਾਫੀ ਰਿਐਕਟ ਕਰ ਰਹੇ ਨੇ ਇਸ ਚੀਜ਼ 'ਤੇ। ਗੱਲ ਕਰਦੇ ਹਾਂ, ਹੈਲੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ, ਕਿੱਥੋਂ ਬੋਲ, ਕੀ ਨਾਮ ਆਪਣਾ? ਮੈਂ ਨੰਦਨ ਬੋਲਦਾ ਜੀ। ਹਾਂਜੀ, ਕੀ ਸ਼ੁਭ ਨਾਮ ਆਪਣਾ? ਹਾਂਜੀ, ਕੀ ਕਹਿਣਾ ਚਾਹੋਗੇ? ਹਾਂ ਜਸਵੀਰ ਜੀ, ਕੀ ਕਹਿਣਾ ਚਾਹੋਗੇ? ਮਾਂ ਜੀ, ਮੈਂ ਵੀ ਬਸ ਇਹਦੇ ਬਾਰੇ ਗੱਲ ਕਰਨੀ ਹੈ ਜੀ। ਹਾਂ ਦੱਸੋ ਜੀ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿੰਦਾ ਜੀ ਵੀ ਜਿਹੜਾ ਨਸ਼ਾ ਆ, ਜਿਹੜੇ ਬਾਹਰਲੇ ਗੁਆਂਢੀ ਮੁਲਕ ਤੋਂ, ਗੁਆਂਢੀ ਸਟੇਟਾਂ ਤੋਂ ਆਉਂਦਾ ਆ ਪੰਜਾਬ ਦੇ ਵਿੱਚ, ਉਹਨੂੰ ਠੱਲ ਪੈਣੀ ਚਾਹੀਦੀ ਹੈ ਜੀ। ਉਹ ਠੱਲ, ਉਹ ਪੈਸਾ ਜਿਹੜਾ ਆਉਂਦਾ ਆ, ਉਹ ਵਿਹੜਾ ਮਾਲ ਪੁਲਿਸ ਫੜਦੀ ਉਹੀ ਵਿਕੀ ਜਾਂਦਾ ਇੱਥੇ ਜੀ, ਉਹ ਕੋਈ ਬਾਹਰ ਤਾਂ ਨਹੀਂ ਜਾਂਦਾ ਹੈਗਾ ਜੀ। ਉਹ ਕਿਤੇ ਗੌਰਮੈਂਟ ਦੇ ਹੋਰ ਤਾਂ ਨਹੀਂ ਜਿਸ ਚੀਜ਼ ਨੂੰ ਵਰਤੀ ਹੈਗੀ, ਉਹੀ ਮਾਲ ਇੱਕ ਸੈਂਪਲ ਭਰ ਲੈਂਦੇ, ਬਾਕੀ ਜਿਹੜਾ ਮਾਲ ਜਿੰਨਾ ਵੀ ਆਉਂਦਾ ਆ ਉਹ ਫਿਰ ਵਿਕਦਾ ਆ। ਉਹ ਲੀਡਾਂ ਕੋਲੇ ਜਾਂਦਾ, ਸਾਰੇ ਬੰਦਿਆਂ ਕੋਲੇ ਜਾਂਦਾ, ਹੋਰ ਕਿਤੇ ਜਾਂਦਾ ਜੀ? ਠੀਕ, ਤੁਸੀਂ ਦੱਸੋ, ਕਦੇ ਜਾਂਦਾ ਕਿਸੇ ਪਾਸੇ ਨਹੀਂ ਜਾਂਦਾ, ਉਹੀ ਮਾਲ ਵਿਕਦਾ। ਸਮਝ, ਉਹਦੇ ਨੂੰ ਉਹਦੇ ਵਿੱਚ ਚਾਰ ਗੁਣਾ ਹੋਰ ਮਾਲ ਬਣਾ ਕੇ ਵੇਚਦੇ ਆ। ਮਤਲਬ ਇਹ ਡਿਸੀਜਨ ਠੀਕ ਨਹੀਂ ਹੈ ਸਰਕਾਰ ਦਾ, ਤੁਸੀਂ ਇਹ ਰਿਕਮੈਂਡ ਕੀ ਕਰਨਾ ਚਾਹੋਗੇ? ਆਪਣੀ ਤੁਹਾਡੀ ਤੁਸੀਂ ਕੀ ਸੋਚ ਰਹੇ ਹੋ? ਠੀਕ ਹੈ, ਸਮਾਂ ਕਿ ਬਾਹਰਲੇ ਮੁਲਕ ਤਾਂ ਨਹੀਂ ਇਹ ਕੰਮ ਕਰੂਗੇ ਨਾ। ਜਿਹੜੀ ਠੀਕ ਹੈ ਜੀ, ਬਾਹਰਲੇ ਉਸ ਪਾਕਿਸਤਾਨ ਹੈ ਜਾਂ ਰਾਜਸਥਾਨ ਹੈ ਜਾਂ ਹਰਿਆਣਾ ਆ ਮੈਂ ਚਲਿਆ, ਜਿਹੜਾ ਉੱਥੋਂ ਨਹੀਂ ਹੈ, ਬਾਹਰ ਆਪਣੇ ਆਉਣੋਂ ਵੱਧ ਹੋ ਜੂਗਾ ਨਾ। ਲੋੜ ਤਾਂ ਹੈ ਨਾ, ਜਿਹੜਾ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਉਹਨੂੰ ਰੋਕਿਆ ਜਾਏ ਪਹਿਲਾਂ। ਹਾਂ ਜੀ, ਉਹਨੂੰ ਰੋਕਿਆ ਜਾਵੇ ਤਾਂ ਠੀਕ ਹੈ ਨਾ ਜੀ। ਉਹਦੇ ਨਾਲ ਤਾਂ ਜੇ ਤੁਸੀਂ ਸਾਡੇ ਘਰ ਦੇ ਵੀ ਰੋਟੀ ਹੋ ਗਈ ਤਾਂ ਤੁਸੀਂ ਖਾਓਗੇ, ਬਾਹਰੋਂ ਤਾਂ ਤੁਹਾਡੇ ਮਾਲ ਆਉਣੋਂ ਬੰਦ ਨਹੀਂ ਹੋ ਰਿਹਾ। ਠੀਕ ਗੱਲ ਜੀ। ਪੰਜਾਬ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ BSF ਨੂੰ ਦੇ ਨਾਲ ਪੰਜਾਬ ਪੁਲਿਸ ਔਰ ਜਿਹੜਾ ਸਪੈਸ਼ਲ ਨਾਰਕੋਟਿਕਸ ਕੰਟਰੋਲ ਬਿਊਰੋ ਹੁੰਦਾ ਉਹਦੇ ਨਾਲ ਰਲ ਮਿਲ ਕੇ ਕਾਫੀ ਸਾਰੇ ਜੁਆਇੰਟ ਆਪਰੇਸ਼ਨ ਹੋਏ ਨੇ ਪਿਛਲੇ ਕੁਝ ਸਮੇਂ ਤੋਂ, ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ 'ਚ ਆਈ ਹੈ। ਔਰ ਇੱਕ ਪੂਰੇ ਫੈਕਟਸ ਐਂਡ ਫਿਗਰਸ ਸਰਕਾਰ ਵੱਲੋਂ ਵੀ ਜਾਰੀ ਕੀਤੇ ਕਿ ਵੀ ਅਸੀਂ ਇੰਨੇ ਛਾਪੇ ਮਾਰੇ, ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ, ਔਰ ਉਹਨਾਂ ਦੇ ਦਾਅਵੇ ਆਏ ਨੇ ਕਿ ਹੁਣ ਜਿਹੜੀ ਡਰੱਗ ਪੈਡਲਰਸ ਦੀ ਐਕਟੀਵਿਟੀਜ਼ ਨੇ ਪੰਜਾਬ 'ਚ ਉਹ ਘੱਟ ਹੋ ਗਈਆਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ, ਹਾਂਜੀ, ਮੈਂ ਜਸਵੀਰ ਸਿੰਘ ਰੇੜੀ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਕਹਿਣਾ ਦੇਖੋ ਚਾਹੁੰਦੇ ਹਾਂ ਵੀ ਠੀਕ ਹੈ, ਹੁਣ ਟਾਈਮ ਤਾਂ ਡੇ ਸਾਰੇ ਜੀ, ਪੰਜਾਬ 'ਚ ਲੋੜੇ ਦੀ ਖੇਤੀ ਨਹੀਂ ਹੋਣੀ ਚਾਹੀਦੀ ਜੀ। ਪਰ ਇਹ ਗੱਲ ਹੈ ਵੀ ਰਾਜਸਥਾਨ ਦੇ ਲੋੜੇ ਤੁਸੀਂ ਲਿਆ ਕੇ ਮਹਿੰਗੇ ਕਰਦੇ, ਲੋਕ ਤੂੜੀ ਖਾਈ ਜਾਂਦੇ ਆ, ਤੇ ਅਫਗਾਨਿਸਤਾਨ ਦੀ ਜਿਹੜੀ ਲਿਆ ਕੇ ਡਰੱਗ ਉਹ ਪਾਕਿਸਤਾਨ ਤੁਹਾਡੇ ਪੰਜਾਬ ਦੇ ਵਿੱਚ ਵੇਚੀ ਜਾਂਦਾ, ਪੰਜਾਬ ਦੀ ਨੌਜਵਾਨੀ ਖਤਮ ਹੋਈ ਜਾਂਦੀ ਆ। ਠੀਕ ਹੈ ਜੀ, ਤੇ ਜੇ ਉਹ ਹੀ ਡਰੱਗ ਵੱਲ ਕਿਉਂਕਿ ਕੁਛ ਉਹਨਾਂ ਨੂੰ ਲਾਲਚ ਹੁੰਦਾ, ਲਾਲਚ ਇਹ ਆ ਉਸ ਡਰੱਗ ਦਾ ਕੁਛ ਅਸੀਂ ਵੇਚਾਂਗੇ, ਕੁਛ ਆਪ ਖਾਵਾਂਗੇ, ਕੁਛ ਵੇਚਣ ਵਾਲੇ ਇਹੋ ਜਿਹੇ ਕਿ ਵੱਧ ਤੋਂ ਵੱਧ ਹੋ ਜਾਂਦੇ, ਉਹ ਲੀਡਰਾਂ ਦੇ ਬੰਦੇ ਹੁੰਦੇ ਆ ਵੇਚਣ ਵਾਲੇ, ਤੇ ਜਿਹੜੇ ਮਾਰੇ ਹੁੰਦੇ ਉਹ ਵੱਜ ਜਾਂਦੇ ਆ। ਠੀਕ ਹੈ ਜੀ, ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਮਾੜੇ ਬੰਦੇ ਜਦੋਂ ਫਸਦੇ ਉਦੋਂ ਲੀਡਰ ਆਪਣਾ ਪਾਸਾ ਕਰ ਲੈਂਦੇ ਆ, ਤੇ ਗਾਂ ਉਹਨਾਂ ਨੇ ਆਂਢ ਗੁਆਂਢ ਦੇ ਵਿੱਚ ਜਿਵੇਂ ਵੀ ਕਿਤੇ ਨਾ ਕਿਤੇ ਤੇ ਆਪਣਾ ਕੁਛ ਵੇਚਣੀ ਹੁੰਦੀ ਆ ਲੋਕਲ। ਨਹੀਂ, ਹੁਣ ਅਸੀਂ ਗੱਲ ਕਰਦੇ ਹਾਂ ਨਸ਼ਾ ਮੁਕਤ ਪੰਜਾਬ, ਤੇ ਹੁਣ ਅਫੀਮ ਉਗਾ ਕੇ ਕਿਸ ਤਰ੍ਹਾਂ ਹੋਏਗਾ ਨਸ਼ਾ ਮੁਕਤ ਪੰਜਾਬ, ਤੁਸੀਂ ਕੀ ਸੋਚ ਰੱਖਦੇ ਹੋ ਇਹਦੇ ਤੇ? ਨਹੀਂ, ਤੁਹਾਡਾ ਕੀ ਖਿਆਲ ਹੈ ਵੀ ਜੇ ਹੁਣ ਅਸੀਂ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਖੇਤੀ ਹੁੰਦੀ ਹੈ ਜੀ ਜੀ,
ਐਮਪੀ ਦੇ ਵਿੱਚ ਖੇਤੀ ਹੁੰਦੀ ਆ, ਯੂਪੀ ਦੇ ਵਿੱਚ ਖੇਤੀ ਹੁੰਦੀ ਆ, ਔਰ ਜਿੱਥੋਂ ਤੱਕ ਮੇਰਾ ਵੇਖਣਾ ਜਾਂ ਮੈਂ ਉਹਦੇ ਵਿੱਚ ਰਾਜਸਥਾਨ ਦੇ ਵਿੱਚ 14 ਸਾਲ ਰਿਹਾ ਵੀ ਹਾਂ ਜੀ, ਔਰ ਉੱਥੇ ਮੈਂ ਇੱਕ ਬੱਚਾ ਵੀ ਨਹੀਂ ਵੇਖਿਆ ਉੱਥੇ ਘਰਾਂ ਦੇ ਵਿੱਚ ਸਮਾਨ ਜਾਣੀ ਕਿ ਸਟੋਕ ਪਏ ਆ। ਅੱਛਾ, ਉਸ ਤੋਂ ਇਲਾਵਾ ਉਹਨਾਂ ਦੇ ਕੋਈ ਬੱਚਾ ਕੋਈ ਖਾਂਦਾ ਨਹੀਂ, ਕੋਈ ਪੀਂਦਾ ਨਹੀਂ, ਜੇ ਬਜ਼ੁਰਗ ਹੈਗੇ ਆ ਉਹ ਕਿਤੇ ਵਿਆਹ ਸ਼ਾਦੀ ਆ ਨਾ, ਤੇ ਉਹ ਜਿਵੇਂ ਆਪਾਂ ਸ਼ਰਾਬ ਦਾ ਇੱਥੇ ਪੰਜਾਬ ਚ ਕਰਦੇ ਸ਼ਰਾਬ ਦਾ ਅਸੀਂ ਬਹੁਤ ਜ਼ਿਆਦਾ ਕਰ ਲੈਂਦੇ ਜੀ, ਉੱਥੇ ਸਿਰਫ ਉਹਨਾਂ ਨੇ ਸ਼ਾਮ ਨੂੰ ਜਿਵੇਂ ਪੰਚਾਇਤ ਦੇ ਤੌਰ ਤੇ ਇੱਕ ਹੁੰਦਾ, ਉਹਨਾਂ ਨੇ ਇੱਕ ਕੋਈ ਫੀਮ ਹੋ ਗਈ ਜਾਂ ਡੋਡੇ ਹੋ ਗਏ ਇਹਨਾਂ ਨੇ ਘੋਲਣਾ ਹੁੰਦਾ, ਉਹ ਤੇ ਕਦੇ ਚੁਲੀਆਂ ਬੁੱਕ ਦੇ ਉਹਦੇ ਨਾਲ ਪੀਂਦੇ ਆ। ਠੀਕ ਹੈ ਜੀ, ਯਾਨੀ ਕਿ ਮਸੇ 3 ਘੁੱਟ ਜਾਂ 4 ਘੁੱਟ ਤੇ ਮਤਲਬ, ਪਰ ਉਹ ਰਾਜਸਥਾਨ ਦੀ ਅਫੀਮ ਤੁਸੀਂ ਇਹ ਕਹਿੰਦੇ ਬਸ ਸਮਾਂ ਥੋੜ੍ਹਾ ਘੱਟ ਹੈ ਜੀ ਮੇਰੇ ਕੋਲ, ਬਰੀਫ ਕਰਦੇ ਜੀ, ਉਹ ਇਹੀ ਸੀਗਾ ਕਹਿ ਰਹੇ ਨੇ ਕਿ ਜਿਹੜੇ ਨਸ਼ਾ ਹੈ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਰਾਜਸਥਾਨ ਦੇ ਜਿਹੜੇ ਡੋਡੇ ਨੇ ਉਹ ਪੰਜਾਬ 'ਚ ਵਿਕਦੇ ਨੇ, ਕਿਉਂ ਵਿਕਦੇ ਨੇ? ਕਿਉਂਕਿ ਪੰਜਾਬ ਦੇ ਵਿੱਚ ਰੇਡੀ ਮਾਰਕੀਟ ਹੈ, ਲੇਕਿਨ ਅਗਰ ਪੰਜਾਬ ਦੇ ਖੇਤਾਂ ਦੇ ਵਿੱਚ ਅਫੀਮ ਉਗਾਈ ਜਾਏਗੀ ਤਾਂ ਇਹ ਕਿਸ ਨੇ ਸਲਾਹ ਲਗਾਈ ਹੈ, ਕਿਸੇ ਨੇ ਸਕੀਮ ਲਗਾਈ ਹੈ ਕਿ ਇਹ ਜਿਹੜੇ ਪੰਜਾਬ ਦੇ ਕਿਸਾਨ ਨੇ ਇਹ ਆਪਣੇ ਡੋਡੇ ਆਪਣੇ ਜਿਹੜੇ ਹੋਣਗੇ ਇਹ ਕਿੱਥੇ ਵੇਚਣਗੇ? ਮੈਂ ਮੰਨਦਾ ਅਫੀਮ ਦਾ ਇਸਤੇਮਾਲ ਕੁਝ ਦਵਾਈਆਂ ਦੇ ਵਿੱਚ ਹੁੰਦਾ ਹੈ, ਸਰਕਾਰ ਦੀ ਆਪਣੀ ਇੱਕ ਗੌਰਮੈਂਟ ਓਪੀਅਮ ਫੈਕਟਰੀ ਹੈ ਮੱਧਿਆ ਪ੍ਰਦੇਸ਼ ਨੀਮਚ ਔਰ ਮੰਦਸੌਰ ਦੇ ਵਿੱਚ ਹੁੰਦੀ ਹੈ, ਉੱਥੇ ਓਪੀਅਮ ਫੈਕਟਰੀ ਹੈ, ਇੱਕ ਬੜਾ ਕੰਟਰੋਲਡ ਕੰਮ ਹੁੰਦਾ। ਲੇਕਿਨ ਜਦੋਂ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਰੋਜ਼ਗਾਰ ਵੱਲ ਮੋੜਨ ਦੀ ਲੋੜ ਹੈ, ਉਹਨਾਂ ਨੂੰ ਖੇਡਾਂ ਵੱਲ ਮੋੜਨ ਦੀ ਲੋੜ ਹੈ। ਇਹ ਘੱਟ ਤੋਂ ਘੱਟ ਪੰਜਾਬ ਇਸ ਜਿਹੜਾ ਸਬਕ ਹੈ ਨਾ ਆਪਣੇ ਪੜੋਸੀ ਸੂਬੇ ਤੋਂ ਹਰਿਆਣਾ ਤੋਂ ਸਿੱਖ ਸਕਦਾ, ਉੱਥੇ ਦੇ ਜਿਹੜੇ ਨੌਜਵਾਨ ਨੇ ਕਿੰਨੇ ਕੁ ਡਰੱਗਸ ਦੇ ਸ਼ਿਕਾਰ ਨੇ ਔਰ ਕਿੰਨੇ ਕਿੰਨੇ ਮੈਡਲਸ ਉਹ ਲੈ ਕੇ ਆਉਂਦੇ ਨੇ। ਲੇਕਿਨ ਉੱਥੇ ਇੱਕ ਸਪੋਰਟਸ ਪਾਲਿਸੀ ਹੈ, ਉੱਥੇ ਦੇ ਸਿਆਸਤਦਾਨ ਸਪੋਰਟਸ ਨੂੰ ਹੱਲਾਸ਼ੇਰੀ ਦਿੰਦੇ ਨੇ। ਸਾਡੇ ਪੰਜਾਬ ਦੇ ਵਿੱਚ ਇਹ ਚੱਕਰ ਹੈ ਕਿ ਕੋਈ ਸਿਆਸਤਦਾਨ ਸਪੋਰਟਸ ਦੀ ਗੱਲ ਕਰਦਾ ਨਹੀਂ, ਸਾਡੇ ਨੌਜਵਾਨ ਖੇਡਾਂ ਵੱਲ ਵੀ ਨਹੀਂ ਜਾਂਦੇ, ਔਰ ਰੋਜ਼ਗਾਰ ਉਹਨਾਂ ਨੂੰ ਚਾਹੀਦਾ, ਔਰ ਰੋਜ਼ਗਾਰ ਦੇਣ ਦੇ ਨਾਮ 'ਤੇ ਸਰਕਾਰਾਂ ਇਹੋ ਜਿਹੀਆਂ ਸਕੀਮਾਂ ਲੈ ਕੇ ਆਉਂਦੀਆਂ ਨੇ। ਇਹ ਬੜੀ ਮੰਦਭਾਗੀ ਗੱਲ ਹੈ, ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਕੱਢਣ ਦੀ ਲੋੜ ਹੈ, ਉਹਨਾਂ ਦੀ ਜਿਹੜੀ ਕੀਮਤੀ ਹੈ ਬੇਸ਼ਕੀਮਤੀ ਜਾਨਾਂ ਨੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ, ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਹੜਾ ਭਵਿੱਖ ਹੈ ਉਹਨਾਂ ਨੂੰ ਬਚਾਉਣ ਦੀ ਲੋੜ ਹੈ। ਲੇਕਿਨ ਸਾਡੇ ਸਿਆਸਤਦਾਨ ਇਹ ਨਵੀਆਂ ਨਵੀਆਂ ਸਕੀਮਾਂ ਨਵੇਂ ਨਵੇਂ ਬਿਆਨ ਦੇ ਕੇ ਕੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਔਰ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਇਸ ਜਿਹੜਾ ਸੈਂਸਿਟਿਵ ਮੁੱਦਾ ਹੈ, ਇਹਨਾਂ ਲੋਕਾਂ ਦੇ ਇਮੋਸ਼ਨਸ ਦੇ ਨਾਲ ਜੁੜਿਆ, ਉਹਨੂੰ ਲੈ ਕੇ ਵੀ ਕਿੱਦਾਂ ਸਿਆਸਤ ਹੋ ਰਹੀ ਹੈ। ਪੰਜਾਬ ਦੇ ਸਿਆਸਤਦਾਨ ਨਸ਼ਿਆਂ ਨੂੰ ਲੈ ਕੇ ਅੱਜ ਉਹ ਬਿਆਨ ਦੇ ਰਹੇ ਨੇ, ਸੋਚੋ ਉਹਨਾਂ ਪਰਿਵਾਰਾਂ 'ਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਸ਼ਿਕਾਰ ਹੋ ਗਏ। ਅਤੇ ਅੱਜ ਇਸ ਮੁੱਦੇ 'ਤੇ ਇਹ ਸਾਡੇ ਵਿਚਾਰ ਇੱਥੋਂ ਤੱਕ ਹੀ, ਸਾਡਾ ਪ੍ਰੋਗਰਾਮ ਵੀ ਹੁਣ ਖਤਮ ਹੋਣ ਦਾ ਸਮੇਂ ਆ ਗਿਆ। ਜੇ ਤੁਸੀਂ ਸਾਨੂੰ ਕੋਈ ਆਪਣਾ ਫੀਡਬੈਕ ਦੇਣਾ ਚਾਹੁੰਦੇ ਹੋ, ਕਿਸੇ ਹੋਰ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ info@justbroadcasting.com 'ਤੇ ਮੇਲ ਕਰ ਸਕਦੇ ਹੋ। ਕੱਲ੍ਹ ਇੱਕ ਨਵਾਂ ਮੁੱਦਾ ਲੈ ਕੇ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।